ਮਾਂ। ਹਾਂ ਭਾਈ ਦੱਸ। ਉਹ ਦੱਸਣਾ ਕੀ ਮਾਂ, ਹੁਣ ਦੇਖ ਲਾ ਕਿੰਨਾ ਟਾਈਮ ਹੋ ਗਿਆ ਡੋਹੇ ਨੂੰ, ਤੁਸੀਂ ਤਾਂ ਮੇਰੀ ਗੱਲ ਹੀ ਨਹੀਂ ਸੁਣ ਰਹੇ। ਮੇਰਾ ਇੱਕ ਪਾਸਾ ਕਰ ਦੋ ਨਾ। ਇੱਕ ਪਾਸਾ ਕੀਤਾ ਤਾਂ ਪਿਆ ਤੇਰਾ, ਹੁਣ ਲੈ ਕਾਹਦੇ ਨਾਲ ਪਾਸਾ ਕਰਤਾ ਮਾਂ। ਨਾ ਤੁਸੀਂ ਉਹ ਘਰ ਦੇ ਰਹੇ ਹੋ ਮੈਨੂੰ, ਨਾ ਇਧਰੋਂ ਮੈਨੂੰ ਕੋਈ ਕਨਾਲ ਦੇ ਰਹੇ ਹੋ, ਹੈ ਕੁਛ ਤੇ ਕਰੋ। ਕਨਾਲ ਤੈਨੂੰ ਕਿਹੜੀ ਦੇ ਦਈਏ, ਹੁਣ ਤੂੰ ਉੱਥੇ ਬੈਠਾ ਤਾਂ ਹੈਗਾ ਚੰਗਾ ਭਲਾ, ਤੇਰਾ ਟਾਈਮ ਪਾਸ ਹੋਈ ਜਾਂਦਾ, ਤੂੰ ਕਨਾਲਾ ਲੜ ਕੇ ਕੀ ਕਰਨਾਗਾ। ਲੈ ਮਾਂ ਕਿਹੜਾ ਟਾਈਮ ਪਾਸ ਹੋਈ ਜਾਂਦਾ, ਉਹ ਕਿਹੜਾ ਮੇਰਾ ਥਾਂ, ਉਹ ਬੈਂਕ ਵਾਲਿਆਂ ਦਾ। ਲੋਨ ਲੈ ਕੇ ਤੁਸੀਂ ਆ ਦੋ ਕਨਾਲਾਂ ਲੈਣੀਆਂ ਤੇ ਛੋਟੇ ਨੂੰ ਘਰ ਵੀ ਪਾਤਾ, ਹੈ ਤੂੰ ਨਾ ਹੁਣ ਮੇਰਾ ਉਹ ਘਰ ਆ ਨਾ ਇਧਰੋਂ ਤੂੰ ਥਾਂ ਦੇ ਰਹੀ ਆ, ਮੁੜ ਕੇ ਮੇਰੇ ਜਵਾਕ ਵੱਡੇ ਹੋ ਗਏ, ਮੁੜ ਕੇ ਮੈਂ ਕਿੱਥੋਂ ਘਰ ਪਾਉਂਗਾ। ਲੈ ਘਰ ਪਾਉਂਗਾ, ਕੰਮ ਕਰਦਾ ਨੀ ਹੁਣ ਤੂੰ, ਕਿਸ਼ਤਾਂ ਤਾਂ ਉਹਦੀਆਂ ਅਸੀਂ ਭਰਦੇ ਆ, ਤੂੰ ਤਾਂ ਨੀ ਭਰਦਾਗਾ। ਲੈ ਕਿਸ਼ਤਾਂ ਭਰ ਦਿੰਦੇ ਬੈਂਕ ਵਾਲੇ ਮੇਰੇ ਕੋਲ ਕਿਉਂ ਆਉਂਦੇ, ਉਹ ਰੋਜ਼ ਆ ਜਾਂਦੇ, ਕਿਸ਼ਤ ਇੱਕ ਨੀ ਭਰੀ ਤੁਸੀਂ ਮੁੜ ਕੇ। ਲੈ ਇੱਕ ਨੀ ਭਰੀ ਗਈ, ਆ ਹੁਣ ਅੜ ਗਈਆਂ ਸੀ ਚਾਰ ਪੰਜ ਕਿਸ਼ਤਾਂ ਦੀਆਂ, ਪਹਿਲਾਂ ਤਾਂ ਭਰੀ ਜਾਂਦੇ ਸੀ, ਹੁਣ ਤੈਨੂੰ ਪਤਾ ਹੁਣ ਹੱਥ ਜਾ ਟਾਈਟ ਹੋਇਆ ਪਿਆਗਾ। ਜਾਂ ਐ ਕਰੋ ਮਾਂ, ਮੈਂ ਭਰ ਦਿੰਦਾ ਕਿਸ਼ਤਾਂ, ਤੁਸੀਂ ਲਿਖ ਕੇ ਦੇ ਦਿਓ ਵੀ ਇਹਨੇ ਕਿਸ਼ਤਾਂ ਭਰਤੇ ਥਾਂ ਮੇਰਾ ਹੋ ਜਾਊਗਾ। ਲੈ ਐ ਕਿਵੇਂ ਤੂੰ ਕਿਸ਼ਤਾਂ ਭਰ ਦੇਗਾ, ਹੁਣ ਕੋਈ ਨਾ ਭਰ ਦਾਂਗੇ, ਫੇਰ ਕੀ ਹੋ ਗਿਆ, ਤਿੰਨ ਚਾਰ ਨਹੀਂ ਭਰੀਆਂ, ਮੁੜ ਕੇ ਤੂੰ ਕਹਿ ਦੇਗਾ ਸਾਨੂੰ ਵੀ ਕਿਸ਼ਤਾਂ ਮੈਂ ਭਰਦਾ ਸੀ, ਥਾਂ ਦੱਬ ਕੇ ਬੈਠ ਜਾਏਗਾ, ਮੁੜ ਕੇ ਤੂੰ ਇਹਨਾਂ ਨੂੰ ਨਹੀਂ ਜਵਾਕਾਂ ਨੂੰ ਕੁਛ ਦੇਣਾ ਛੋਟੇ ਨੂੰ। ਲੈ ਤਾਂ ਇਹਨੂੰ ਕਿਉਂ ਸੁਣਿਆ, ਤੁਹਾਡੇ ਕੋਲ ਤਾਂ ਸਾਰਾ ਕੁਝ, ਮੈਂ ਕੀ ਦੱਬੂੰਗਾ, ਦੋ ਕਨਾਲਾਂ ਤੁਹਾਡੇ ਕੋਲ ਘਰ ਉਹਨੂੰ ਪਾਤਾ, ਤੂੰ ਮੈਨੂੰ ਘਰ ਵੀ ਨਹੀਂ ਪਾ ਕੇ ਦਿੰਦੇ, ਹੱਕ ਤੇ ਤੇਰਾ ਇਹ ਬਣਦਾ ਸੀ, ਦੋ ਕਨਾਲਾਂ ਦਾ ਇੱਕ ਘਰ ਥਾਂ 'ਚ ਉਹਦਾ ਪਾਉਣਾ ਸੀ, ਇੱਕ ਕਨਾਲ 'ਚ ਮੇਰਾ ਘਰ ਪਾਉਣਾ ਸੀ, ਹੈ ਤੂੰ ਤਾਂ ਉਹਨੂੰ ਪਾਤਾ, ਮੈਨੂੰ ਤਾਂ ਕਿਸੇ ਪਾਸੇ ਵੀ ਨਹੀਂ ਛੱਡਿਆ, ਨਾ ਤੂੰ ਉਹ ਘਰ ਦਿੱਤਾ ਮੈਨੂੰ। ਦੇ ਉਹਦੇ ਕੋਲੇ ਹੈ ਕਿ ਆ ਕਿ ਨਾ ਕਿ ਉਹ ਦਿੱਤਾ, ਹੁਣ ਤੂੰ ਉਹਦੇ 'ਚ ਹੀ ਬੈਠਾਂਗਾ, ਹੋਰ ਤੂੰ ਬਾਹਰ ਮੈਦਾਨ 'ਚ ਬੈਠਾ ਖੁੱਲੇ 'ਚ। ਉਹ ਬੈਂਕ ਵਾਲੇ ਤੁਸੀਂ ਕਿਸ਼ਤਾਂ ਚਾਰ ਹੋਰ ਨਾ ਭਰੇ, ਮੈਨੂੰ ਚੱਕ ਕੇ ਚੁੱਲੀ ਜੇ ਇਸ ਤਰ੍ਹਾਂ ਬਾਹਰ ਮਾਰਨਗੇ। ਐਂ ਕਿ ਮੈਂ ਮਾਰਨਗੇ, ਨਾਲੇ ਤੂੰ ਕੰਮ ਕਿਹੜਾ ਕਰਦੇ ਨਹੀਂ, ਕੰਮ ਕਰ ਲੈ, ਪੈਸੇ ਜੋੜ, ਅੱਡ ਬਣਾ ਲਾ ਥਾਂ ਕਿਤੇ। ਲੈ ਵੱਡੇ ਭਾਈ ਤਾਂ ਹੀ ਬਣਾ ਲੈਂਦੇ ਹੁੰਦੇ ਨੇ, ਸਾਡੇ ਤੇ ਨਾ ਮੇਰੇ ਤੇ ਨਾ ਆਸਾ ਰੱਖਿਆ ਕਰੋ ਭਾਈ। ਲੈ ਤੇਰਾ ਮਤਲਬ ਇਹ ਫਿਰ ਮੈਨੂੰ ਹਿੱਸਾ ਦੇਣਾ ਨਹੀਂ ਹੈ। ਮੈਂ ਤਾਂ ਦਿੰਦੀ ਨਹੀਂ ਹਿੱਸਾ। ਲੈ ਮਾਂ ਇਹ ਤਾਂ ਕੋਈ ਗੱਲ ਨਹੀਂ ਬਣੀ, ਤੁਸੀਂ ਉਧਰ ਲਾ ਘਰ ਹੀ ਦੇ ਦੋ ਮੈਨੂੰ, ਚੱਲ ਇਧਰ ਨਾ ਕਨਾਲ ਦੋ। ਕੋਈ ਨਾ ਦੇਖ ਮੇਰੀ ਗੱਲ ਸੁਣ ਚੰਨੀ, ਮੈਂ ਤੇਰੇ ਬਾਪੂ ਨਾਲ ਗੱਲ ਕਰੂੰਗੀ, ਹਜੇ ਦੇਖ ਮੈਂ ਕੁਛ ਨਹੀਂ ਕਹਿ ਸਕਦੀ ਤੈਨੂੰ, ਕੋਈ ਨਾ ਉਹਦੀਆਂ ਕਿਸ਼ਤਾਂ ਨੇ ਜਿਹੜੀਆਂ ਅੜੀਆਂ ਹੋਈਆਂ ਨੇ ਉਹ ਭਰ ਦਾਂਗੀ, ਨਾਲੇ ਤੈਨੂੰ ਕੀ ਲੋੜ ਹੈਗੀ ਕਿਸ਼ਤਾਂ ਭਰਨ, ਤੂੰ ਕਿਸ਼ਤਾਂ ਕਿਸ਼ਤਾਂ ਕਹੀ ਜਾਂਦਾਗਾ, ਸਭ ਕੁਛ ਆ ਤੇਰੇ ਕੋਲ, ਚੰਗਾ ਭਲਾ ਬੈਠਾਂਗਾ ਸਿਰ ਤੇ, ਕਹਿੰਦੇ ਜਿਹਦੇ ਸੱਤ ਨਹੀਂ ਹੁੰਦੀ ਉਹਨੂੰ ਪੁੱਛ ਕੇ ਦੇਖ, ਤੇਰੇ ਸਿਰ ਤੇ ਸੱਤ ਤਾਂ ਹੈ। ਉਹ ਮਾਂ ਇਹ ਤਾਂ ਤੂੰ ਸਹੀ ਨਹੀਂ ਕਰ ਰਹੀ, ਸਹੀ ਬਣਾਰਾ ਕੀਤਾ ਹੁੰਦਾ, ਅੱਧ ਤਾਂ ਉਹਦੇ ਚ ਦਿੰਦੀ ਤੂੰ ਮੈਨੂੰ, ਹੈ ਕਨਾਲ ਤੂੰ ਇੱਧਰ ਦਿੰਦੀ ਮੈਨੂੰ ਘਰ ਪਾ ਕੇ ਦਿੰਦੀ, ਤੂੰ ਛੋਟੇ ਨੂੰ ਤਾਂ ਘਰ ਪਾ ਕੇ ਦਿੱਤਾ, ਮੈਨੂੰ ਘਰ ਵੀ ਥਾਂ ਵੀ ਨਹੀਂ ਦੇ ਰਹੀ, ਕੁਛ ਵੀ ਨਹੀਂ ਕਰ ਰਹੀ। ਤੇ ਹੁਣ ਤੂੰ ਸਿਆਣਾ ਬਿਆਣਾ ਗਾ, ਦੇਖ ਤੂੰ ਵੱਡਾ ਗਾ, ਆਪਦਾ ਕਮਾਉਣ ਜਾਣਦਾ ਗਾ, ਉਹ ਨਿਆਣਾ ਗਾ, ਨਾਲੇ ਮੈਂ ਰੋਟੀ ਤਾਂ ਉੱਧਰ ਖਾਂਦੀ ਆ, ਮੈਂ ਕਿਹੜਾ ਤੁਹਾਡੇ ਕੰਨੀ ਖਾਂਦੀ ਆ ਰੋਟੀ। ਲੈ ਰੋਟੀ ਦੀ ਗੱਲ ਕਹੀ ਨਹੀਂ ਮਾਂ, ਰੋਟੀ ਤਾਂ ਸਾਡੇ ਖਾਲਾ, ਰੋਟੀ ਤਾਂ ਮੈਂ ਕਦੇ ਰੋਕਿਆ ਮੈਂ, ਰੋਕਿਆ ਫਿਰ ਮੈਨੂੰ ਨਹੀਂ ਪਤਾ ਵੀ ਆਪਦਾ ਆਪਦਾ ਵੀ ਕਰਨਾ ਸਿੱਖੋ, ਪਹਿਲਾਂ ਤੇਰੇ ਬਾਪੂ ਨੇ ਸਾਰਾ ਮਕਾਨ ਆਪ ਹੀ ਬਣਾਇਆ ਸੀਗਾ, ਸਾਨੂੰ ਕਿਹਨੇ ਬਣਾ ਕੇ ਦਿੱਤਾ ਸੀਗਾ, ਅਸੀਂ ਤਾਂ ਬਾਪੂ ਆ, ਹੁਣ ਮੈਂ ਦਾਦੇ ਵਾਲੀ ਚ ਤਾਂ ਤੁਸੀਂ ਦੇ ਦੱਤ ਚੱਲ, ਤੁਸੀਂ ਆਪਦੇ ਵਾਲੀ ਚ ਨਾ ਦਿਓ ਮੈਨੂੰ, ਉਹਦੇ ਚ ਤੂੰ ਦੇ ਦਿਓ ਅੱਧ ਮੈਨੂੰ, ਉਹਦਾ ਤਾਂ ਕਰ ਦਿਓ ਬਾਈਕਾਟ ਕਿਸੇ ਪਾਸੇ। ਪਹਿਲਾਂ ਮੈਨੂੰ ਐਂ ਦੱਸ ਪੁੱਤ ਚੰਨੀ, ਦੇਖ ਵੀ ਹਜੇ ਅਸੀਂ ਕਿਹੜਾ ਵੰਡ ਵੰਡੇਰੇ ਕਰੀ ਜਾਂਦੇ, ਉਹ ਤਾਂ ਇੱਕ ਚੱਲ ਉਹ ਪਾ ਕੇ ਦੇਤਾ, ਪੈਸੇ ਆਏ ਸੀ ਤਾਂ ਕਰਕੇ ਪਾ ਕੇ ਦੇਤਾ ਉਹਨੂੰ, ਤੂੰ ਤਾਂ ਕਿਸੇ ਪਾਸੇ ਨਹੀਂ ਮਾਂ, ਉਹ ਗੱਲ ਐਂ ਆ, ਤੈਨੂੰ ਤਾਂ ਹੋ ਗਿਆ ਵੀ ਉਹਨੂੰ ਮਕਾਨ ਪਾਤਾ, ਮੈਨੂੰ ਕੁਛ ਦਿੱਤਾ ਨਹੀਂ ਹੈਗਾ, ਕੋਈ ਨਾ ਜਦੋਂ ਟਾਈਮ ਆ ਗਿਆ ਤੇਰਾ ਪੈ ਜਾਊਗਾ, ਉਹ ਮੁੜ ਕੇ ਟਾਈਮ ਨਾ ਆਏਗਾ, ਮੁੜ ਕੇ ਔਖਾ ਆ ਜਾਊਗਾ, ਹੁਣ ਚੱਲ ਮੈਂ ਕੁਛ ਹੱਲੇ ਪਿੱਛੇ ਕਰਕੇ ਮੈਂ ਉਹ ਕਰ ਲੂੰਗਾ, ਮੁੜ ਕੇ ਜਵਾਕਾਂ ਦੇ ਕੋਰਸ ਆ ਜਾਣਗੇ, ਫਿਰ ਵਿਆਹ ਆ ਜਾਊਗਾ, ਇੰਨੇ ਇੱਕਦਮ ਕਿੱਥੇ ਹੁੰਦਾ ਹੁੰਦਾ ਸਾਰਾ ਕੁਛ। ਕੋਈ ਨਾ, ਅੱਜ ਹੀ ਨੀ ਵਿਆਹ ਸਾਹੇ ਕਰਦਾ, ਹਜੇ ਹੁਣ ਨਿਆਣੇ ਨੇ, ਹਜੇ ਤੂੰ ਵਿਆਹ ਕਿੱਥੇ ਕਰਨੇ ਨੇ, ਹਜੇ 15-20 ਸਾਲ ਪਏ ਨੇ ਵਿਆਹ ਕਰਨ ਦੇ, 15-20 5 ਸਾਲਾਂ ਨੂੰ ਅੱਗੇ ਜਵਾਕ ਹੋ ਜਵਾਨ ਹੋ ਜਾਣਗੇ, ਮੁੜ ਕੇ ਔਖਾ ਹੋਊਗਾ, ਹੋ ਜਾਣਗੇ ਜਵਾਨ, ਕੋਈ ਨਾ ਹਜੇ ਆਪਦੀਆਂ ਪੜ੍ਹਾਈਆਂ ਪੜ੍ਹਾਈਆਂ ਕਰਾ ਲਾ ਜਵਾਕਾਂ ਦੀਆਂ, ਤੂੰ ਵਧੀਆ ਚੰਗਾ ਕੰਮ ਧੰਦਾ ਕਰਦਾ, ਤੇਰੀ ਘਰ ਵਾਲੀ ਬਥੇਰੀ ਚਲਾਕ ਹੈਗੀ, ਚਲਾਕ ਹੁਣ ਚਲਾਕ ਇੱਥੇ ਚਲਾਕ ਹੁੰਦੇ ਸੀ, ਸਾਰਾ ਕੁਝ ਨਭਵਾ ਲੈਂਦੇ, ਉਹ ਛੋਟੇ ਨੂੰ ਕੌਣ ਪੁੱਛੂਗਾ, ਆ ਜਿੰਨਾ ਚਿਰ ਅਸੀਂ ਬੈਠੇ ਆ ਜਿਉਂਦੇ ਉਹਨਾਂ ਚਿਰ ਹੀ ਆਉਂਗੇ, ਸਾਰਾ ਕੁਝ ਕਰਦਾ ਉਹ, ਬਰਾਬਰ ਕਰਦਾ, ਗੱਲ ਸੁਣ ਲਾ ਮੈਂ ਜਾਂ ਇਧਰਲੀ ਕਨਾਲ ਦੇ ਦੇ।
ਜਾਂ ਉਧਰਲਾ ਕਰ ਦਿਓ, ਇੱਕ ਪਾਸਾ ਕਰ ਦੇ, ਬਾਪੂ ਨੂੰ ਕਹਿ ਦੇ ਬਸ ਮੈਂ ਤੈਨੂੰ ਬਾਲੇ ਵਾਰੀ ਨੀ ਕਹਿੰਦਾ, ਜਾਂ ਮੈਨੂੰ ਚੱਜ ਵਾਂਗੂ ਅੱਡ ਕਰ ਦੇ, ਕਰ ਦੇ ਇਹਨੂੰ ਅੱਡ, ਦੇਈ ਖੜੀ ਆ ਮੈਂ ਤੈਨੂੰ ਕਨਾਲਾ, ਦੇ ਇਹਨੂੰ ਕਨਾਲਾ ਵੰਡ ਕੇ, ਆਉਣ ਦੇ ਤੇਰੇ ਬਾਪੂ ਨੂੰ ਕੋਈ ਨਾ, ਕਰਦੀ ਆ ਮੈਂ ਗੱਲ ਉਹਦੇ ਨਾਲ। ਕਿਸੇ ਪਾਸੇ ਨੀ ਆ ਰਹੀ ਆ, ਮੈਂ ਤੁਸੀਂ ਤਾਂ ਲਾਉਣ ਲੈਤਾ, ਲਾਉਣ ਤੇ ਭਰ ਦੋ, ਨਾ ਲਾਉਣ ਭਰ ਰਹੇ ਹੋ, ਹੁਣ ਆ ਘਰ ਤੇ ਆਪਾਂ ਲਾਉਣ ਲੈ ਲਿਆ, ਉਹਨਾਂ ਨੇ ਲਾਉਣ ਲੈ ਕੇ ਠਾਣ ਲਈ ਦੋ ਕਨਾਲਾ, ਤੇ ਨਾਲੇ ਭਰਾ ਨੂੰ ਚੱਲ ਪਾਤਾ, ਮੈਨੂੰ ਉਹਦਾ ਕੋਈ ਦੁੱਖ ਨੀ, ਚੱਲ ਪਾਉਣਾ ਸੀ ਉਹਦਾ ਪਾਤਾ, ਸਾਨੂੰ ਬਰਾਬਰ ਹੱਕ ਤੇ ਸਾਡਾ ਵੀ ਬਣਦਾ ਸਾਹਿਬ ਵੀ ਸਾਨੂੰ ਬਰਾਬਰ ਪਾ ਕੇ ਦੇਵੇ, ਪਰ ਆਪਾਂ ਤਾਂ ਐਵੇਂ ਨੀ ਕਹਿੰਦੇ ਵੀ ਚੱਲ ਨਾ ਪਾ ਕੇ ਦੇ, ਆਪਾਂ ਤੇ ਅਸੀਂ ਆਪੀ ਲਵਾਂਗੇ, ਵੀ ਸਾਨੂੰ ਥਾਂ ਤੇ ਦੇ ਦੇ, ਚੱਲ ਆਪਾਂ ਤਾਂ ਸਫੈਦ ਜਗ੍ਹਾ ਦੇ ਦੇ, ਆਪਾਂ ਤਾਂ ਆਪਦੇ ਦੋ ਮੰਜੀਆਂ ਥਾਂ ਆਪ ਖੜਾ ਕਰ ਲਾਂਗੇ, ਹੋਰ ਹੁਣ ਰੋਜ਼ ਬੈਂਕ ਆ ਜਾਂਦਾ ਤੇ ਉਹ ਐ ਨੀ ਪਤਾ ਕਦੋਂ ਕੱਟ ਕੇ ਬਾਹਰ ਚੱਕ ਕੇ ਬਾਹਰ ਬਾਹਰ, ਇਹ ਤਾਂ ਹੈ, ਮੈਂ ਤਾਂ ਤੈਨੂੰ ਐ ਕਹਿੰਦੀ ਸੀ ਜੇ ਆਪਾਂ ਨਾਨੀ ਕੋਲੇ ਗੱਲ ਕਰਕੇ ਦੇਖ ਲਈਏ, ਨਾਨੀ ਕੋਲੇ ਗੱਲ ਕਰਕੇ ਦੇ, ਹੋਰ ਰਿਸ਼ਤੇਦਾਰਾਂ ਨੂੰ ਤਾਂ ਬੁਲਾਉਣਾ ਹੀ ਪਊਗਾ ਆਪਾਂ ਨੂੰ, ਤੇ ਕੀ ਪਤਾ ਤੈਨੂੰ ਪਤਾ ਉਹ ਕੁਛ ਕਹਿਣਗੇ, ਮਾੜਾ ਮੋਟਾ ਤਾਂ ਕਹਿਣਗੇ, ਇਹ ਵੀ ਭਾਈ ਇਹ ਵੀ ਤੇਰਾ ਪੁੱਤ ਹੈ ਕੁਛ ਦੇ, ਹੋਰ ਜਾਂ ਇੱਕ ਪਾਸਾ ਕਰ ਦੇਣ ਵੀ ਤੈਨੂੰ ਦਿੰਦੇ ਨਹੀਂ ਸੀ, ਹਾਂ ਲਾਰਿਆਂ ਚ ਰੱਖੀ ਜਾਂਦੇ, ਨਾ ਦਿੰਦੇ ਹਾਂ ਕਰਦੇ ਵਾ ਨਾ ਕਰਦੇ ਪਏ, ਸਹੀ ਗੱਲ ਆ ਹਨਾ, ਘਰ ਪਾ ਕੇ ਦੇਣਾ ਨਾ ਪਾ ਕੇ ਦੇਣਾ, ਆਹੇ ਸੇਵਨ ਦੀ ਜਿਹੜੀ ਕਨਾਲ ਆਉਂਦੇ ਉਹ ਤਾਂ ਦੇ ਦੇਣਾ, ਕੀ ਗੱਲ ਤੂੰ ਮੈਂ ਕਹੀ ਹੈ ਮਾਂ ਨੂੰ, ਮੈਂ ਤੂੰ ਮੈਨੂੰ ਘਰ ਵੀ ਨਾ ਪਾ ਕੇ ਦੇ, ਚੱਲ ਮੈਂ ਲਾਉਣ ਵੀ ਭਰ ਦਿੰਦਾ, ਚੱਲ ਇਹਦਾ ਵੀ ਕੋਈ ਗੱਲ ਨਹੀਂ, ਫਿਰ ਮੈਨੂੰ ਲਿਖ ਕੇ ਦੇ ਦਿਓ ਵੀ ਇਹ ਤੇਰੀ ਤਾਂ ਹੋ ਜੂਗੀ ਬਾਅਦ ਚ, ਹੈ ਉਹ ਵੀ ਨਹੀਂ ਮੰਨ ਰਹੇ ਤਾਂ ਤੂੰ ਕਿਵੇਂ ਭਰੇਂਗੇ ਲੈ, ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਦੋਨੇ ਪੁੱਤਾਂ ਦੇ ਵਿੱਚ ਇੰਨਾ ਫਰਕ ਕਿਉਂ ਰੱਖਦੀ ਹੈ, ਛੋਟੇ ਨੂੰ ਇੰਨਾ ਪਿਆਰ ਕਰਦੀ ਹੈ ਤੇ ਆਪਣੇ ਨਾਲ ਤੂੰ ਦੇਖ ਲੈ ਬੈਰ ਬੰਨ ਰੱਖਿਆ ਹੈਗਾ, ਤੇ ਆਪਾਂ ਤਾਂ ਕੁਝ ਕਹਿ ਵੀ ਨਹੀਂ ਕਦੇ, ਕਦੇ ਫਰਕ ਵੀ ਨਹੀਂ ਕਿ ਭੈਣ ਦੇ ਵਿਆਹ ਤੇ ਦੇ ਲਾ ਪੈਸੇ ਲਾਇਆ ਇੰਨੇ, ਹੈ ਕਦੇ ਵੀ ਨਹੀਂ ਉਹ, ਚਲੋ ਕਦੇ ਕਿਹਾ ਆਪਾਂ ਚਲ ਕੋਈ ਗੱਲ ਨਹੀਂ, ਉਹ ਤਾਂ ਫਰਕ ਸੀਗਾ ਜਿੰਨਾ ਮੈਂ ਜੀ ਵੀ ਕੁੜੀ ਦੇ ਵਿਆਹ ਤੇ ਤਾਂ ਪੈਸੇ ਲਾਉਣੇ ਸੀ ਦੋਨੇ ਭਾਈਆਂ ਦਾ ਹੱਕ ਸੀਗਾ, ਉਸ ਤਰ੍ਹਾਂ ਲਾਇਆ ਵੀ ਨਹੀਂ, ਚਲ ਕੋਈ ਗੱਲ ਨਹੀਂ ਤਾਂ ਵੀ ਮੈਂ ਚੱਲ ਗਿਆ, ਚਲ ਕੋਈ ਨਾ ਤੂੰ ਕੁੜੀ ਦੇ ਵਿਆਹ ਨੂੰ ਲੈ ਕੇ ਨਾ ਬੈਠਿਆ ਕਰ, ਉਹ ਤਾਂ ਫਰਜ਼ ਸੀ ਆਪਣੇ ਪੈਸੇ ਲਾਉਣਾ, ਆਪਾਂ ਨੇ ਕਰਨਾ ਸੀ ਇੱਕ ਨਾ ਇੱਕ ਦਿਨ ਤਾਂ ਕਰਨਾ ਹੀ ਸੀ, ਦੇਖ ਤੇ ਪਰ ਮੈਂ ਕਹਿੰਦੀ ਆ ਵੀ ਇੰਨਾ ਫਰਕ ਨਹੀਂ ਮਾਂ ਨੂੰ ਰੱਖਣਾ ਚਾਹੀਦਾ, ਜਿਵੇਂ ਪਿਆਰ ਉਹਨੂੰ ਕਰਦੀ ਆ ਤੇ ਪਿਆਰ ਉਹ ਮੈਂ ਤੈਨੂੰ ਵੀ ਕਰੇ, ਹੋਰ ਯਾਰ ਚੱਲ ਦੇਖਦੇ ਬਾਪੂ ਨੂੰ ਨਾਲ ਗੱਲ ਕਰੂਗੀ, ਮੈਂ ਚੱਲ ਨਾਨੀ ਨੂੰ ਫੋਨ ਲਾਉਣਾ, ਤੂੰ ਨਾਨੀ ਨੂੰ ਫੋਨ ਲਾ ਲਾ ਤੇ ਪੁੱਛ ਲੈ ਕੀ ਕਹਿੰਦੀ ਆ, ਚਾਹ ਪੀਣੀ ਤਾਂ ਬਣਾ ਦਾ, ਨਾ ਯਾ ਪੀਣੀ ਨਹੀਂ, ਪੀਣੀ ਨਹੀਂ, ਚੱਲ ਫਿਰ ਮੈਂ ਤਾਂ ਕੰਮ ਪਿਆ, ਮੈਂ ਉਧਰ ਮੜਾ ਡੰਗਰਾਂ ਕਨੀ ਕੰਮ ਕਰਿਆ ਵਾਂ, ਮੈਂ ਦੇਖਾਂ, ਮੈਂ ਪਹਿਲਾਂ ਨਾ ਉਹਦੀ ਕੁੜੀ ਕੋਲ ਜਾਵਾਂ, ਉਹਨੂੰ ਪੁੱਛਾਂ ਵੀ ਕੀ ਗੱਲਬਾਤ ਹੈ, ਚੰਨੀ ਕੋਲ ਤਾਂ ਮੈਂ ਬਾਅਦ 'ਚ ਜਾਊਂਗੀ, ਚੰਨੀ ਤਾਂ ਬਾਅਦ 'ਚ ਕਰਦੀ ਹਾਂ ਵੀ ਕੀ ਗੱਲ ਹੈਗੀ, ਪੁੱਛਾਂ ਜਾ ਕੇ ਵੀ ਕਹਿੰਦੇ ਕਿ ਤਾਂ ਕੀ ਕਰਾਂ, ਪੂਰਾ ਨਹੀਂ ਆਉਂਦਾ, ਆਹ ਗੋਡੇ ਦੇ ਕੁੱਤੇ ਦੇ ਉਦੋਂ ਦੁਖਦੇ, ਇਹਨਾਂ ਨੇ ਉਦੋਂ ਲੈਣਾ, ਸਰਦਾ ਹੈ ਨਹੀਂ ਇੱਕ, ਇਹਨਾਂ ਦਾ ਡਬਾ ਹੀ ਦੂਰ ਪਾਈ ਜਾਂਦਾ, ਸਰਦਾ ਹੈ ਨਹੀਂ ਆਏ ਜਾਏ ਬਿਨਾਂ, ਕੀ ਕਰੀਏ, ਠੰਡੇ ਕਿੱਥੇ, ਮੈਨੂੰ ਸੋਚ ਪੈ ਗਈ, ਮੈਂ ਕੀ ਗੱਲ, ਮੈਨੂੰ ਚੰਨੀ ਨੇ ਫੋਨ ਕਰਤਾ, ਚੰਨੀ ਨੇ ਫੋਨ, ਤਾਂ ਹੀ ਤਾਂ ਮੈਂ ਸੋਚੀ ਜਾਂਦੀ ਹਾਂ, ਮੈਂ ਮਾਂ ਨੇ ਫੋਨ ਫੋਨ ਕੀਤਾ ਹੀ ਨੀ ਮੈਨੂੰ, ਤੇ ਆਈ ਕਿਵੇਂ ਆ ਗਈ, ਮੈਂ ਤਾਂ ਨਾ ਘਰੇ ਕੰਮ ਜਿਹਾ ਕਰੀ ਜਾਂਦੀ ਸੀ, ਆ ਦੇਖ ਲੈ ਆ ਫਿਰਦੇ ਨੇਗੇ ਜਵਾਕ ਜੀ, ਪਿਆ ਕੋਲੇ ਵਗ ਜਾ, ਵਾ ਜਾ ਉੱਥੇ, ਜਵਾਕ ਤਾਂ ਫਿਰ ਜਿਹਦੇ ਹੋਣਗੇ ਪੁੱਤ ਉਹਨਾਂ ਦੇ ਹੋਣਗੇ, ਫਿਰ ਉਹੀ ਫਿਰਨਗੇ ਇੱਥੇ, ਆਪਣੇ ਤਾਂ ਹੈਗੇ ਨੇ ਛੋਟੀ ਆ ਇਹ,
ਚੱਲ ਕੋਈ ਗੱਲ ਨੀ, ਫਿਰਦੇ ਰਹਿਣ ਦੇ ਜਵਾਕ ਤਾਂ ਰੱਬ ਦਾ ਰੂਪ ਹੁੰਦੇ ਆ, ਰੱਬ ਦਾ ਰੂਪ ਤਾਂ ਹੁੰਦੇ ਆ ਤੇ ਚਾਹ ਧਰੀ ਪਈ ਆ। ਸੱਚ ਮੈਂ ਤੈਨੂੰ ਚਾਹ ਲਿਆ ਕਦੇ ਮਾਪੇ ਗੱਲਾਂ ਫੇਰ ਕਰਦੇ ਆ। ਲੈ ਮਾਂ ਚਾਹ ਪੀ ਲੈ, ਤੂੰ ਤਾਂ ਬਾਟੀ ਚ ਪੀਨੀ ਹੁੰਨੀ ਆ। ਲੈ ਸੁਣ, ਮੇਰੀ ਧੀ ਨੂੰ ਐਂ ਤਾਂ ਪਤਾ ਮੇਰੀ ਮਾਂ ਤਾਂ ਜਾਂ ਕੌਲੇ ਚਾਹ ਜਾਂ ਬਾਟੀ ਚ ਉਹੀ ਲਿਆਈ। ਮੈਨੂੰ ਪਤਾ ਮਾਂ ਫਿਰ ਤਾਂ ਐਂ ਕਰਦੀਆਂ, ਚੱਕ ਕੇ ਕਦੇ ਗਲਾਸ ਚ ਪਾ ਲੈਂਦੀਆਂ, ਕਦੇ ਕੱਪ ਚ ਵਿੱਚ ਪੀਤੀ ਨੀ ਜਾਂਦੀ। ਮੈਨੂੰ ਪਤਾ ਗਾ ਮੇਰੀ ਮਾਂ ਦਾ, ਮਾਂ ਕਹਿ ਦਿੰਦੀ ਆ ਮੈਨੂੰ ਤਾਂ ਸਵਾਦ ਜਿਹਾ ਹੀ ਨੀ ਆਉਂਦਾ ਜੇ ਗਲਾਸ ਜੇ ਚ ਪਾ ਦਿੰਦੀ। ਪੀਤੀ ਨੀ ਜਾਂਦੀ ਪੁੱਤ ਗਲਾਸ ਤਾਂ ਮੈਥੋਂ। ਹੋਰ ਤੇ ਮਾਂ ਮੈਨੂੰ ਐਂ ਦੱਸ, ਚੰਨੀ ਨੇ ਫੋਨ ਕੀਤਾ ਸੀਗਾ, ਕੀ ਕਹਿੰਦਾ ਸੀਗਾ? ਤੁਹਾਡੇ ਘਰ ਦਾ ਕੋਈ ਮਸਲਾ ਹੋਊਗਾ ਮੈਨੂੰ ਹੁਣ ਕੀ ਪਤਾ, ਮੈਂ ਤਾਂ ਉਰੇ ਆ ਕੇ ਪਤਾ ਲੱਗੂਗਾ, ਤਾਂ ਇੱਥੋਂ ਮੈਨੂੰ ਤਾਂ ਪਤਾ ਨੀਗਾ। ਮੈਨੂੰ ਤਾਂ ਕਹਿੰਦਾ ਮਾਨੀ ਤੂੰ ਆਈ ਆ ਕੇ। ਘਰ ਦਾ ਮਸਲਾ ਤਾਂ ਹੈਗਾ ਗਾ, ਕੀ ਹੋਣਾ ਸੀ, ਉਹੀ ਨਿੱਕੀ ਜਿਹੀ ਗੱਲ ਸੀ, ਐਡੀ ਵੱਡੀ ਬਣਾਤੀ, ਉਹੀ ਮਗਰ ਪੈ ਰਿਹਾ ਗਾ ਮਾਂ ਗੱਲ ਦੇ। ਕਹਿੰਦਾ ਕਿ ਮੈਨੂੰ ਉਹ ਦੇ ਜਿਹੜਾ ਉਹ ਆ ਹੁਣ ਨੀ ਜਗ੍ਹਾ ਲੈਤੀ ਸੀ ਅਸੀਂ, ਲੋਨ ਲੈਤਾ ਸੀ ਉਧਰਲੇ ਘਰ ਤੇ, ਦੋ ਕਨਾਲਾਂ ਲੈ ਲਈਆਂ ਸੀ, ਕਹਿੰਦਾ ਮੈਨੂੰ ਇੱਕ ਕਨਾਲ ਦਿਓ ਇਹਦੇ ਚੋਂ। ਮੇਰੀ ਗੱਲ ਸੁਣ ਸੁਣ, ਕੋਈ ਕਨਾਲ ਦੇਣ ਦੀ ਲੋੜ ਨੀ, ਠੀਕ ਆ? ਜਿੰਨਾ ਚਿਰ ਜਿਉਂਦੇ ਪੁੱਤ ਆਪਦੇ ਹੱਥ ਮੱਥੇ ਰੱਖੀ, ਕੋਈ ਰੋਟੀ ਨਹੀਂ ਦਿੰਦਾ, ਠੇਡੇ ਲਾਈ ਦੇ ਪਿੱਛੋਂ। ਹਾਂ ਮਾਂ ਗੱਲ ਤਾਂ ਤੇਰੀ ਠੀਕ ਹੈਗੀ, ਮਗਰੋਂ ਕੌਣ ਸਿਆਣਦਾ ਮਾਂ, ਮੈਨੂੰ ਪਤਾ ਹੈ ਜਿਵੇਂ ਤੂੰ ਰੋਦੀ ਫਿਰਦੀ ਆ, ਮੈਨੂੰ ਲੱਗਦਾ ਕਿਤੇ ਮੈਨੂੰ ਵੀ ਐਂ ਨਾ ਰੋਲਣਾ ਪੈ ਜੇ। ਹੁਣ ਤੂੰ ਮੇਰੇ ਕੰਨੀ ਦੇਖ ਲੈ ਪੁੱਤ, ਮੈਂ ਹੱਥ ਵੜਾਈ ਬੈਠੀ ਆ, ਕਾਇਤਾ ਵੀ ਦੱਦ ਉਹਦੀ ਕਰ ਲਓ ਆਪਦਾ ਹਿੱਸਾ ਦੋਨੇ, ਤੇ ਪੁੱਤ ਕੋਈ ਨੀ ਸਿਆਣਦਾ, ਪਾਣੀ ਨੀ ਪੁੱਛਦਾ ਹੁਣ ਤਾਂ ਕੋਈ। ਸਹੀ ਗੱਲ ਆ ਮਾਂ, ਤਾਂ ਹੀ ਤਾਂ ਤੈਨੂੰ ਸਿਆਣਦੇ ਨੀ ਹੈਗੇ, ਹੁਣ ਜਿਹੜੇ ਘਰ ਬਾਰ ਸੀ ਥਾਂ ਫੇੜਾ ਹਿੱਸਾ ਉਹਨਾਂ ਦੇ ਨਾਂ ਲੱਗ ਗਿਆ, ਹੁਣ ਤੈਨੂੰ ਕਿਹਨੇ ਪੁੱਛਣਾ ਕਰੂ, ਰੋਦੀ ਫਿਰਦੀਆਂ ਆਪਦਾ ਕੰਮ ਕਰਕੇ ਖਾਂਦੀ ਆ, ਮੈਨੂੰ ਕਿਹੜਾ ਪਤਾ ਨੀ ਮਾਂ। ਹੁਣ ਜੇ ਪੁੱਤਰ ਕੋਲ ਕੁਛ ਹੋਊਗਾ ਤਾਂ ਤੇਰੇ ਪੈਰਾਂ ਥੱਲੇ ਹੱਥ ਦੇਣਗੇ ਇਹ, ਤੇ ਨਹੀਂ ਤੈਨੂੰ ਜਮਾ ਹੀ ਜਿੱਤੂ ਨੀ ਲਾਇਆ ਕਰਨਗੇ। ਨਹੀਂ ਮਾਂ ਤੇਰੀ ਗੱਲ ਠੀਕ ਆ, ਵਧੀਆ ਹੋ ਗਿਆ ਮਾਂ ਤੂੰ ਆ ਗਈ, ਨਹੀਂ ਤਾਂ ਫੋਨ ਕਰਕੇ ਮੈਂ ਹੀ ਬੁਲਾ ਲੈਣਾ ਸੀ, ਜੇ ਕਿਤੇ ਬਾਲਾ ਵਾਧਾ ਵਧਾ ਲੈਂਦੇ ਇਹ, ਤੇ ਹਜੇ ਉਹਦੇ ਨਾਲ ਨੀ ਗੱਲ ਕੀਤੀ ਮੈਂ ਤੇਰੇ ਜਮਾਈ ਨਾਲ, ਪਤਾ ਨੀ ਕਿੱਧਰ ਗਿਆ ਹੋਇਆ, ਹਜੇ ਤੱਕ ਨੀ ਆਏਗਾ, ਉਹਦੇ ਨਾਲ ਵੀ ਗੱਲ ਕਰਨੀ ਸੀ ਮੈਂ। ਫਿਰ ਗੱਲ ਤਾਂ ਤੁਸੀਂ ਕਰੋ, ਰਾਏ ਕਰੋ ਦੋਨੇ ਜਣੇ। ਮਾਂ ਹੁਣ ਤੂੰ ਆਈ ਹੋਈ ਹੈਗੀ, ਮਾੜਾ ਜਿਹਾ ਤੂੰ ਕਹਿ ਦੀ ਆਪਦੇ ਜਮਾਈ ਨੂੰ ਵੀ ਕੋਈ ਲੋੜ ਨੀ ਹੈਗੀ ਇਹਦੇ ਨਾ ਹੀ ਸਹੁਸਾ ਲਵਾਉਣ ਦੀ, ਹਜੇ ਨਾਲੇ ਚੰਗਾ ਭਲਾ ਬੈਠਾ ਤਾਂ ਹੈਗਾ, ਚੰਗੀ ਸੱਤ ਪਾਈ ਹੋਈ ਆ ਉਹਦੀ, ਪਹਿਲਾਂ ਸਾਰੀ ਰਹਿੰਦੇ ਹੁੰਦੇ ਸੀ ਉਹਦੇ ਚ, ਜਦੋਂ ਮੈਂ ਵਿਆਹੀ ਆਈ ਹਾਂ ਉਹਦੇ ਚ ਰਹਿੰਦੇ ਸੀ ਅਸੀਂ ਉਦੋਂ। ਹਾਂ ਅੱਗੇ ਤਾਂ ਪਤਾ ਨਹੀਂ ਸੀ ਟਾਈਮ ਪਾਸ ਕਰੀ ਜਾਂਦੇ ਸੀ, ਇਹ ਤਾਂ ਹੁਣ ਕਹੇਗੀ ਕਹਿੰਦੀ ਹੈ ਜਦੋਂ ਆ ਜਾਣਗੀਆਂ ਤੇਜ਼ ਆਉਂਦੀਆਂ ਤੀਵੀਆਂ। ਇਹ ਬਾਹਲੀ ਤੇਜ਼ ਹੈਗੀ, ਉਹ ਉਂਗਲਾ ਲਾਉਂਦੀ ਉਹਦੇ ਕੁਛ ਆਪ ਵੀ ਮਗਰ ਲੱਗਦਾ ਗਾ ਉਹਦੇ, ਲੋਕ ਉਂਗਲਾ ਲਾ ਦਿੰਦੇ ਨੇ ਵੀ ਉਹਨੂੰ ਤਾਂ ਘਰ ਪਾ ਕੇ ਦੇਤਾ ਤੈਨੂੰ ਕੁਛ ਦਿੱਤਾ ਨੀ ਹੈਗਾ, ਆਹੋ ਬਸ ਬਾਹਰ ਉਂਗਲਾ ਚੜ ਜਾਂਦਾ। ਮੈਂ ਤਾਂ ਆਏ ਨੀ ਦੇਖ ਮਾਂ ਇਹਨੂੰ ਕਰਦੀ ਹੈਗੀ, ਮਾਂ ਚੱਲ ਵੱਡਾ ਇਹ ਸਿਆਣਾ ਗਾ ਆਪਦੇ ਕਮਾਈ ਕਰਦਾ ਚੰਗੀ, ਕੁਛ ਨੀ ਹੁੰਦਾ ਪਾਲੂਗਾ, ਇਹ ਨਿਆਣਾ ਗਾ। ਚੱਲ ਰੱਖੀ ਤਾਂ ਦੋਨਾਂ ਨੂੰ ਇੱਕੋ ਜੀ ਪੁੱਤ, ਬੱਟੇ ਨਾਲ ਪਾਣੀ ਦੋਨਾਂ ਚ ਦੇਖ, ਤੇ ਪਰ ਮੈਂ ਤੈਨੂੰ ਬਾਰ ਬਾਰ ਇਹੀ ਕਹਿੰਦੀ ਹੈ ਵੀ ਹੱਥ ਨਾਲ ਦੇ ਬੜਾ ਨੀ ਮੇਰੀ ਧੀ ਚੰਗਾ। ਨਹੀਂ ਮਾਂ ਹੱਥ ਤਾਂ ਮੈਂ ਕੰਨ ਬਣਾਉਣੀ ਆ, ਨਾਲੇ ਇਹਦਾ ਵੱਡੇ ਦਾ ਤਾਂ ਮੈਨੂੰ ਘੱਟ ਹੀ ਆਉਂਦਾ, ਮੈਨੂੰ ਤਾਂ ਛੋਟੇ ਦਾ ਮੋਹ ਵਾਲਾ ਮਾਰਦਾ ਗਾ, ਉਹ ਲਾਡਾ ਨਾਲ ਪਾਲਿਆ ਤੈਨੂੰ ਪਤਾ, ਇਹ ਹੁਣ ਵੱਡਾ ਹੋ ਰਿਹਾ ਗਾ, ਇਹਦਾ ਮੈਨੂੰ ਉਹੀ ਘੱਟ ਆਉਂਦਾ, ਇਹਦੇ ਘਰ ਵਾਲੀ ਨੀ ਵਧੀਆ ਹੈਗੀ, ਉਹ ਲੜਾਕਾਂ ਜੀ ਆ ਥੋੜੀ ਜੀ। ਅੱਛਾ ਲੜਦੀ ਰਹਿੰਦੀ ਤੇ ਦੇਖੂ ਨੀ ਤਬਾਹੂ ਮਿੱਟੀ ਲੱਗਦੀ ਆ ਉਹ। ਆਹੋ ਮੂੰਹ ਦੀ ਮਿੱਠੀ ਹੈਗੀ ਮਾਂ, ਮੈਂ ਤਾਂ ਲੜਦੀ ਹੈਗੀ, ਮੈਂ ਤਾਂ ਜਦੋਂ ਆਉਂਦੇ ਨਾਨੀ ਨਾਨੀ ਕਰਦੀ ਆ ਮੈਨੂੰ ਤਾਂ। ਆਹੋ ਨਾਨੀ ਨਾਨੀ ਤਾਂ ਕਰਨਾ ਹੀ ਹੈਗਾ, ਉਹ ਤਾਂ ਫਿਰ ਆਇਆ ਹੁੰਦਾ ਵੀ ਨਾਨੀ ਕੁਛ ਲੈ ਕੇ ਆਊਗੀ ਇੱਧਰ, ਹੋਰ ਕੀ। ਤੇਰੀ ਗੱਲ ਠੀਕ ਆ, ਚੱਲ ਹੁਣ ਤਾਂ ਫਿਰ ਰਿਸ਼ਤੇਦਾਰਾਂ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ, ਮੈਂ ਤਾਂ ਦੋ ਤਾਂ ਇੱਕੋ ਜਿਹੇ ਦੋਨੇ। ਚੰਗਾ ਮਾਂ ਚਾਹ ਪੀ ਲੈ, ਠਰੀ ਆਉਂਦੀ ਹੈ। ਤੂੰ ਵੀ ਚੰਗਾ, ਕੋਈ ਨਾ ਮਾਂ ਇਹ ਤਾਂ ਮੈਂ ਪੀ ਲੂੰਗੀ ਚਾਹ, ਤੇ ਤੂੰ ਮਾੜਾ ਜਿਹਾ ਸਮਝਾਈ ਆਪਦੇ ਜਮਾਈ ਨੂੰ, ਨਾਲੇ ਚੰਨੀ ਨੂੰ ਕਹੀਂ ਕਿ ਤੈਨੂੰ ਕੀ ਲੋੜ ਹੈਗੀ ਹਿੱਸੇ ਉਸ ਮੰਗਣ ਦੀ, ਚੰਗਾ ਭਲਾ ਤੁਹਾਡੇ ਕੋਲ ਥਾਂਗਾ ਬੈਠੇ ਰਹੋ, ਉਹ ਕਿਹੜਾ ਝੁੰਬੀ 'ਚ ਬੈਠਾ ਗਾ। ਕੋਈ ਨੀ ਮੈਂ ਕਹੂੰਗੀ, ਚੰਨੀ ਨਾਲ ਵੀ ਕਰਦੀ ਗੱਲ ਕੋਈ ਨੀ। ਆ ਦੇਖ ਲੈ ਲੈ ਸੱਦ ਕੇ ਮੈਨੂੰ ਆ ਪੈਸਾ ਸੱਦੇ ਮੰਗਾਉਣਾ। ਕਹਿਣਾ ਨੀ ਠੀਕ ਆ ਪੁੱਤ, ਠੀਕ ਆ? ਹਾਂ ਠੀਕ ਠਾਕ। ਲੈ ਮੈਂ ਤੈਨੂੰ ਚਾਹ ਲਿਆ ਕੇ ਦਵਾਂ ਪਹਿਲਾਂ ਚਾਹ? ਤੂੰ ਚਾਹ ਤਾਂ ਪੁੱਤ ਬਸ, ਉੱਥੇ ਨਾ ਸਵੀਰ ਲੱਗੀ ਹੋਈ ਦੇਖ, ਅੱਜ ਸੀਦੀ ਦਿਹਾੜਾ ਸੀਗਾ ਹਨਾ, ਤੇ ਮੈਂ ਉੱਥੇ ਪੀ ਆਈ ਪਾਣੀ ਆਉਂਦੀ ਉਹਦੀ। ਉਹ ਚਾਹ ਉਹ ਤਾਂ ਵਧੀਆ ਗੱਲ ਪੀ ਆਈ, ਚੱਲ ਸਾਡਾ ਹੀ ਫਰਜ਼ ਬਣਦਾ ਚਾਹ ਪਾਣੀ ਪੁੱਛਣ ਦਾ। ਮਾਸ਼ਾਅੱਲਾ ਸੇ ਦੇਖ ਜਿਉਂਦੇ ਵਸਦੇ ਰਹੋ ਪੁੱਤ, ਰੱਬ ਤੁਹਾਨੂੰ ਕੌੜੀ ਵੇਰ ਵਾਂਗੂ ਵਧਾਵੇ।
ਤੇ ਉਹ ਤਾਂ ਹੱਕ ਆ ਪੁੱਛਣ ਦਾ, ਕੋਈ ਗੱਲ ਨੀ। ਤੂੰ ਹੁਣ ਮੈਨੂੰ ਐਂ ਦੱਸ ਮੈਨੂੰ ਕਿਵੇਂ ਬੁਲਾਇਆ ਸੀ? ਦੇਖ ਨਾਨੀ, ਬੁਲਾਇਆ ਤੈਨੂੰ ਮੈਂ ਮਜਬੂਰੀ ਕਰਕੇ ਆ, ਠੀਕ ਆ। ਹੁਣ ਦੇਖ ਲਾ ਮਾਮੇ ਹੋਰਾਂ ਦਾ ਤੂੰ ਵਧੀਆ ਅੱਡ ਕੀਤੇ ਆ, ਸੋਹਣਾ ਕੀਤਾ, ਘਰ ਬਾਰ ਪਾ ਕੇ ਦਿੱਤਾ, ਜ਼ਮੀਨ ਵੰਡ ਕੇ ਦਿੱਤੀ, ਸਾਰਾ ਆਪਦਾ ਖੁਸ਼ ਖੁਸ਼ ਜੀ ਜਾਂਦੇ ਨਾ, ਅਤੇ ਰੋਟੀ ਪਾਣੀ ਤੂੰ ਵੀ ਖਾਈ ਜਾਂਦੀ ਸਾਰਾ ਕੁਛ, ਹੈ। ਮੈਂ ਤੈਨੂੰ ਤਾਂ ਬੁਲਾਇਆ ਵੀ ਮੈਨੂੰ ਅੱਡ ਤਾਂ ਕੀਤਾ ਪਿਆ ਇਹਨਾਂ ਨੇ, ਆਹ ਘਰ 'ਤੇ ਲੋਨ ਲੈ ਕੇ ਉੱਧਰ ਦੋ ਕਨਾਲਾਂ ਲੈ ਲਈਆਂ, ਠੀਕ ਹੈ, ਅਤੇ ਛੋਟੇ ਨੂੰ ਘਰ ਵੀ ਪਾ ਤਾ। ਚੱਲ ਮੈਂ ਉਹਦਾ ਕੋਈ ਦੁੱਖ ਨਹੀਂ, ਕੋਈ ਪਾਤਾ, ਚੱਲ ਵਧੀਆ ਗੱਲ, ਪਾਉਣਾ ਹੀ ਸੀ ਉਹਨਾਂ ਦੇ ਘਰ 'ਤੇ। ਮੇਨ ਗੱਲ ਤਾਂ ਹੈ ਨਾ ਮੈਨੂੰ ਆਹ ਘਰ 'ਚੋਂ ਹਿੱਸਾ ਦੇ ਰਹੇ ਹੈ, ਨਾ ਉੱਧਰੋਂ ਹਿੱਸਾ ਦੇ ਰਹੇ ਹੈ। ਮੈਂ ਤੈਨੂੰ ਤਾਂ ਬੁਲਾਇਆ ਵੀ ਮੈਨੂੰ ਇੱਕ ਨਾਲ ਦਵਾ ਕੇ ਦੇ, ਮੈਂ ਘਰ ਪਾ ਲਾਂ ਆਪਦਾ, ਅਤੇ ਉਦੋਂ ਬਾਅਦ ਮੇਰੇ ਜਵਾਕ ਹੁਣ ਤਾਂ ਮੈਂ ਪੜ੍ਹਾਈ ਨਾ ਜਵਾਕ, ਹੁਣ ਤਾਂ ਖਰਚਾ ਨਹੀਂ ਕੋਈ, ਅੱਗੇ ਜਾ ਕੇ ਕੋਰਸ ਵੀ ਕਰਾਉਣੇ ਪੈਣਗੇ। ਮੈਂ ਜਵਾਕਾਂ ਨੂੰ ਕੋਰਸ ਕਰਾਊਂਗਾ, ਘਰ ਪਾਊਂਗਾ, ਜਾਂ ਮੈਂ ਵਿਆਹ ਕਰੂੰ ਜਵਾਕਾਂ ਦਾ। ਇੰਨੇ ਪੈਸੇ ਕਿੱਥੇ ਹੁੰਦੇ ਗਰੀਬ ਬੰਦੇ ਕੋਲ? ਹੈ ਤਾਂ ਪੁੱਤ ਮੈਂ ਕਹਿੰਦੀ, ਦੇਖ ਸਾਡੇ ਕੋਲ ਤਾਂ ਹੈਗਾ ਸੀ ਵਾਹਣ ਤੇਰੇ ਮਾਮੇ ਹੋਰ, ਤਾਂ ਮੈਂ ਤਾਂ ਦੇਤਾ ਵੰਡ ਕੇ, ਤੇ ਪੁੱਤ ਤੁਹਾਡੇ ਕੋਲ ਕੀ ਇੱਕ ਕਨਾਲ ਆ, ਉਹਦੇ ਨਾਲ ਕੀ ਹੋਊਗਾ ਇੱਕ ਕਨਾਲ ਨਾਲ? ਬੇਬੇ ਕਨਾਲ ਤਾਂ ਮੈਂ ਘਰ ਪਾਲੂ ਨਾ ਆਪਦਾ, ਪੰਗਾ ਤਾਂ ਐਂ ਆ। ਹੁਣ ਦੂਜਾ ਕਨਾਲ ਤਾਂ ਦੇ ਦੀ, ਭਰਾ ਨੂੰ ਦੇ ਦੀ, ਚੱਲ ਮੈਂ ਉਹਦਾ ਦੇਣੇ ਦੇਣੇ ਹਿੱਸਾ ਵੰਡਦਾ। ਚੱਲ ਮੈਂ ਐਵੇਂ ਕਹਿਣਾ ਮੈਂ ਆਹ ਲੋਨ ਭਰ ਦਿੰਦਾ ਇਹਦਾ, ਤੇ ਮੇਰੇ ਨਾਮ ਕਰਾ ਦਿਓ ਆਹ ਘਰ। ਉਹ ਵੀ ਨਹੀਂ ਮੰਨਦੇ ਪਏ, ਨਾ ਕਹਿੰਦਾ ਅਸੀਂ ਨਹੀਂ ਕਰਾਉਂਦੇ। ਦੇਖ ਮੈਂ ਤਾਂ ਤੈਨੂੰ ਕਹਿੰਦੀ ਐਂ ਕਹਿੰਦੀ, ਪੁੱਤ ਦੇਖ ਤੁਸੀਂ ਮੈਨੂੰ ਇੱਕੋ ਜਿਹੇ ਦੋਨੇ ਦੋ ਤੇ, ਹੈਨਾ, ਦੇਖ ਜਿਹੜੀ ਕਨਾਲ ਆਏਗੀ ਤੈਨੂੰ ਮੈਂ ਉਹ ਦਵਾ ਦਿੰਦੀ ਹਾਂ, ਤੇ ਉਹਦੇ 'ਚ ਤੁਸੀਂ ਘਰ ਪਾ ਲਓ। ਜੇ ਪੁੱਤ ਨਾ ਕਹੇ, ਦੇਖ ਨਾ ਤਾਂ ਨਹੀਂ ਮੈਂ ਜ਼ਿੰਮੇਵਾਰੀ ਲੈਂਦੀ, ਕਿਉਂ ਗਾਹਾਂ ਤੇਰੇ ਪਿਓ ਦਾ ਨਹੀਂ ਪਤਾ ਉਹ ਬੈੜਾ ਹੈਗਾ। ਉਹ ਤਾਂ ਠੀਕ ਹੈ ਗੱਲ, ਮੈਂ ਉਹ ਹੀ ਤਾਂ ਤੈਨੂੰ ਬੁਲਾਇਆ, ਉਹ ਤਾਂ ਮੈਨੂੰ ਦੇ ਰਿਹਾ ਕਨਾਲ ਤਾਂ ਮੈਨੂੰ ਦੇ ਰਿਹਾ, ਕਹਿੰਦਾ ਘਰ ਪਾਲਾ, ਮੁੜ ਕੇ ਘਰ 'ਤੇ ਲੋਨ ਲੈ ਲਏ, ਮਾਂ 'ਚ ਮੈਂ ਕਿੱਧਰ ਜਾਊਂਗਾ? ਔਖਾ ਨਾ, ਜ਼ਿੰਮੇਵਾਰੀ ਤੂੰ ਨਹੀਂ ਲੈ ਰਹੀ ਉਹਦੀ, ਜ਼ਿੰਮੇਵਾਰੀ ਲੈਂਦੀ ਮੈਂ ਤਾਂ ਚੱਲ ਪਾ ਲੈਣਾ ਘਰ। ਨਹੀਂ ਪੁੱਤ ਮੇਰਾ ਤਾਂ ਦੇਖ ਜਿੰਨਾ ਕੁ ਹੱਕ ਬਣਦਾ, ਦੇਖ ਮੈਂ ਕਹਿ ਸਕਦੀ ਹਾਂ ਵੀ ਘਰ ਪਾ ਲੈਣ ਦੇ ਪੁੱਤ ਇਹਨਾਂ ਨੂੰ ਇੱਥੇ, ਹੁਣ ਨਾ ਤਾਂ ਮੇਰੇ ਕਹੇ ਉਹਨਾਂ ਨੇ ਕਰਨੀ, ਉਹ ਤਾਂ ਪੁੱਤ ਕੀ ਹੈਗਾ, ਹੁਣ ਮੈਨੂੰ ਕਹਿੰਦੇ ਤੂੰ ਤਾਂ ਕਰਾਤਾ ਨਾ ਪਹਿਲਾਂ, ਹੁਣ ਤੂੰ ਫਿਰਦੀ ਆ ਠੇਬੇ ਖਾਂਦੀ, ਚੱਲ ਭਾਵੇਂ ਰੋਟੀ ਦਿੰਦੇ ਕਾਹੇ ਹੁੰਦਾ ਹੈ, ਕਾਹੇ ਦਿੰਦੇ ਆ ਪੁੱਤ? ਮਾਂ ਰੋਟੀ ਦੀ ਮੈਂ ਗਰੰਟੀ ਲੈਣਾ, ਲਿਖ ਕੇ ਲੈ ਲਾ ਪਰ ਨੋਟ ਤੇ, ਰੋਟੀ ਦੀ ਫੁੱਲ ਜ਼ਿੰਮੇਵਾਰੀ ਹੈ, ਜਿਵੇਂ ਮੈਂ ਖਾਇਆ ਕਰੂੰ ਰੋਟੀ, ਪਹਿਲਾਂ ਉਹਨੂੰ ਰੋਟੀ ਦਿਆ ਕਰਾਂਗੇ, ਮਾਂ ਨੂੰ ਪਿਓ ਨੂੰ ਰੋਟੀ ਦਿਆ ਕਰੂੰਗਾ, ਜਿਹੜਾ ਫਲ ਫਰੂਟ ਲਿਆ ਕਰਾਂਗੇ ਪਹਿਲਾਂ ਉਹਨਾਂ ਨੂੰ ਦਿਆ ਕਰੂੰਗਾ, ਬਾਅਦ 'ਚ ਅਸੀਂ ਖਾਇਆ ਕਰਾਂਗੇ, ਇੰਨੀ ਗਰੰਟੀ ਲੈ ਲੈਣਾ ਲਿਖ ਕੇ। ਉਹ ਨਹੀਂ ਪੁੱਤ ਪਹਿਲਾਂ ਕਹਿੰਦੇ ਹੁੰਦੇ ਆ, ਮੈਂ ਲਿਖ ਕੇ ਦਿੰਦਾ ਪਿਆ ਕਹਿੰਦੇ ਹੁੰਦੇ ਲੈ, ਹੁਣ ਕਹਿੰਦਾ ਮਾਂ ਹੋਰ ਸਾਡੇ ਕੋਲ ਜ਼ਮੀਨ ਤੇ ਨਹੀਂ ਆ, ਘਰਾਂ ਵਾਸਤੇ ਆ, ਜਾਂ ਮੈਨੂੰ ਬੇਦਖਲ ਕਰ ਦੇਣਾ। ਨਾ ਬੇਦਖਲ ਤਾਂ ਕਿਉਂ ਕਰ ਦੇਣਾ, ਹਾਂ ਤੂੰ ਉਸ ਦਾਦੇ ਢੇਰੀ ਕਿਉਂ ਪੁੱਤ? ਦੇਖ ਇਹ ਤਾਂ ਇੱਕ ਨਾ ਮੇਰਾ ਹੁੰਦਾ, ਉਹ ਕੋਈ ਹਿੱਕ ਤਾਂ ਧਰ ਕੇ ਲੈ ਜਾਣਗੇ? ਉਹ ਹਿੱਕ ਤੇ ਨਹੀਂ ਬੇਬੇ, ਮੈਨੂੰ ਯਕੀਨ ਨਹੀਂ ਮੁੜ ਕੇ ਲਾਉਣ ਲੈਣਾ, ਮੈਨੂੰ ਔਖਾ ਹੋ ਜਾਊਗਾ, ਪੰਗਾ ਤਾਂ ਐਂ ਆ, ਚਾਹ ਤੂੰ ਜ਼ਿੰਮੇਵਾਰੀ ਲੈ ਲਾ। ਨਾ ਪੁੱਤ ਦੇਖ ਇਹ ਤਾਂ ਨਹੀਂ ਮੈਂ ਜ਼ਿੰਮੇਵਾਰੀ ਲੈਂਦੀ ਨਾ ਉਹਨੂੰ ਕਰਾਉਣ ਦੀ ਤਾਂ। ਅੱਛਾ ਊਂ ਤੈਨੂੰ ਮੈਂ ਕਹਿਦਾ ਨਹੀਂ ਆ, ਮੈਂ ਇਹਨਾਂ ਨੂੰ ਪਲਾਟ 'ਚ ਘਰ ਪਾ ਲੈਣ ਦੇ ਭਾਈ। ਉਹ ਬੇਬੇ ਹਾਂ, ਫਿਰ ਜੇ ਲਾਉਣ ਦੀ ਜ਼ਿੰਮੇਵਾਰੀ, ਜੇ ਲਾਉਣ ਲੈ ਲਿਆ ਫਿਰ ਉਹਦਾ ਕੌਣ ਦਿੰਦੇ, ਤੂੰ ਭਰ ਦੇਗੀ? ਮੈਂ ਤਾਂ ਕਿੱਥੋਂ ਭਰ ਦੂੰਗੀ, ਫਿਰ ਭਰਨੇ ਸਾਨੂੰ ਪੈਣਗੇ ਜਿਹੜੇ ਲਾਉਂਗੇ ਤੁਸੀਂ। ਫਿਰ ਪੰਗਾ ਤਾਂ ਇਹ ਆ, ਭਰ ਤੇ ਆਹ ਲਾਉਣ ਨਹੀਂ ਰਹੇ ਤੇ ਉੱਥੋਂ ਉਹ ਕਿੱਥੋਂ ਭਰ ਦੂਗਾ? ਕਿਉਂ ਕਹਾ ਹੁਣ ਮੈਂ ਜੇ ਤੇਰੇ ਪਿਓ ਨੂੰ ਕਹੂੰ ਪੁੱਤ ਪੁੱਠਾ ਬੋਲਦਾ ਮੂਹਰੋਂ? ਉਹ ਤਾਂ ਠੀਕ ਆ, ਹੁਣ ਤੂੰ ਤੇ ਕਿਸੇ ਭਾਈ ਮੈਂ ਤੈਨੂੰ ਬੁਲਾਇਆ, ਮੈਂ ਚੱਲ ਕਰਵਾ ਦਾਂਗੇ, ਨਹੀਂ ਮੈਨੂੰ ਪੰਚਾਇਤ ਜਾਣਾ ਪਊਗਾ, ਹੋਰ ਬੁਲਾਉਣਾ ਫਿਰ ਔਖਾ ਹੋ ਜਾਊਗਾ, ਮੈਨੂੰ ਐਂ ਕਹੇ ਬੇਦਖਲ ਹੀ ਕਰ ਦੇਣਾ, ਪੰਗਾ ਤਾਂ ਇਹ ਆ। ਨਾ ਨਾ ਬੇਦਖਲ ਤਾਂ ਕਿਉਂ ਪੁੱਤ, ਦੇਖ ਰਿਸ਼ਤੇਦਾਰਾਂ ਨੂੰ ਤਾਂ ਸਾਰੇ ਇੱਕੋ ਜਿਹੇ ਹੁੰਦੇ ਰਿਸ਼ਤੇਦਾਰ, ਹੈ ਨਾ। ਮੈਂ ਐਂ ਕਹਿੰਦੀ ਪੁੱਤ ਮੈਂ ਫਿਰ ਕਰਕੇ ਦੇਖਦੀ ਗੱਲ ਤੇਰੀ ਮਾਂ ਨਾਲ ਜਾ ਕੇ, ਹੈ ਪੁੱਛਦੀ ਉਹਨੂੰ ਵੀ ਕੀ ਕਹਿੰਦੀ ਹੈ। ਚੱਲ ਪੁੱਛ ਲਾ। ਹਾਂ ਮੈਂ ਪੁੱਛਦੀ ਫਿਰ ਮੈਂ ਜਾਂਦੀ। ਚੱਲ ਕੋਈ ਗੱਲ ਨਹੀਂ, ਬਾਜੀ ਟਾਈਮ ਠਹਿਰ ਕੇ ਬਾਜੀ ਰੋਟੀ ਰੋਟੀ ਤੇ ਖਾ ਲਾ। ਨਾ ਬਸ ਉਹ ਮੈਂ ਰੋਟੀ ਪਾਣੀ ਸਾਰਾ ਕੁਛ ਖਾ ਕੇ ਫੇਰ ਤੁਰੀ ਸੀ ਘਰੋਂ, ਦਿਨ ਤਾਂ ਕਿੱਥੇ ਆਇਆ ਪਿਆਗਾ। ਲੈ ਨਾਨੀ ਇਹ ਕੀ ਗੱਲ ਬਣੀ, ਤੂੰ ਆਈ ਆ ਚਾਹ ਪਾਣੀ ਪੀ, ਆਰਾਮ ਕਰ 10 ਮਿੰਟ, ਰੋਟੀ ਖਾ ਫੇਰ ਜਾਈ ਤੂੰ। ਨਾ ਕੋਈ ਨਹੀਂ ਪੁੱਤ, ਬਸ ਮੈਂ ਕਰਦੀ ਗੱਲ, ਮੈਂ ਤਾਂ ਸੋਚ ਪਾਤੀ ਤੁਸੀਂ ਕਿਹੜੇ ਰੋਟੀਆਂ ਚੰਗੀਆਂ ਲੱਗਦੀਆਂ ਹੈ, ਜੇ ਤਾਂ ਧੀ ਨੂੰ ਕਹਿੰਦੀ ਤਾਂ ਮਰਦੀ ਆ, ਜੇ ਸੋਡੀ ਨਹੀਂ ਮੰਨਦੀ ਤਾਂ ਮਰਦੀ ਆ ਮੈਂ ਤਾਂ। ਚੱਲ ਠੀਕ ਆ ਨਾਨੀ, ਨਾਨੀ ਵੀ ਉਧਰ ਮਾਂ ਦੀ ਡੱਕਾ ਸਿੱਟੀ ਜਾਂਦੀ ਹੈ, ਕੁੜੀ ਉਹਦੀ ਹੈ।
ਉਧਰ ਹੀ ਧੱਕਾ ਸਿੱਟੂ ਇਹ ਕੀ ਕੀਤਾ ਹੈ ਜਾਂ ਮੈਨੂੰ ਬੇਦਖਲੀ ਕਰ ਦਿਓ ਯਾਰ ਪਰਮਾਤਮਾ ਆਪੀ ਦੇ ਜਿਹੜਾ ਮੇਰਾ ਬਣਦਾ ਹਿੱਸਾ ਪਾਣੀ ਪੂਣੀ ਲਿਆ ਥੱਕ ਬੜੀ ਗਰਮੀ ਹੈ ਬਾਹਰ ਤੇ ਕਿਹਾ ਕੀ ਨੀ ਸੀ ਬਾਹਰ ਜਾਣ ਨੂੰ ਬਣ ਕੇ ਗੱਗੂ ਕੇ ਲਮੋਜ ਨਾਲ ਵਗ ਜਾਂਦਾ ਬਾਹਰ ਗੇੜੇ ਲਾਉਣ ਖੇਤ ਗਿਆ ਸੀਗਾ ਖੇਤ ਗਿਆ ਬਾਹਰ ਗਈ ਮੈਂ ਦੱਸ ਬਹੂ ਕਹਿੰਦੀ ਨਾ ਮੈਨੂੰ ਕਹਿੰਦੀ ਨੀ ਚਾਚੀ ਕਹਿੰਦੀ ਮੇਰਾ ਚਾਚਾ ਤਾਂ ਕਹਿੰਦੀ ਐ ਗੱਗੂ ਕੇ ਲਵਣ ਕੇ ਜਾਂਦਾ ਹੁੰਦਾ ਬਲਾਈ ਸੋਹਣਾ ਲੱਗਦਾ ਗਾ ਨਜ਼ਰਾਂ ਨਾਲ ਵਾਲ ਨੀ ਕਿਤੇ ਉਹ ਕਿਉਂ ਲੋਕਾਂ ਦੀਆਂ ਸੁਣਦੀਆਂ ਹੁੰਦੀਆਂ ਲੋਕ ਤਾਂ ਹੀ ਮੱਚਦੇ ਹੁੰਦੇ ਆ ਤੂੰ ਰਹਿਣ ਦੇ ਉਹ ਮੈਨੂੰ ਐਂ ਦੱਸ ਮਾਂ ਦੇਖੀ ਸੀ ਮੈਂ ਬਾਜ਼ਾਰ ਚ ਕਿਵੇਂ ਮਾਂ ਦੇਖੀ ਆ ਰਹੀ ਆ ਮਾਂ ਦੇਖੀ ਕੀ ਸੀ ਆ ਰਹੀ ਹੈ ਕਿੱਥੇ ਆ ਉਧਰ ਗਈ ਹੋਈ ਹੈ ਚੰਨੀ ਕੋਲੇ ਚੰਨੀ ਕੋਲ ਗਈ ਹੋਈ ਹੈ ਕਿਉਂ ਚੰਨੀ ਨੇ ਬੁਲਾਇਆ ਸੀ ਉਹਨੂੰ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਮੈਨੂੰ ਤਾਂ ਮਾਂ ਨੇ ਫੋਨ ਵੀ ਨਹੀਂ ਕੀਤਾ ਚੰਨੀ ਨੇ ਫੋਨ ਕਰਿਆ ਸੀ ਉਹਨੂੰ ਅੱਛਾ ਮੈਂ ਦੱਸਦੀ ਹੁਣ ਕਿਉਂ ਕਰਿਆ ਸੀਗਾ ਫੋਨ ਹਾਂ ਆ ਜਿਹੜਾ ਆਪਾਂ ਲੋਨ ਜਾਂ ਨਹੀਂ ਚੱਕਿਆ ਗਾ ਲੋਨ ਚੱਕ ਕੇ ਆਪਾਂ ਜਗ੍ਹਾ ਜੀ ਖਰੀਦ ਲਈ ਦੋ ਕਨਾਲਾਂ ਅੱਛਾ ਹੁਣ ਕੀ ਪਤਾ ਕਿਹਦੇ ਮਗਰ ਲੱਗ ਰਿਹਾ ਚੰਨੀ ਪਹਿਲਾਂ ਤਾਂ ਕਦੇ ਬੋਲਿਆ ਨਹੀਂ ਸੀ ਤੇ ਹੁਣ ਉਹ ਕਨਾਲ ਮੰਗਦਾ ਕਹਿੰਦਾ ਮੈਨੂੰ ਤਾਂ ਇੱਕ ਕਨਾਲ ਦਿਓ ਮੇਰਾ ਹਿੱਸਾ ਦਿਓ ਲੈ ਐ ਕਿਵੇਂ ਦੇ ਦਈਏ ਕਨਾਲ ਉਹਨੂੰ ਉਦੋਂ ਕਿਹਾ ਨਹੀਂ ਸੀ ਅੱਡੋਂ ਦੇ ਜਦੋਂ ਭਈ ਅਸੀਂ ਨਹੀਂ ਅਜੇ ਕੁਝ ਦੇ ਸਕਦੇ ਤੈਨੂੰ ਕਹਿੰਦਾ ਫਿਰ ਆਪਦੀ ਚਲਾਉਂਦਾ ਇਹ ਆਪਦੀਆਂ ਚਲਾਉਂਦਾ ਫਿਰ ਹੁਣ ਮੈਂ ਕੀ ਕਰਾਂ ਕਨਾਲ ਮੰਗਦਾ ਇਹ ਹੁਣ ਟੈਨਸ਼ਨ ਪਾਈਏ ਫਿਰ ਮਾਂ ਕਹਿ ਕੇ ਗਈ ਆ ਕੁਛ ਤੈਨੂੰ ਮਾਂ ਤਾਂ ਕੇਰਾਂ ਤਾਂ ਮੇਰੇ ਕੋਲੇ ਆਈ ਸੀਗੀ ਮੈਂ ਉਹਨੂੰ ਕਿਹਾ ਮੈਂ ਤੂੰ ਚੰਨੀ ਨੂੰ ਸਮਝਾ ਕੇ ਆ ਮਾੜਾ ਮੋਟਾ ਮੈਂ ਕਿਹਾ ਹਜੇ ਚੰਨੀ ਦੇ ਬਾਪੂ ਨੂੰ ਆ ਜਾਂਦੇ ਮੈਂ ਤਾਂ ਫੇਰ ਦੱਸੂਗੀ ਉਹਨੂੰ ਨਾਲੇ ਮੈਂ ਉਹਨੂੰ ਕਿਹਾ ਮੈਂ ਸਮਝਾ ਕੇ ਜਾਈ ਉਹਨੂੰ ਚੰਨੀ ਨੂੰ ਸਮਝਾਉਣ ਗਈ ਆ ਹੁਣ ਮਾੜਾ ਮੋਟਾ ਹੁਣ ਜੇ ਮਾਂ ਆ ਗਈ ਫਿਰ ਪਤਾ ਲੱਗੂ ਕੀ ਕਹਿੰਦਾ ਗਾ ਉਹਦੀ ਹਜੇ ਕਿਸਤ ਕੁਸ ਭਰਨ ਵਾਲੀ ਹੈ ਉਹਦੇ ਕਿਵੇਂ ਦੇਣਾਗੇ ਉਹਨੂੰ ਯਾਰ ਤੂੰ ਗੱਲ ਨਹੀਂ ਸਮਝਦੀ ਹੁੰਦੀ ਮੈਨੂੰ ਵੀ ਕਹਿ ਕੇ ਗਿਆ ਚੰਨੀ ਇੱਧਰ ਆਇਆ ਸੀਗਾ ਮੈਨੂੰ ਕਹਿੰਦਾ ਮਾਂ ਕਹਿੰਦਾ ਕਿਸਤਾਂ ਤਾਂ ਤੁਸੀਂ ਭਰਦੇ ਨੇ ਕਹਿੰਦਾ ਕਿਸਤਾਂ ਆੜੀਆਂ ਪਈਆਂ ਕਹਿੰਦਾ ਬੈਂਕ ਵਾਲਿਆਂ ਦਾ ਐ ਨਹੀਂ ਪਤਾ ਕਦੋਂ ਲੈ ਜਾਣ ਕਹਿੰਦਾ ਉਹ ਦੱਬ ਲੈਣਗੇ ਮੁਕਾਮ ਕਹਿੰਦਾ ਤੁਸੀਂ ਮੈਨੂੰ ਕੁਛ ਵੀ ਨਹੀਂ ਪਾ ਕੇ ਦਿੱਤਾ ਕਹਿੰਦਾ ਮੈਂ ਤਾਂ ਐ ਬੈਠਾਂਗਾ ਕਹਿੰਦਾ ਉਹਨੂੰ ਤੁਸੀਂ ਕੋਠੀ ਪਾ ਕੇ ਦੇ ਅਰੇ ਆਪਾਂ ਕਿਹੜਾ ਉਹਨੂੰ ਅੱਡ ਕੀਤਾ ਹੈ ਹੌਲੀ ਹੌਲੀ ਉਹਦਾ ਸਾਰਾ ਕੁਝ ਪਾ ਕੇ ਦੇਵਾਂਗੇ ਪਾ ਕੇ ਤਾਂ ਦੇਵਾਂਗੇ ਮੈਂ ਵੀ ਐਂ ਕਿਹਾ ਸੀ ਮੈਂ ਕੋਈ ਨਾ ਭਾਈ ਹਜੇ ਤੇਰੇ ਜਵਾਕ ਨਿਆਣੇ ਨੇ ਹਜੇ ਕਿਹੜਾ ਵੱਡੇ ਹੋਏ ਨੇ ਕੋਈ ਨਾ ਅਸੀਂ ਹੌਲੀ ਹੌਲੀ ਪਾ ਦਾਂਗੇ ਹਜੇ ਚੱਲ ਆਏ ਵੀ ਹੁਣ ਪੈਸਾ ਉਧਰ ਲਾ ਕੇ ਹਟਿਆਂਗੇ ਹਜੇ ਕਿਸਤਾਂ ਨਹੀਂ ਪੂਰੀਆਂ ਹੋ ਰਹੀਆਂ ਆਪਾਂ ਤੋਂ ਹੁਣ ਉਹਨੂੰ ਦੱਸ ਕਿੱਥੋਂ ਪਾ ਕੇ ਦੇ ਦਈਏ ਨਵਾਂ ਮਕਾਨ ਉਹਨੂੰ ਤਾਂ ਐਂ ਕਹਿੰਦਾ ਵੀ ਮੈਨੂੰ ਅੱਡ ਕਹਿੰਦਾ ਚੱਜ ਨਾਲ ਹੀ ਕਰ ਦਿਓ ਕਹਿੰਦਾ ਤੁਸੀਂ ਐਂ ਕਹਿੰਦਾ ਗਾ ਜਾ ਕਹਿੰਦਾ ਮੈਨੂੰ ਇੱਕ ਕਨਾਲ ਦਿਓ ਇੱਧਰੋਂ ਕਨਾਲ ਐਂ ਤਾਂ ਨਹੀਂ ਮਿਲਦੀ ਕਹਿੰਦੇ ਉਹਦੀਆਂ ਕਿਸਤਾਂ ਕੁਸਤਾਂ ਭਰਨ ਵਾਲੀਆਂ ਨੇ ਹਜੇ ਤਾਂ ਹੀ ਤਾਂ ਉਹ ਕਹਿੰਦਾ ਹੈ ਉਹਨੂੰ ਐਂ ਵੀ ਬੈਂਕ ਵਾਲੇ ਦੱਬ ਲੈਣਗੇ ਵੀ ਫਿਰ ਮੇਰੇ ਕੋਲ ਕੁਛ ਵੀ ਨਹੀਂ ਰਹਿਣਾ ਉਹ ਨਾ ਆਪਣੇ ਆ ਹੁਣ ਤੁਹਾਨੂੰ ਪਤਾ ਤਾਂ ਹੈਗਾ ਉਹ ਤਾਂ ਤੁਹਾਡੇ ਨਾਲ ਗਾ ਤਾਂ ਕਰਕੇ ਉਹਨੂੰ ਕੋਈ ਸਿਖਾਉਂਦਾ ਹੈ ਉਸ ਗੱਲ ਤਾਂ ਉਹੀ ਹੈ ਬਹੂ ਇਹੋ ਜੀ ਆ ਉਹ ਉਂਗਲਾ ਲੰਬੀ ਆ ਉਹਨੂੰ ਬਹੂ ਦੇ ਕੰਨ ਭਰਦੇ ਨੇ ਲੋਕ ਉਹੀ ਉਹ ਸਿਖਾ ਦਿੰਦੀ ਆ ਉਹਨੂੰ ਕਹਿੰਦਾ ਮੇਰੇ ਜਵਾਕ ਵੱਡੇ ਹੋਈ ਜਾਂਦੇ ਨੇ ਕਹਿੰਦਾ ਮੁੜ ਕੇ ਕਹਿੰਦਾ ਮੈਂ ਵਿਆਹ ਵੀ ਕਰਨਾ ਉਹਨਾਂ ਦਾ ਕਹਿੰਦਾ ਮੈਂ ਘਰ ਬਾਰ ਕਦੋਂ ਪਾਊਂਗਾ ਕਹਿੰਦਾ ਮੈਨੂੰ ਤਾਂ ਘਰ ਪਾ ਕੇ ਦਿਓ ਮੈਂ ਦੱਸ ਕੀ ਕਰਾਂ ਹੁਣ ਮੈਂ ਤਾਂ ਕਹਿੰਦੀ ਰਹਿਣ ਦਿੰਦੇ ਆਪਾਂ ਉਹ ਪਹਿਲਾਂ ਮਾਂ ਕੰਨੀ ਦੇਖ ਲਓ ਤੁਸੀਂ ਮਾਂ ਨੇ ਨਾ ਸਾਰੀ ਜ਼ਮੀਨ ਉਹਨਾਂ ਦੇ ਨਾਲ ਵਾਹਤੀ ਤੇ ਹੁਣ ਉਹ ਆਪ ਕੰਮ ਕਰ ਕਰਕੇ ਲੋਕਾਂ ਦੇ ਘਰਾਂ 'ਚ ਫੇਰ ਕਿਤੇ ਟਾਈਮ ਪਾਸ ਕਰਦੀ ਹੈ ਤੁਹਾਨੂੰ ਤਾਂ ਪਤਾ ਹੀ ਹੈ ਉਹਦਾ ਗੱਲ ਮੈਂ ਸਮਝਦਾ ਤੇਰੀ ਆ ਮਾਂ ਵੀ ਆਈ ਵੀ ਹਾਂ ਠੀਕ ਹੈ ਹਾਂ ਠੀਕ ਹੈ ਬਹਿ ਜਾ ਮਾਂ ਮਿਲ ਗਿਆ ਸੀ ਮਾਂ ਚੰਨੀ ਹਾਂ ਤੂੰ ਮਿਲ ਗਿਆ ਚਿੰਤਾ ਮੈਨੂੰ ਤੇ ਚੰਨੀ ਤਾਂ ਤੈਨੂੰ ਪਤਾ ਕੀ ਕਹਿੰਦਾ ਕਹਿੰਦਾ ਵੀ ਜਿਹੜੀ ਕਨਾਲ ਪਈ ਹੈ
ਵੀ ਤੂੰ ਉਹ ਦਵਾ ਦੇਣਾ ਨਹੀਂ ਸਾਨੂੰ। ਮੈਂ ਆਖਿਆ ਦੇਖ ਪੁੱਤ ਮੈਂ ਤਾਂ ਇਹਦੇ ਚ ਕੁਛ ਕਰ ਨਹੀਂ ਸਕਦੀ ਹੈ ਨਾ, ਵੀ ਰਿਸ਼ਤੇਦਾਰਾਂ ਤਾਂ ਸਾਰੇ ਇੱਕੋ ਹੀ ਹੁੰਦੇ ਆ। ਤੇ ਕਹਿੰਦਾ ਫਿਰ ਛੋਟੇ ਨੂੰ ਸਾਰਾ ਕੁਛ ਦੇਤਾ। ਮੈਂ ਕਿਹਾ ਦੇਖ ਇੱਕ ਦਾਦੇ ਦੇ ਪੋਤੇ ਉਦੋਂ ਸੀ, ਜ਼ਰੂਰਤ ਨਹੀਂ ਵੀ ਹੁਣ ਤੂੰ ਘਰ ਚ ਬੈਠਾ ਹੁਣ ਕਦੂਰੀ ਤੇ ਬੈਠਾ ਹੈ, ਤੂੰ ਕਿਹੜਾ ਬਾਹਰ ਆ, ਅਸੀਂ ਸਾਰਾ ਕੁਝ ਬਣਾਵਾਂਗੇ ਤੇਰਾ ਹੌਲੀ ਹੌਲੀ। ਤੇ ਕਹਿੰਦਾ ਨਹੀਂ ਨਾਨੀ ਫਿਰ ਤੂੰ ਜ਼ਿੰਮੇਵਾਰ ਲਾ ਲਾ, ਮਾਪੇ ਕਿਸ਼ਤਾਂ ਭਰ ਦੂੰਗਾ, ਨਾਉਣ ਲੈ ਲੂੰਗਾ, ਐਂ ਕਰ ਲੂੰਗਾ, ਬਸਾਂ ਗੱਲਾਂ ਜਿਹਾ ਕਰੀ ਗਿਆ। ਤੇ ਚੱਲ ਫਿਰ ਮੈਂ ਆਖਿਆ ਭਾਈ ਪੁੱਛਦੀ ਆ ਮੈਂ ਜਾ ਕੇ ਰਾਇ ਕਰਦੀ ਹਾਂ, ਮੈਂ ਤਾਂ ਫਿਰ ਉਹਨੂੰ ਆਏ ਕਿਹਾ। ਉਹ ਤਾਂ ਐਂ ਕਰਦਾ, ਮੈਨੂੰ ਵੀ ਐਂ ਕਹਿੰਦਾ ਸੀ ਢਿੱਡ ਚ ਉਹਦੇ ਤਾਂ ਬੇਈਮਾਨਾ ਹੋਇਆ ਪਿਆ, ਮੈਨੂੰ ਵੀ ਕਹਿੰਦਾ ਸੀ ਕਹਿੰਦਾ ਕਿਸ਼ਤਾਂ ਮੈਂ ਭਰ ਦੂੰਗਾ, ਵੀ ਕਿਸ਼ਤਾਂ ਭਰ ਕੇ ਮੈਂ ਆਪਦੇ ਨਾਂ ਕਰਵਾ ਲੂੰਗਾ। ਉਹਨੂੰ ਆਇਆ ਆਏ ਆਪਾਂ ਕਿਸ਼ਤਾਂ ਕਿਵੇਂ ਭਰਨੇ ਦੇ, ਮੁੜ ਕੇ ਤਾਂ ਛੋਟੇ ਦਾ ਨੀ ਬਣਨਾ ਕੁਛ, ਇਹਨੂੰ ਕੁਛ ਵੀ ਨੀ ਦੇਣਾ ਇਹਨਾਂ ਨੇ। ਗੱਲ ਤਾਂ ਉਹੀ ਹੈ ਫਿਰ, ਹੁਣ ਇਹ ਤਾਂ ਹੁਣ ਵੱਡਾ ਗਾ, ਹੁਣ ਕੰਮ ਧੰਦਾ ਕਰਦਾ ਗਾ, ਸਿਆਣਾ ਗਾ ਨਾਲੇ, ਇਹ ਤਾਂ ਸਭ ਕੁਛ ਕਰ ਲੂਗਾ। ਮੇਰੀ ਗੱਲ ਸੁਣੋ, ਪੁੱਤ ਤਾਂ ਤੁਹਾਨੂੰ ਇੱਕੋ ਹੀ ਹੁੰਦੇ ਆ, ਠੀਕ ਹੈ, ਹੱਕ ਤਾਂ ਇੱਕੋ ਹੀ ਰੱਖਿਓ ਵੀ, ਪਰ ਮੈਂ ਤੈਨੂੰ ਐਂ ਕਹਿੰਦੀ ਵੀ ਜਿਹੜੀ ਕਨਾਲ ਹੈ ਉਹ ਹਜੇ ਤੁਸੀਂ ਹੱਥ ਨਾ ਉਠਾਇਓ, ਜੇ ਤੁਸੀਂ ਹੱਥ ਉਠਾ ਲਏ ਤਾਂ ਕੁਛ ਨੀ ਪੁੱਤ, ਮੇਰੇ ਕਹਿੰਦੀ ਦੇਖ ਲਓ ਪਹਿਲਾਂ, ਹੁਣ ਤੁਹਾਡੀ ਭੂਆ ਮਰ ਗਈ ਤੁਹਾਨੂੰ ਪਤਾ ਨੀ, ਤੁਸੀਂ ਛੋਟੇ ਸੀ ਉਦੋਂ, ਹਿੱਸਾ ਲਏਗੀ ਪੁੱਤ, ਘਰ ਚੋਂ ਵੀ ਲਏਗੀ, ਜ਼ਮੀਨ ਚੋਂ ਵੀ ਲਏਗੀ, ਤੇ ਮੈਂ ਪੁੱਤ ਠੋਕਰਾਂ ਖਾਂਦੀ ਤੁਰੀ ਫਿਰੀ, ਕੰਮ ਧੰਦਾ ਕਰਦੀ ਲੋਕਾਂ ਦੇ। ਮੈਂ ਤੁਹਾਨੂੰ ਤਾਂ ਕਹਿੰਦੀ ਹਾਂ ਵਾਰ ਵਾਰ ਇਹ ਗੱਲ ਨਾ। ਠੀਕ ਆ ਮਾਤਾ, ਤੇਰੀ ਗੱਲ ਵੀ ਸਹੀ ਆ, ਦੇਖ ਲਓ ਹੁਣ ਮੈਂ ਤਾਂ ਆਪ ਕਹਿੰਦੀ ਹਾਂ ਰਹਿਣ ਦੋ, ਆਪਾਂ ਇਹਦੇ ਨਾਂ ਨੂੰ ਨਹੀਂ ਕਰਵਾਉਂਦੇ ਹੈਗੇ, ਜੇ ਇਹ ਜ਼ਿਆਦੇ ਉੱਤਾ ਜਾ ਚੱਕਣ ਲੱਗਾ ਫਿਰ ਇਹਨੂੰ ਡਾਲ ਨਹੀਂ ਦਿੰਦੇ, ਹੁਣ ਤਾਂ ਮੈਂ ਇਹਨੂੰ ਦੇ ਹੀ ਦਊਂਗੀ ਵੀ ਊਂ ਪਾ ਕੇ ਬਹਿ ਜਾ ਮਕਾਨ, ਊਂ ਨਹੀਂ ਕਹਿੰਦਾ ਪਾਉਂਦਾ ਮੇਰੇ ਨਾਂ ਕਰਾਓ, ਐਂ ਕਹਿੰਦਾ ਨਾਂ ਨੂੰ ਨਹੀਂ ਕਰਾਉਂਦੀ ਹੈਗੀ ਫਿਰ ਮੈਂ। ਆਹੋ ਚੱਲ ਕੋਈ ਨਹੀਂ, ਤੂੰ ਐਂ ਕਰ ਚਾਹ ਜੂ ਬਣਾ ਮਾਂ ਲਈ, ਫਿਰ ਕਰਦੇ ਹਾਂ ਕੋਈ ਗੱਲ। ਕੋਈ ਨਹੀਂ, ਹੁਣ ਤਾਂ ਚਾਹ ਦੀ ਲੱਗੀ ਰਹਿੰਦੀ ਹੈ, ਬਣਾ ਦਿੰਦੀ ਹਾਂ ਚਾਹ ਤਾਂ ਮੈਂ, ਪਰ ਨਾਂ ਨੂੰ ਨਹੀਂ ਕਰਾਉਣੀ ਹੈਗੀ, ਮੈਂ ਤੁਹਾਨੂੰ ਦੱਸਾਂ ਕਿਤੇ ਮਾਗਰੋ ਪੁੱਤ ਦਾ ਬਣ ਕੇ ਬਹਿ ਜੇ। ਉਹ ਨਹੀਂ ਨਹੀਂ ਕਰਾਉਂਦੇ, ਉਹ ਛੋਟਾ ਨਿਆਣਾ ਹਜੇ ਉਹਨੂੰ ਪਤਾ ਨਹੀਂ ਹੈਗਾ ਇੰਨਾ। ਚੱਲ ਕੋਈ ਨਹੀਂ, ਨਹੀਂ ਕਰਾਉਂਦੇ, ਕੀ ਬਣੂ ਇਹਨਾਂ ਦਾ ਜਵਾਕਾਂ ਯਾਰ। ਬਣਨਾ ਕੀ ਭਾਈ, ਤੁਸੀਂ ਮੁੱਲੇ ਪਾਟਿਓ ਨਾ ਆਪਣੀ, ਤੁਸੀਂ ਇਕੱਠੇ ਰਹੋ, ਜੇ ਤੁਸੀਂ ਪਾਟਗੇ ਤਾਂ ਫਿਰ ਕੁਛ ਵੀ ਨਹੀਂਗਾ। ਓਏ ਉਹੀ ਗੱਲ ਕਰਦੇ ਆ ਮਾਂ, ਹੁਣ ਕੀ ਸਮਝਾਈਏ, ਚੰਨੀ ਸਮਝਦਾ ਨਹੀਂ ਸਾਡੀ ਗੱਲ, ਸੁਣਦਾ ਹੀ ਨਹੀਂ, ਉਹਨੂੰ ਕਿਹਾ ਵੀ ਕੋਈ ਗੱਲ ਨਹੀਂ, ਹੁਣ ਛੋਟੇ ਦਾ ਬਣਾਤਾ ਤੇ ਆ ਵੀ ਬਣਾ ਦਾਂਗੇ, ਇੱਕ ਵਾਰੀ ਉਹਦੇ ਕਿਸ਼ਤਾਂ ਹੀ ਰਹਿੰਦੀਆਂ ਨੇ ਉਹ ਭਰਦੀ ਆ ਸੀ। ਉਹੀ ਗੱਲ ਫਿਰ ਉਹ ਟੀਵੀ ਦੇ ਮੰਗਰ ਲੱਗਿਆ। ਹੋਰ ਹਾਂ, ਉਹ ਚੱਕੀ ਜਾਂਦੀ ਆ, ਉਹ ਬਸ ਬੋਰਾਂ ਪਰਾਂ ਦੀਆਂ ਸੁਣ ਕੇ ਬਸ ਉਸੇ ਦੇ ਕੰਨ ਭਰ ਜਾਂਦੀ ਆ। ਨਾ ਨਾ ਕਹਿੰਦੇ ਸੀ ਨਾਨੀ ਆਈ ਸੀ ਤੇ ਕੀ ਕਹਿੰਦੀ ਫਿਰ ਨਾਨੀ? ਉਹ ਨਾਨੀ ਨੂੰ ਬੁਲਾ ਕੇ ਨਾ ਆਪਾਂ ਗਲਤ ਕਰ ਲਿਆ। ਕਿਉਂ? ਹੋਰ ਆਪਾਂ ਬੁਲਾਉਣਾ ਸੀ ਨਾਨੇ ਨੂੰ ਜਾਂ ਮਾਮੇ ਨੂੰ। ਕੁਛ ਤਾਂ ਕਹਿੰਦੀ ਹੋਣੀ, ਮਾੜੀ ਮੋਟੀ ਪੱਖ ਦੀ ਗੱਲ ਕਰੀ ਹੋਣੀ ਆਪਣੇ। ਪੱਖ ਦੀ ਕੀ ਕਰਨੀ ਆ, ਉਹ ਤਾਂ ਐਂ ਕਹਿੰਦੀ ਤੈਨੂੰ ਥਾਂ ਦਵਾ ਦਿੰਨੀ ਆ ਵੀ ਨਾਮ ਨਹੀਂ ਲਵਾ ਸਕਦੇ ਤੁਸੀਂ। ਲੈ ਕਿਉਂ ਪੰਗਾ ਤੇ ਇਹ, ਮੈਂ ਫਿਰ ਤੂੰ ਜ਼ਿੰਮੇਵਾਰੀ ਲੈ ਲਾ ਵੀ ਲਾਉਣ ਨਹੀਂ ਲੈਂਦਾ ਥਾਂ ਤੇ। ਹਾਂ ਮੈਂ ਜ਼ਿੰਮੇਵਾਰੀ ਵੀ ਨਹੀਂ ਲੈਂਦੀ ਕਹਿੰਦੀ। ਲੈ ਫਿਰ ਉਹ ਤਾਂ ਆਪਦੀ ਧੀ ਦੀ ਕਰੂਗੀ ਨਾ। ਮੈਨੂੰ ਤਾਂ ਲੱਗਦਾ ਗਲਤ ਬੁਲਾ ਲਿਆ ਆਪਾਂ, ਬੁਲਾਉਣਾ ਨਹੀਂ ਸੋਚ ਰਹੀ ਸੀਗੀ, ਜਿਹੜਾ ਕੰਮ ਨਹੀਂ ਹੋਣਾ ਸੀ ਉਹ ਕਰੂਗੀ, ਜਿਹਦਾ ਡਰ ਸੀ ਨਾ ਉਹੀ ਕਰੂਗੀ ਲੱਗਦਾ। ਜਿਹੜਾ ਡਰ ਸੀ ਉਹੀ ਕੰਮ ਮੂਹਰੇ ਆ ਗਿਆ ਆਪਣੇ ਤਾਂ, ਜਾਂ ਤਾਂ ਨਾਨੇ ਨੂੰ ਬੁਲਾਉਣਾ ਸੀ ਜਾਂ ਮਾਮੇ ਨੂੰ ਬੁਲਾਉਣਾ ਸੀਗਾ ਆਪਾਂ ਨੇ। ਜਾਂ ਐਂ ਕਰਦੇ ਆ ਪਹਿਲਾਂ ਸਰਪੰਚ ਕੋਲੇ ਵਗ ਜਾਂਦੇ, ਕਾਨੂੰ ਹਜੇ ਗੱਲ ਘਰ ਚੋਂ ਬਾਹਰ ਕੱਢਣੀ ਹੈਗੀ। ਉਹ ਬਾਹਰ ਤਾਂ ਵੀ ਨਿਕਲੂ ਇੱਕ ਦਿਨ, ਮੈਨੂੰ ਤਾਂ ਐਂ ਆ ਇਹ ਮੁੜ ਕੇ ਨਹੀਂ, ਇਹ ਅਸੀਂ ਲਾਰੇ ਲਾਈ ਜਾਣਗੇ ਆਪਾਂ ਨੂੰ, ਇਹ ਕਹੀ ਜਾਣਗੇ ਹੁਣ ਪਾਉਣੇ ਹੁਣ ਪਾਉਣੇ, ਇਹ ਤਾਂ ਬਾਅਦ ਚ ਪਰ ਔਖਾ ਹੋ ਜੂਗਾ, ਕਦੋਂ ਪਾ ਕੇ ਲੂਗਾ ਹੁਣ, ਘੱਟੋ ਘੱਟ 10 ਸਾਲ ਤੇ ਵਿਆਹ ਨੂੰ ਹੋ ਗਈ ਮੇਰੇ ਆਪਾਂ ਦੇ ਨੂੰ। ਚੱਲ ਕੋਈ ਨਾ, ਕਿਤੇ ਤਾਂ ਕਹਿੰਦੇ ਹੁੰਦੇ ਰੱਬ ਰੂੜੀ ਦੀ ਵੀ ਸੁਣਦਾ ਹੁੰਦਾ 100 ਸਾਲ ਪਿੱਛੋਂ। ਮੈਂ ਕਹਿੰਦੀ ਸਰਪੰਚ ਕੋਲੇ ਗੱਲ ਵਾਗੀ ਨਾ ਪਿੰਡ 'ਚ ਥੂ ਥੂ ਹੋ ਜੂਗੀ। ਉਹ ਥੂ ਥੂ ਕਾਹਦੀ ਆਉਣੀ, ਪੰਚਾਇਤ 'ਚੋਂ ਸਰਪੰਚ ਤੇ ਬੁਲਾਉਣਾ ਹੀ ਪੈਂਦਾ ਹੁੰਦਾ, ਸਾਂਝਾ ਬੰਦਾ, ਉਹ ਕਿਹੜਾ ਬਗਾਨਾ, ਆਪਾਂ ਦਾ ਆਪਦਾ ਜੇ ਸਰਪੰਚ ਆ ਯਾਰ, ਆਪਦਾ ਤਾਂ ਹੈਗਾ। ਵੀ ਮੈਂ ਕਹਿੰਨੀ ਆ ਜਿਹੜੀ ਘਰ ਚ ਰਿਸ਼ਤੇਦਾਰਾਂ ਚ ਗੱਲ ਨਿਬੜ ਜੇ ਉਹਦੇ ਵਰਗੀ ਰੀਸ ਨਹੀਂ ਹੈ। ਨਿਬੜਦੀ ਪਈ ਨਹੀਂ, ਨਾਨੀ ਨੂੰ ਵੀ ਕਹਿ, ਨਾਨੀ ਦੇ ਫਿਰ ਉਧਰ ਡੱਕਾ ਸਿੱਟ ਕੇ ਵਗ ਗਈ ਉੱਥੇ, ਬਸ ਉਹਦਾ ਕਹਿੰਦੇ ਉਹ ਨਹੀਂ ਥਾਂ ਚ ਲੈਣੀ, ਕੱਲੀ ਥਾਂ ਤੇ ਚੱਲ ਲੈ ਲਾਂਗੇ, ਚੱਲ ਉਹ ਤੇ ਲੈ ਲਾਂਗੇ ਘਰ ਪਾਉਣਾ, ਅਸੀਂ ਐਂ ਤਾਂ ਨਹੀਂ ਉਹਦੇ ਘਰ ਉਹ ਕਰ, ਆ ਕੌਣ ਕਰਕੇ ਜਵਾਕ ਜੇ ਹਟਦੀ, ਜਵਾਕ ਨੇ
14 ਬੱਚੇ ਨੇਗੇ। ਚਲੋ ਉਹ ਤਾਂ ਕੋਈ ਗੱਲ ਨਹੀਂ ਨਾ, ਇਹਨੇ ਤਾਂ ਪੜਨ ਭੇਜਦਾ ਛੁੱਟੀਆਂ ਹੱਥ ਇਹਨਾਂ ਦੀਆਂ, ਛੁੱਟੀਆਂ ਹੋ ਰਹੀਆਂ ਨੇ ਕਿੱਥੇ ਭੇਜ ਦਗੇ। ਉਹ ਮੇਨ ਗੱਲ ਤਾਂ ਐ ਯਾਰ, ਚਲ ਘਰ ਪਾ ਲਾਂਗੇ ਆਪਾਂ, ਡਰ ਤੇ ਇਹ ਮੁੜ ਕੇ ਲਾਉਣ ਲੈ ਲਿਆ ਔਖਾ ਹੋ ਜੂ ਨਾ, ਆਪਾਂ ਤਾਂ ਸਾਰੇ ਪਾਸੇ ਰਗੜੇ ਜਾਵਾਂਗੇ। ਤੂੰ ਮਾੜਾ ਮੋਟਾ ਬਾਪੂ ਨੂੰ ਵੀ ਪੁੱਛ ਲਾ, ਨੀਰਾ ਪੂਰਾ ਬੇਬੇ ਦੇ ਮੂੰਹ ਲੱਗੀ ਜਾਂਦਾ ਹੈਗਾ। ਬਾਪੂ ਉਧਰ ਹੀ ਗੱਲ ਕਰੂਗਾ, ਹੁਣ ਬਾਪੂ ਕਿਵੇਂ ਉਧਰ ਗੱਲ ਕਰੂ, ਬਾਪੂ ਨੂੰ ਦੋਨੇ ਪੁੱਤ ਇੱਕੋ ਜਿਹੇ ਹੁੰਦੇ ਨੇਗੇ, ਮਾਂ ਤਾਂ ਨਰਦਾਇ ਮੰਨ ਜਾਂਦੀ ਆ, ਪਿਓ ਨਹੀਂ ਬਣਦਾ ਹੁੰਦਾ। ਉਹ ਸਾਰੇ ਦੋਨੇ ਇੱਕੋ ਜਿਹੇ ਟੱਬਰ, ਫਿਰ ਲਾਉਣ ਹੀ ਨਾ ਲੈਂਦਾ, ਜੇ ਆਪਾਂ ਟੱਬਰ ਨਾਲ ਗੱਲ ਕਰਕੇ ਜਾਂਦਾ ਤੇ ਆਪਾਂ ਸਾਰਾ ਕੁਛ ਸਰ ਜਾਂਦਾ, ਨਾਲੇ ਘਰ ਪੈ ਜਾਂਦਾ ਥਾਂ, ਉਹ ਕਿਹੜਾ ਥਾਂ ਘਰ ਆਪਾਂ ਦਾ, ਇਹਨੂੰ ਘਰ ਨੂੰ ਵੇਚ ਕੇ ਨਾਲੇ ਥਾਂ ਬਣ ਜਾਂਦੀ ਹੈ, ਨਾਲੇ ਆਪਾਂ ਦਾ ਘਰ ਪੈ ਜਾਂਦੇ ਹੈ। ਤੂੰ ਗੱਲ ਤਾਂ ਮੰਨੀ, ਲਾਉਣ ਲੈ ਲਿਆ ਹੁਣ, ਫਿਰ ਹੁਣ ਕੀ ਕਹਿ ਸਕਦੇ ਆ, ਕਿਹੜਾ ਕਿਸੇ ਕੋਲ ਗੱਲ ਕਰਦੇ ਨੇ, ਜਾਂ ਫਿਰ ਹੁਣ ਤਾਂ ਇੱਕੋ ਹੀ ਮਕਾ ਦੋ ਸਿਰੇ, ਵੀ ਮਿੰਟਾਂ ਕਾ ਵੇਦਾਵੇ ਕਰ ਦੋ, ਸਾਡਾ ਤਾਂ ਹੈ ਹੀ। ਬਸ ਮੈਂ ਯਾਰ ਸਰਪੰਚ ਕੋਲ ਜਾਣਾ, ਸਰਪੰਚ ਨੂੰ ਜਾ ਕੇ ਗੱਲ ਦੱਸਦਾ, ਉਦੋਂ ਬਾਅਦ ਲਿਆਉਣਾ ਗੱਲ ਕਰਨਗੇ, ਵੀ ਇੱਕ ਕਾ ਪਾਸਾ ਕਰ ਦੋ। ਮੈਨੂੰ ਤਾਂ ਨਾ ਡਰ ਲੱਗਦਾ ਹੈਗਾ, ਕੱਲ ਨੂੰ ਬਾਈ ਚਾਂਸ ਗੱਲ ਹੋਰਾਂ ਆਪਣਾ ਬਾਗੀ ਥੂ ਥੂ ਹੋਊਗੀ। ਉਹ ਚਾ ਹੋਊਗੀ, ਉਹਦੇ ਕਿਹੜਾ ਹੁਣ ਫਿਰ ਇੱਕ ਪਾਸਾ ਤੇ ਹੋ ਜੂਗਾ, ਐਂ ਤੇ ਹੋ ਜੂਗਾ, ਵੀ ਹੁਣ ਤਾਂ ਲਾਰੇ ਨਾਲ ਕੋਰਾ ਜਵਾਬ ਚੰਗਾ, ਵੀ ਆਪਾਂ ਆਪਦੀ ਥਾਂ ਤੇ ਲੈ ਲਾਂ ਕਿਸੇ ਪਾਸੇ ਹੋਰ, ਉਦੋਂ ਬਾਅਦ ਥਾਂ ਮਹਿੰਗਾ ਹੋ ਜਾ, ਜ਼ਮੀਨ ਮਹਿੰਗੀ ਹੋ ਜਾਂਦੀ ਹੈ, ਹੈ ਇਹ 5 ਸਾਲਾਂ ਨੂੰ ਦਿੱਤੀ, ਹੁਣ ਜੇ 3 ਲੱਖ ਨੂੰ ਮਿਲਦੀ ਹੈ, 5-6 ਸਾਲਾਂ ਨੂੰ ਦੁੱਗਣੀ ਹੋਈ, 6 ਲੱਖ ਨੂੰ ਉਹ ਤਾਂ ਹੋਊਗੀ, ਹੁਣ ਦਿਨ ਪਰ ਦਿਨ ਮਹਿੰਗਾਈ ਹੋਈ ਜਾਂਦੀ ਹੈਗੀ। ਮੁੜ ਕੇ ਜਵਾਕਾਂ ਨੂੰ ਪੜਾਵਾਂਗੇ, ਵਿਆਹ ਕਰਾਂਗੇ, ਕਿ ਹੋਊਗੀ ਨਾ ਘਰ ਪਾਵਾਂਗੇ। ਨਾ ਨਾ ਮੈਂ ਤਾਂ ਹਾਂ ਤਾਂ ਜੇ ਹੁਣ ਬਣ ਗਿਆ ਨਾ ਫੇਰ ਲੋਟ ਹੈ, ਬਾਅਦ ਚ ਨਹੀਂ ਬਣਨਾ। ਚਲ ਸਰਪੰਚ ਕੋਲ ਜਾ ਕੇ ਆਉਣਾ ਮੈਂ। ਤੂੰ ਸਰਪੰਚ ਕੋਲ ਜਾ ਕੇ ਨਾ ਰੋਟੀ ਤਾਂ ਖਾ ਜਾ। ਰੋਟੀ ਖਾਧੀ ਵੀ ਯਾਰ, ਮੈਨੂੰ ਭੁੱਖ ਨਹੀਂ ਲੱਗਦੀ। ਅੱਗੇ ਭੁੱਖ ਨਹੀਂ ਲੱਗਦੀ ਜੇ ਬਾਪੂ ਹੀ ਮੰਨ ਲੇ, ਕਾਹਨੂੰ ਸਰਪੰਚ ਕੋਈ ਮੈਂਬਰਾਂ ਕੋਲ ਜਾਣ ਦੀ ਲੋੜ ਹੈਗੀ, ਇਹਨਾਂ ਨੇ ਤਾਂ ਜਮਾ ਸਰ ਮਲਾ ਰੱਖੀ ਹੈਗੀ। ਬਾਪੂ ਜੀ। ਹਾਂ ਭਾਈ। ਭਾਈ ਕਿਵੇਂ ਪੈ ਜੇ ਗਏ? ਉਹ ਬਸ ਭਾਈ ਥੱਕੇ ਜੇ ਸੀ ਥੋੜਾ ਜਿਹਾ, ਮਹਾ ਚਾਹ ਬਣਾ ਕੇ ਦੇਵਾਂ ਘੁੱਟੇ? ਨਾ ਨਾ ਬਸ ਚਾਹ ਦੀ ਤੱਕ ਹੈ। ਬਾਜ-ਬੂਜ ਮਾਰਦਿਆ ਕਰੋ, ਤੁਸੀਂ ਇੱਥੇ ਹੀ ਪਏ ਰਹਿੰਦੇ ਹੋ। ਉਹ ਬਸ ਭਾਈ ਮੈਂ ਤਾਂ ਉਹੀ ਨਹੀਂ ਮਾਰੀ, ਮਹਾ ਚੱਲ ਜਵਾਕ ਆਰਾਮ ਕਰਦੇ ਆ 10 ਮਿੰਟ। ਬਾਪੂ ਜੀ ਇੱਕ ਗੱਲ ਪੁੱਛਾਂ? ਪੁੱਛੋ ਭਾਈ। ਗੁੱਸਾ ਨਾ ਕਰਿਓ, ਵੀ ਕਿਉਂ ਕਹੀ ਜੇ ਜਾਂਦੀ ਹੈਗੀ? ਲੈ ਪਹਿਲਾਂ ਗੁੱਸਾ ਕਰਿਆ ਭਾਈ ਤੇ ਤਾਂ ਮੈਂ ਤਾਂ ਹੀ ਕਹਿੰਦੀ ਆ, ਆ ਕੀ ਕੁਸਰ ਮੁਸਰ ਜੀ ਘਰ ਚ ਚੱਲੀ ਜਾਂਦੀ, ਨਾਨੀ ਆ ਰਹੀ ਹੈਗੀ। ਓਏ ਹਾਂ ਭਾਈ, ਉਹ ਨਾਨੀ ਵੀ ਬਸ ਕੁਸਰ ਮਸਲੇ ਜੇ ਤੇ ਆਈ ਆ। ਉਹ ਹੁਣ ਕੀ ਮਸਲਾ ਹੋ ਗਿਆ? ਮਸਲਾ ਉਹ ਹੈ, ਚੰਨੀ ਕਹਿੰਦਾ ਵੀ ਜਿਹੜੀਆਂ 2 ਕਨਾਲਾਂ ਲਈਆਂ ਨੇ ਛੋਟੀ ਦੀ ਤਾਂ ਪਾ ਦੀ, ਕਹਿੰਦਾ ਹੁਣ ਮੇਰਾ ਹਿੱਸਾ ਦਿਓ ਮੈਨੂੰ ਕਹਿੰਦਾ। ਉਹ ਤਾਂ ਬਾਪੂ ਜੀ ਵਿਹਾਰੀ ਗੱਲ ਹੈਗੀ, ਉਹ ਤਾਂ ਉਹਦਾ ਬਣਦਾ ਹੀ ਆ, ਉਹਨੂੰ ਦੇ ਦਿਓ ਫਿਰ। ਉਹ ਫਿਰ ਭਾਈ ਉਹ ਤੇ ਨਾ ਲੋਨ ਲਿਆ ਹੋਇਆ, ਮਹਾ ਕਿਸ਼ਤਾਂ ਕੁਸਾਂ ਨਿਬੜ ਜਾਂਦੇ, ਫਿਰ ਉਹਨੂੰ ਦੇ ਦਾਂਗੇ ਹਿੱਸਾ। ਬਾਪੂ ਜੀ ਜਾ ਮੇਰੀ ਗੱਲ ਸੁਣੋ, ਬਹਿ ਕੇ ਗੱਲ ਕਰ ਲਓ ਹਨਾ। ਚੱਲ ਭਾਈ ਜਾਓ ਤਾਂ ਦੇ ਦਾਂਗੇ, ਜਾ ਉਹਦੇ ਨਾਂ ਕਰਾ ਦਿਓ ਬਸ, ਉਹਦਾ ਮਨ ਠੰਡਾ ਹੋ ਜਾਊਗਾ। ਉਹ ਗਲਤ, ਮੈਂ ਤਾਂ ਹੁਣ ਚੱਲ ਮੰਨ ਗਿਆ, ਹੁਣ ਤੇਰੀ ਮਾਂ ਨਹੀਂ ਮੰਨਦੀ, ਉਹ ਤੇਰੀ ਨਾਨੀ ਵੀ ਉਹੀ ਗੱਲ ਕਹਿੰਦੀ ਭਾਈ ਤੁਹਾਨੂੰ ਰੋਟੀ ਕੌਣ ਦੇਊ ਫਿਰ ਮਗਰੋਂ। ਜੇ ਨਾਨੀ ਦੀ ਵੀ ਹੱਦ ਆ, ਉਹ ਕਿ ਰੋਟੀ ਕੌਣ ਦੇਊਗਾ, ਤੇ ਨਾ 2 ਪੁੱਤ ਨੇ, ਇੱਕ ਤਾਂ ਦੇਊ, ਬਾਕੀ ਗੱਲ ਰੋਟੀ ਦੀ, ਠੀਕ ਹੈ ਨਾ। ਜ਼ਰੂਰੀ ਨਹੀਂ ਹੁੰਦਾ ਜੰਮੇ ਜੇ ਤੁਸੀਂ ਦੋਨੇ ਪੁੱਤ ਨੇ, ਦੋਨਾਂ ਦਾ ਹਿੱਸਾ ਬਣਦਾ, ਜਿਹੜੀ ਕਰਮਾਂ ਚ ਰੋਟੀ ਹੈ ਜਿਹਦੇ ਚੁੱਲ੍ਹੇ ਤੇ ਖਾਣੀ ਹੈ, ਖਾਈ ਲੈਣੀ ਹੈਗੀ। ਉਹ ਭਾਈ ਮੈਂ ਤਾਂ ਸਾਰੀ ਗੱਲ ਸਮਝਦਾ, ਗੱਲ ਕਰ ਤੇਰੀ ਮਾਂ, ਹੁਣ ਤੈਨੂੰ ਪਤਾ ਹੀ ਹੈ ਸੁਭਾਅ ਦੀ ਕਿਹੋ ਜਿਹੀ ਹੈ, ਉਹ ਨਹੀਂ ਗੱਲ ਇਹਨਾਂ ਸੁਣਦੀ, ਉਹ ਕਹਿੰਦੀ ਮੈਂ ਨਹੀਂ ਐ ਕਰਦੀ ਹੁਣ, ਕਹਿੰਦੀ ਨਾ ਨਾਨੀ ਨੂੰ ਕੀ ਕਹਿਣ ਦੀ ਲੋੜ ਹੈਗੀ, ਐਵੇਂ ਬਸ ਦਾ ਰਸ ਦਾ ਘਰ, ਐਵੇਂ ਲੜਾਈ ਝਗੜਾ ਹੋਊ, ਅਗਲਾ ਕਹੂਗਾ 2 ਪੁੱਤ ਨੇਗੇ, ਉਹੀ ਡੈਡੇ ਮਰੀ ਜਾਂਦੇ ਹੈਗੇ, ਹੋਰ ਲੋਕਾਂ ਦਾ ਕਿਹੜਾ ਮੂੰਹ ਪੜ ਜਾਂਦੇ। ਉਹ ਜ਼ਰੂਰੀ ਹੈ ਕੋਈ ਕਲੇਸ਼ ਬਾਹਰ ਦਿਖਦਾ ਐਵੇਂ? ਮੈਨੂੰ ਤਾਂ ਸਮਝ ਨਹੀਂ ਆਉਂਦੀ, ਲੈ ਨਾਨੀ ਪਹਿਲਾਂ ਵੀ ਐਂ ਕਰਦੀ ਹੈਗੀ, ਇੱਕ ਦਿਨ 2 ਕਹਿ ਦਿੰਦੀ ਹੈ, ਮੰਮੀ ਫਿਰ ਮਗਰ ਲੱਗ ਤੁਰਦੀ ਹੈਗੀ। ਮੈਂ ਤਾਂ ਕਹਿ ਕੇ ਦੇਖ ਲਿਓ, ਮੰਮੀ ਨੂੰ ਸਮਝਾ ਕੇ ਦੇਖ ਲਿਓ, ਕਿ ਕੋਈ ਨਾ ਰੋਟੀ ਤੋਂ ਨਾ ਆਪਾਂ ਨੂੰ ਉਹ ਧੱਕਾ ਦੇਵੇ, ਨਾ ਇਹ ਦੇਵੇ, ਕਿ ਉਹਨੇ ਵੀ ਤਾਂ ਆਪਦੇ ਜਵਾਕਾਂ ਦਾ ਕੁਛ ਕਰਨਾ ਹੀ ਹੈਗਾ, ਕਿ ਦੇ ਦੇ, ਮਨ ਚ ਹੋ ਜਾਂਦਾ, ਚੱਲ 100 ਹੋ ਜਾਂਦਾ, ਇੰਨੇ ਨਾਲ ਵਰਤਦਾ ਰਹਿ ਜਾਣਗੇ ਵੀ ਦੋਨੇ ਭਰਾ।
ਉਹ ਤਾਂ ਮੈਂ ਗੱਲ ਤੇਰੀ ਸਮਝਦਾ ਭਾਈ, ਮੈਂ ਵੀ ਸਮਝਾਇਆ ਸੀ। ਉਹ ਕਹਿੰਦੀ ਉਹ ਤੂੰ ਉਹ ਦੇਖ ਉਹਨਾਂ ਦੇ ਮਗਰ ਕੇ ਕੀ ਹਾਲ ਆ, ਕਹਿੰਦੀ ਅਸੀਂ ਕਹਿੰਦੀ ਉਹਨਾਂ ਨੇ ਜ਼ਮੀਨ ਵੰਡ ਕੇ ਦੇਤੀ, ਮੁੜ ਕੇ ਕਹਿੰਦੀ ਉਹਨਾਂ ਨੂੰ ਪੁੱਛਦਾ ਨੀ ਬੜਾ ਪਿੱਛ ਕੋਈ। ਬਾਪੂ ਜੀ ਪੰਜੇ ਉਂਗਲਾਂ ਇੱਕੋ ਜੀਆਂ ਥੋੜਾ ਹੁੰਦੀਆਂ, ਗੱਲ ਤਾਂ ਇਹ ਹੈ ਉਹ ਤਾਂ ਸਮਝਦੇ ਨੀ ਹੈਗੀ ਗੀ। ਹੁਣ ਕੀ ਸਮਝਾਈਏ ਇਹਦੇ ਬਾਰੇ, ਹੁਣ ਜੇ ਮੈਂ ਕਹੂੰਗੀ ਕਹੂਗੀ ਨੂੰ ਕੌਣ ਹੁੰਦੀ ਆ ਰੋਕਾ ਟੋਕੀ ਕਰਨ ਵਾਲੀ, ਤੂੰ ਗੱਲਾਂ ਚ ਬੋਲਦੀ ਆ ਫਿਰ ਮੈਨੂੰ ਪੈ ਜਾਣਾ ਉਹਨੇ, ਮੈਂ ਤਾਂ ਕਰਕੇ ਨੀ ਕੁਛ ਬੋਲਦੀ। ਮੈਂ ਵੀ ਸੋਚਿਆ ਮੈਂ ਕਿਹਾ ਚੁੱਪ ਕਰਕੇ ਨਾਨੀ ਚੁੱਪ ਗੜੁੱਪ ਜੇ, ਮੈਂ ਕਿਹਾ ਮੰਮੀ ਦੇ ਕਮਰੇ ਚ ਕਿੰਨਾ ਟਾਈਮ ਹੋ ਗਿਆ ਬੜੀ ਨੂੰ ਨਿਕਲੀ ਨੀ ਹੈਗੀ, ਪਤਾ ਨੀ ਕੀ ਗੱਲਾਂ ਕਰੀ ਜਾਂਦੀਆਂ ਨੇਗੀਆਂ। ਅੱਗੇ ਤਾਂ ਮੰਮੀ ਮੈਨੂੰ ਮਿੰਟ ਚ ਆਵਾਜ਼ ਮਾਰ ਦਿੰਦੀ ਆ, ਅੱਜ ਕਹਿੰਦੀ ਕੋਈ ਨਾ ਭਾਈ ਜੇ ਚੀਜ਼ ਦੀ ਲੋੜ ਹੋਈ ਦੱਸ ਦੂੰਗੀ। ਮੈਂ ਵੀ ਫਿਰ ਚੁੱਪ ਜੇ ਕਰ ਗਈ। ਚੱਲ ਕੋਈ ਨੀ ਭਾਈ, ਇਹਨਾਂ ਦੀ ਮਰਜ਼ੀ ਹੈ ਜਿਵੇਂ ਕਰਨਗੇ, ਹੁਣ ਦੇਖ ਲਾਂਗੇ। ਚੱਲ ਬਾਪੂ ਜੀ ਤੁਸੀਂ ਘਰ ਚ ਸਿਆਣੇ ਹੋ, ਠੀਕ ਹੈ ਨਾ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਕਰ ਲਓ, ਮੈਂ ਤਾਂ ਕੁਛ ਕਹਿ ਨਹੀਂ ਸਕਦੀ। ਤੇ ਮੈਂ ਘੁੱਟ ਤੁਹਾਨੂੰ ਚਾਹ ਬਣਾ ਕੇ ਦਿੰਨੀ ਆ, ਜੇ ਨਹਾਉਣਾ ਨਹਾਉਣਾ ਤਾਂ ਮੈਂ ਕੱਪੜੇ ਲਿਆ ਦਿੰਦੀ ਹਾਂ ਨਾਲ। ਨਾ ਨਾ ਕੋਈ ਗੱਲ ਨਹੀਂ ਭਾਈ, ਚੰਗਾ ਬਾਪੂ ਚੰਗਾ। ਕੀ ਕਰੀਏ, ਕੱਲਾ ਬੰਦਾ ਫਸ ਜਾਂਦਾ ਹੁਣ, ਹੈ ਕਿਹਨੂੰ ਕਿਹਨੂੰ ਸਮਝਾਈਏ। ਸੋਨੀ ਮੈਂ ਤੈਨੂੰ ਇੱਕ ਗੱਲ ਕਹਿੰਦੀ ਸੀ ਪੁੱਤ, ਉਦੋਂ ਪਤਾ ਕੀ ਹੈ ਮੇਰੇ ਕੋਲ ਬੈਠਾ ਸੀ ਮੇਰਾ ਜਮਾਈ, ਮੈਂ ਕੀ ਦੱਸਾਂ ਤੈਨੂੰ, ਹਨਾ ਕੋਲ ਤਾਂ ਗੱਲ ਕਰੀ ਵੀ ਨਹੀਂ ਜਾਂਦੀ। ਪਹਿਲਾਂ ਤਾਂ ਚੰਨੀ ਮੈਨੂੰ ਕੀ ਕਹਿੰਦਾ, ਮੈਂ ਪੰਚਾਇਤ ਇਕੱਠੀ ਕਰਦਾ, ਮੈਂ ਕਿਹਾ ਚੱਲ ਭਾਈ ਪੰਚਾਇਤ ਨੂੰ ਮਿਲ ਲਾ ਹੋਰ ਕਰ ਲਾ, ਕਹਿੰਦਾ ਫਿਰ ਜੇ ਨਹੀਂ ਕੁਛ ਦਿੰਦੇ ਮੈਨੂੰ ਤਾਂ ਅੱਖ ਮੈਨੂੰ ਬੇਦਾਖਲ ਕਰ ਦੇਣ। ਅੱਛਾ ਐਂ ਕਹਿੰਦਾ ਸੀਗਾ, ਦੇਖ ਮਾਂ ਮੇਰੀ ਗੱਲ ਸੁਣ, ਜੇ ਇਹ ਪਿੰਡ ਚ ਗੱਲ ਫਲਿਆਊਗਾ ਪਿੰਡ ਵਾਲਿਆਂ ਨੂੰ ਇਕੱਠੇ ਕਰੂਗਾ ਹੈ, ਤੇ ਫਿਰ ਅਸੀਂ ਕੁਛ ਵੀ ਨਹੀਂ ਦਿੰਦੇ ਇਹਨੂੰ, ਫਿਰ ਮੈਂ ਸੱਚਮੁੱਚ ਬੇਦਾਖਲ ਕਰ ਦਾਂਗੀ। ਤੂੰ ਫਿਰ ਐਂ ਕਰੀ, ਜੇ ਜ਼ਿਆਦਾ ਬੋਲੂਗਾ, ਜੇ ਤਾਂ ਨਰਮਾਈ ਰੱਖੂਗਾ ਤਾਂ ਠੀਕ ਹੈ ਸਾਰਾ ਕੁਛ ਮਿਲ ਜੂ, ਤੇ ਜ਼ਿਆਦਾ ਬੋਲੂਗਾ ਚੁੱਪ ਕਰਕੇ ਬੇਦਾਖਲ ਲਿਖਿਆ ਦੇ। ਨਾ ਮੈਂ ਲਿਖਾਉਂਗੀ ਫਿਰ, ਜਿਹਾ ਜੇ ਸੋਚਦਾ ਜਦੋਂ ਸਾਡੇ ਕੰਨੀ ਨਹੀਂ ਸੁੱਟਦਾ, ਸੋਚਦਾ ਸਾਡੀ ਇੱਜ਼ਤ ਖਰਾਬ ਕਰਦਾ ਗਾ ਇਹ, ਫਿਰ ਸਾਡਾ ਪੁੱਤ ਥੋੜੀ ਆ ਇਹ ਤਾਂ ਕਪੁੱਤ ਬਣ ਗਿਆ ਸਾਡਾ। ਫਿਰ ਉਹੀ ਤਾਂ ਗੱਲ ਹੈ, ਇਹਨੂੰ ਆਏ ਨੀ ਆਉਂਦੀ ਵੀ ਇਹਨੇ ਕਿੱਥੇ ਜਾਣਾ, ਸਾਰਾ ਕੁਛ ਇੱਥੇ ਰਹਿ ਜੂਗਾ, ਦੋਨੇ ਭਾਈਆਂ ਦੇ ਆ। ਮੈਂ ਇਹਨੂੰ ਐਂ ਕਹਿਣੀ ਆ ਵੀ ਭਾਈ ਊਂ ਪਾ ਕੇ ਬਹਿ ਜਾ, ਇਹ ਤਾਂ ਹੁਣ ਐਂ ਕਹਿੰਦਾ ਮੇਰੇ ਨਾ ਕਰਾਓ, ਕਹਿੰਦਾ ਲੈ ਨਾ ਕਰਾ ਕੇ ਫਿਰ ਅਸੀਂ ਕਿੱਥੇ ਜਾਵਾਂਗੇ। ਕਿੱਥੇ, ਮੈਂ ਉਹੀ ਗੱਲ ਤਾਂ ਕਹੀ ਸੀ ਪਹਿਲਾਂ, ਸਾਨੂੰ ਤਾਂ ਧੱਕੇ ਦੇ ਕੇ ਕੱਢ ਦੇਣਗੇ ਬਾਹਰ ਇਹ, ਪਤਾ ਕਿੰਨਾ ਔਖਾ ਹੋਏਗਾ ਉਹ ਖਾਣ ਦਾ। ਨਾ ਤਾਂ ਪੁੱਤ ਮੈਂ ਉੱਥੇ ਬੋਲਣ ਯੋਗਰੀ ਜਦੋਂ ਮੈਨੂੰ ਹਾਂ ਕਹਿਤਾ, ਕਹਿੰਦਾ ਨਾਨੀ ਜਾ ਕੇ ਕਹਿੰਦੇ ਮੈਨੂੰ ਬੇਦਾਖਲ ਕਰ ਦੇਣਗੇ। ਲੈ ਕਹਿ ਦਿਓ ਕਿ ਬੇਦਾਖਲ, ਕੋਈ ਨਾ ਹੁਣ ਮੈਂ ਬੇਦਾਖਲ ਹੀ ਕਰੂੰ, ਕਹਿਣ ਦੇ ਤਾਂ ਸਹੀ ਇਹਨੂੰ ਇੱਕ ਵਾਰੀ, ਲਿਆਉਣ ਦੇ ਨਾਲੇ ਕਿਹਨੂੰ ਲੈ ਕੇ ਆਉਂਦਾ ਉਰੇ, ਮੈਂ ਤਾਂ ਉੱਥੇ ਉੱਠਣਾ ਔਖਾ ਹੋ ਗਿਆ। ਚੱਲ ਕੋਈ ਨਾ ਮਾਂ ਤੂੰ ਟੈਨਸ਼ਨ ਨਾ ਲੈ, ਕੋਈ ਗੱਲ ਨੀ ਮੈਂ ਕਰੂੰਗੀ ਇਹਦੇ ਨਾਲ ਗੱਲ, ਪਰ ਮੈਂ ਹਜੇ ਨੀ ਦੱਸਦੀ। ਜੇ ਇਹ ਆ ਕਰਤੂਤਾਂ ਜੀਆਂ ਕਰਨ ਲੱਗਿਆ ਫਿਰ ਮੈਂ ਇਹਨੂੰ ਸੱਚੀ ਮੈਂ ਬੇਦਾਖਲ ਕਰ ਦੂੰ, ਬਸ ਫਿਰ ਮੈਨੂੰ ਕੋਈ ਲੋੜ ਨੀ ਹੈਗੀ। ਹਾਂ ਬਸ ਸੁਣਾ ਨੀ ਕਰੀਏ ਤੁਹਾਡੇ ਘਰ ਦਾ ਫੈਸਲਾ, ਹੁਣ ਮੈਂ ਤਾਂ ਵਾਰੀ ਵਾਰੀ ਕਹਾ ਹੀ ਨਾ ਮੇਰੀ ਤੀ। ਮਾਏ ਮਾਂ ਤੈਨੂੰ ਕੀ ਕਹਿਣਾ ਗਾ, ਨਾਲੇ ਮੈਂ ਤਾਂ ਤੁਹਾਨੂੰ ਹੁਣ ਵੀ ਨੀ ਦੱਸਿਆ ਸੀ, ਗੱਲ ਤਾਂ ਇਸੇ ਨੀ ਦੱਸੀ ਹੈ ਨਾ, ਸਾਰੇ ਰਿਸ਼ਤੇਦਾਰਾਂ ਨੂੰ ਦੱਸੀ ਜਾਂਦਾ, ਸਾਡੀ ਤਾਂ ਬੇਇੱਜ਼ਤੀ ਕਰੀ ਜਾਂਦਾ ਗਾ ਇਹ, ਨਾਲੇ ਕੀ ਲੁਕੋ ਕੇ ਰੱਖਿਆ ਗਾ ਇਹ ਤੋਂ, ਉਨਾ ਹੀ ਪਿਆਰ ਇਹਨੂੰ ਕਰਦੇ ਹਾਂ ਅਸੀਂ, ਉਨਾ ਹੀ ਛੋਟੇ ਨੂੰ ਕਰਦੇ ਹਾਂਗੇ। ਫਿਰ ਮੈਨੂੰ ਤਾਂ ਜਦੋਂ ਬੁਲਾਇਆ ਵੇਖ ਮੈਨੂੰ ਆਉਣਾ ਪਿਆ, ਤੇ ਮੈਨੂੰ ਤਾਂ ਜਦੋਂ ਮੋੜ ਕੇ ਉਹਨੇ ਇਹ ਜਵਾਬ ਦਿੱਤਾ, ਫਿਰ ਮੈਂ ਉਦੋਂ ਕੀ ਦੱਸਾਂ ਹੁਣ ਤੈਨੂੰ, ਕਰਮੀ ਜੀ ਦੇ ਬੈਠੇ। ਚੱਲ ਕੋਈ ਨਾ ਫਿਰ ਐਵੇਂ ਉਹ ਜ਼ਿਆਦਾ ਗਰਮ ਹੋ ਜੂਗਾ, ਫਿਰ ਜਿਹਾ ਗੱਲ ਦੱਸਤੀ। ਚੱਲ ਫਿਰ ਤੂੰ ਦੇਖ ਲਈ ਜੇ ਤੈਨੂੰ ਠੀਕ ਲੱਗਦਾ ਫਿਰ, ਹੈਂ ਤੁਸੀਂ ਕਰ ਲਿਓ ਪੁੱਤ। ਹਜੇ ਮਾਂ ਤੂੰ ਜਾ ਨਾ, ਹਜੇ ਕਿੱਥੇ ਜਾਣਾ ਗਾ ਤੂੰ, ਹੁਣ ਮੈਂ ਤੇਰਾ ਫੈਸਲਾ ਕਰਕੇ ਜਾਵਾਂ। ਆਹੋ ਕੋਈ ਨਾ ਫੈਸਲਾ ਕਰਕੇ ਜਾ, ਸਰਪੰਚ ਨੂੰ ਬੁਲਾ ਲਾ। ਕੋਈ ਨਾ ਬੁਲਾ ਲਾਂਗੇ ਸਰਪੰਚ ਨੂੰ, ਮੈਂ ਐਂ ਕਹਿੰਦੀ ਸੀ ਮੈਂ ਆਪਾਂ ਇੱਕ ਵਾਰੀ ਗੱਲਬਾਤ ਕਰ ਲਾਂਗੇ ਉਹਨਾਂ ਨਾਲ, ਨਾਲੇ ਤੂੰ ਚੰਨੀ ਨੂੰ ਮਾੜਾ ਮੋਟਾ ਦੁਬਾਰੇ ਕਹਿ ਦੀ। ਚੰਨੀ ਨੂੰ ਤਾਂ ਮੈਂ ਕਹਿ ਦੂੰਗੀ, ਜਿਹੜਾ ਫੈਸਲਾ ਸਰਪੰਚ ਨੇ ਲੈਣਾ ਉਹ ਮੈਂ ਕਿਵੇਂ ਲੈ ਲੂੰਗੀ। ਚੱਲ ਉਹ ਤਾਂ ਠੀਕ ਆ ਮਾਂ, ਮੇਰੀ ਗੱਲ ਸੁਣ, ਤੂੰ ਇੱਕ ਵਾਰੀ ਚੰਨੀ ਨੂੰ ਐਂ ਕਹਿ ਵੀ ਭਾਈ ਤੂੰ ਆਪਦੇ ਮਾਂ ਪਿਓ ਕੰਨੀ ਸੋਚ, ਉਹਨਾਂ ਦੀ ਬੇਇੱਜ਼ਤੀ ਨਾ ਕਰਾ, ਐਵੇਂ ਪਿੰਡ 'ਚ ਨਹੀਂ ਗੱਲਾਂ ਕਰੀਦੀਆਂ ਹੁੰਦੀਆਂ, ਵੀ ਤੂੰ ਚੁੱਪ ਕਰਕੇ ਘਰ ਪਾ ਕੇ ਬਹਿ ਜਾ ਜਦੋਂ ਤੈਨੂੰ ਦਿੰਦੇ ਨੇਗੇ। ਚੱਲ ਮੈਂ ਕਰਦੀ ਗੱਲ ਫਿਰ ਚੰਨੀ ਨੇ ਜਾ ਕੇ, ਹੈ ਚੱਲ ਚੰਗਾ ਬੇਬੇ, ਮੈਂ ਮਾਂ ਰੋਟੀ ਬਣਾਉਣੀ ਹੈਗੀ ਤੇਰੇ ਵਾਸਤੇ, ਚੰਗਾ ਰੋਟੀ ਰੋਟੀ ਖਾ ਲਈ ਫਿਰ। ਬੰਦਾ ਸਾਵਾਂ ਬੰਦਾ ਕਹਿ ਕੇ ਗਿਆ ਹੈਗਾ, ਅਗਲਾ ਕਹਿੰਦਾ ਗਰੀਬ ਤੇ ਕੋਈ ਨਹੀਂ ਆਉਂਦਾ, ਅਮੀਰ ਤੇ ਸਾਰੇ ਵਗ ਜਾਂਦੇ ਆ, ਅੱਜ ਜਾ ਹੀ ਆਵਾਂ। ਸਰਪੰਚ ਸਾਹਿਬ ਜੀ ਹੁਣ ਆਜੋ ਜੀ, ਆਜੋ ਕੌਣ ਹੈ?
ਸਤਿ ਸ੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹੋਰ ਕਿਵੇਂ? ਠੀਕ ਠਾਕ ਹੈ? ਠੀਕ ਠਾਕ ਸਰਪੰਚ, ਤੂੰ ਸੁਣਾ? ਵਧੀਆ। ਕਿਵੇਂ ਆ ਤੇਰਾ ਕੰਮ ਕਾਰ? ਫਿਰ ਕੰਮ ਤਾਂ ਵਧੀਆ, ਟਾਈਮ ਪਾਸ ਹੋ ਜਾਂਦਾ ਜਿਹੜਾ। ਅੱਛਾ, ਚਲੋ ਚੰਗੀ ਗੱਲ ਆ। ਹੁਣ ਦੱਸ ਫਿਰ ਕਿਵੇਂ ਆਏ ਸੀ? ਉਹ ਮਾੜਾ ਘਰ ਦਾ ਰੌਲਾ ਸੀ, ਉਹਦੇ ਵਾਸਤੇ ਆਏ ਸੀ ਤੇਰੇ ਕੋਲ। ਘਰ ਦਾ ਰੌਲਾ ਸੀ? ਹਾਂ। ਤੇਰੇ ਨਾਲ ਕਾਹਦਾ ਰੌਲਾ ਪੈ ਗਿਆ? ਐਡਾ ਐਡਾ ਵੱਡਾ ਪਰਿਵਾਰ ਨਹੀਂ ਕੋਈ। ਉਹ ਗੱਲ ਆਇਆ ਸਰਪੰਚ, ਕਿਹੜਾ ਸਾਡਾ ਭਰਾ ਨਾ ਘਰ ਹੈ। ਹਾਂ। ਬਾਪੂ ਨੇ ਲੋਨ ਲੈ ਲਿਆ। ਠੀਕ ਹੈ। ਲੋਨ ਲੈ ਕੇ ਦੋ ਕਨਾਲਾਂ ਲੈ ਲਈਆਂ। ਠੀਕ ਹੈ। ਅੱਛਾ, ਪਹਿਲਾਂ ਲੈ, ਅੱਛਾ ਲੋਨ ਲੈ ਕੇ ਜ਼ਮੀਨ ਦੀਆਂ ਦੋ ਕਨਾਲਾਂ ਲੈ ਲਈਆਂ। ਹਾਂ, ਲੈ ਲਈਆਂ। ਠੀਕ ਹੈ। ਉਹ ਚ ਮੈਂ ਤਾਂ ਕੁਛ ਦਿੱਤਾ ਨਹੀਂ। ਉਦੋਂ ਬਾਅਦ ਕੀ ਹੋਇਆ, ਉਹ ਕਿਹੜਾ ਕਨਾਲ ਚ ਮੇਰੇ ਭਰਾ ਨੂੰ ਘਰ ਪਾਤਾ। ਠੀਕ ਹੈ। ਇੱਕ ਕਨਾਲ ਰਹਿ ਗਈ, ਤੇ ਜਿਹੜਾ ਉਹ ਪੁਰਾਣਾ ਘਰ ਉਹ ਮੇਰੇ ਕੋਲ ਹੈ। ਹੁਣ ਬੈਂਕ ਵਾਲੇ ਮੇਰੇ ਕੋਲ ਆਉਂਦੇ ਆ ਰੋਜ਼ ਹੀ, ਤੇ ਵੀ ਘਰ ਖਾਲੀ ਕਰ ਜਾ ਕਿਸ਼ਤਾਂ ਭਰ। ਨਾ ਬਾਪੂ ਉਹ ਕਿਸ਼ਤਾਂ ਭਰ ਰਹੇ ਆ, ਨਾ ਮੈਨੂੰ ਉਧਰ ਕਨਾਲ ਦਾ ਹਿੱਸਾ ਦੇ ਰਹੇ ਆ। ਵੀ ਮੈਨੂੰ ਕਨਾਲ ਦਾ ਹਿੱਸਾ ਦੇ ਦੇਣਾ, ਮੈਂ ਆਪਦਾ ਘਰ ਪਾਲਾਂ, ਮੇਰੇ ਨਾਮ ਕਰ ਦੇਣਾ। ਪਰ ਉਹ ਨਾਮ ਵੀ ਨਹੀਂ ਕਰ ਰਹੇ ਮੇਰੇ, ਤੇ ਨਾ ਮੈਨੂੰ ਉਧਰ ਹੀ, ਨਾ ਤੇ ਮੈਂ ਲੋਨ ਭਰ ਰਹੇ ਆ, ਨਾ ਮੈਨੂੰ ਹਿੱਸਾ ਦੇ ਰਹੇ ਆ। ਵੀ ਮਾਂ ਪਿਓ ਨੂੰ ਤਾਂ ਦੋਨੇ ਜਵਾਕ ਇੱਕੋ ਹੀ ਹੁੰਦੇ ਆ, ਚਾਹੇ ਦੋ ਕਨਾਲ ਲੈਤੇ ਆ, ਇੱਕ ਤੈਨੂੰ ਦੇ ਦੇਣਾ, ਇੱਕ ਉਹਨੂੰ ਦੇ ਦੇਣਾ। ਜਿਹੜਾ ਉਹ ਘਰ ਆਏਗਾ, ਚਾਹੇ ਸਰਕਾਰ ਰੋਕ ਲਊਗੀ, ਚਾਹੇ ਭਾਈ ਉਹਦੇ ਪੈਸੇ ਭਰੇ ਜਾਣ ਸਾਂਝੇ। ਉਹ ਵੀ ਮੈਂ ਕਹੀ ਜਾਂਦਾ ਮੈਂ ਭਰ ਦਿੰਦਾ, ਮੈਨੂੰ ਐ ਲਿਖ ਕੇ ਦੇ ਦੇਣਾ। ਹਾਂ ਹਾਂ। ਉਦੋਂ ਬਾਅਦ ਲੋਨ ਭਰਦੇ ਮੇਰੇ ਪੁੱਤ ਦੇ ਕਿਹੜਾ ਭਰੂ ਪੈਸੇ, ਉਹ ਉਹਦੇ ਜਗ੍ਹਾ। ਹਾਂ ਹਾਂ ਹਾਂ, ਉਹਦੀ ਜਗ੍ਹਾ। ਐਵੇਂ ਨਹੀਂ ਮੰਨ ਰਹੇ ਨਾ, ਇਹ ਤਾਂ ਕਿਵੇਂ ਨਾ ਮੰਨਣਾ, ਕੋਈ ਗੱਲ ਨਹੀਂ। ਇਹ ਫਿਰ ਨਾ ਹੀ ਉਹ ਕਰ ਰਹੇ ਆ, ਹਿੱਸਾ ਕਹਿੰਦਾ ਘਰ ਪਾਲਾ ਤੇ ਜਗ੍ਹਾ ਨਹੀਂ ਤੇਰੇ ਨਾਮ ਲਵਾਉਂਦੇ। ਮੈਂ ਚੱਲ ਮੈਂ ਘਰ ਪਾ ਲਿਆ, ਮੁੜ ਕੇ ਤੂੰ ਲੋਨ ਲੈ ਲਏ ਉਹ ਤੋਂ ਜਗ੍ਹਾ, ਤਾਂ ਫਿਰ ਔਖਾ ਹੋ ਜੂ ਨਾ ਮੈਨੂੰ। ਇਹ ਤਾਂ ਜਿਹੜੀ ਗੱਲ ਆ ਗਈ, ਦੋ ਕਨਾਲ ਆ ਗਈਆਂ, ਦੋ ਚ ਇੱਕ ਤੇਰੀ ਬਣਦੀ ਹੈ। ਹਾਂ, ਪਿਆਰੀ ਗੱਲ ਹੈ। ਠੀਕ ਹੈ। ਇਹ ਘਰ ਰਹਿ ਗਿਆ, ਇਹ ਘਰ ਦੇ ਪੈਸੇ ਜੇ ਭਾਈ ਤੂੰ ਭਰ ਸਕਦਾ ਤਾਂ, ਜੇ ਪੈਸੇ ਤਾਂ ਤੂੰ ਹੀ ਭਰੇਗਾ ਹਨਾ। ਨਾ ਨਾ, ਪਰ ਜੇ ਲੈਤੇ ਇਹਨਾਂ ਨੇ ਲਾਉਣਾ, ਉਹ ਤੂੰ ਨਹੀਂ ਗੱਲ ਸਮਝਿਆ। ਜੇ ਤੂੰ ਉਹਦੇ ਪੈਸੇ ਭਰਤੇ, ਫਿਰ ਨਾ ਉਹ ਤਾਂ ਤੇਰੇ ਹੋਣਾ ਚਾਹੀਦਾ ਉਹ। ਹਾਂ ਹਾਂ, ਮੇਰਾ ਕਹਿਣ ਦਾ ਮਤਲਬ ਤੂੰ ਤਾਂ ਮੁੱਲ ਲੈਣਾ ਇੱਕ। ਹਾਂ, ਉਹ ਵੀ ਨਹੀਂ ਦੇ ਰਹੇ। ਫਿਰ ਕਹਿੰਦੇ ਘਰ ਤੇ ਲੈ ਲਾ, ਥਾਂ ਤੇ ਲੈ ਲਾ, ਪਰ ਤੇਰੇ ਨਾਮ ਨਹੀਂ ਕਰਾਉਂਦੇ ਘਰ ਪਾਲਾ। ਮੁੜ ਕੇ ਲੋਨ ਲੈ ਲਿਆ, ਮੁੜ ਕੇ ਮੈਂ ਕਿੱਧਰ ਜਾਊਂਗਾ? ਜਾਂ ਮੈਂ ਲਿਖ ਕੇ, ਮੇਰੀ ਨਾਨੀ ਆਈ ਸੀ, ਨਾਨੀ ਨੂੰ ਕਿਹਾ ਸੀ ਮੈਂ ਤੂੰ ਜ਼ਿੰਮੇਵਾਰੀ ਲੈ ਲਾ, ਕਹਿੰਦੀ ਮੈਂ ਤਾਂ ਜ਼ਿੰਮੇਵਾਰੀ ਲੈਂਦੀ ਨਹੀਂ। ਲੈ, ਮੈਂ ਤੂੰ ਜ਼ਿੰਮੇਵਾਰੀ ਨਹੀਂ ਲੈਂਦੀ, ਮੈਂ ਕਿਵੇਂ ਜ਼ਿੰਮੇਵਾਰੀ ਲੈਣਾ ਵੇ? ਕੋਈ ਨਹੀਂ, ਮੈਂ ਤੇਰੀ ਸਾਰੀ ਗੱਲ ਸਮਝ ਗਿਆ, ਪਰਵਾਹ ਨਾ ਮਨ। ਮੈਂ ਇੱਥੇ ਬੁਲਾ ਕੇ ਨਾ ਮੇਰੇ ਕੋਲੇ, ਮੈਂ ਕਰਦਾ ਉਹਨਾਂ ਨਾਲ ਗੱਲ। ਠੀਕ ਹੈ। ਠੀਕ ਹੈ। ਜੇ ਬਾਲਾ ਕਰਨ ਲੱਗੇ ਵੀ ਇੱਕ ਪਾਸਾ ਗਏ, ਜੇ ਬਾਲਾ ਕਰਨ ਲੱਗੇ ਮੈਨੂੰ ਬੇਦਖਲ ਲਿਖਾ ਦੇਣ ਵੀ ਮੇਰੇ ਸਾਡਾ ਤਾਂ ਮੁੰਡਾ ਹੀ ਹੈ ਨਹੀਂ ਇਹ। ਉਹ ਐਂ ਕਿਉਂ ਬੇਦਖਲ ਲਿਖਾ ਦੇਣਾ? ਬਸ ਠੀਕ ਹੈ, ਕੋਈ ਇੱਕ ਪਾਸਾ ਕਰ ਦੇਣਾ, ਮੈਂ ਰੱਬ ਦੇ। ਮੈਂ ਸਮਝਿਆ ਤੇਰੀ ਗੱਲ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਮੈਂ ਇੱਕ ਪਾਸੇ ਤੇ ਹੋ ਜਾਊਗਾ, ਚਾਹ ਇੱਕ ਪਾਸੇ ਕਰਾਊਂਗਾ, ਬੇਫਿਕਰ। ਚਾਹ ਮੁੱਕ ਜੂ ਮੇਰੀ। ਕੋਈ ਨਹੀਂ, ਕੋਈ ਨਹੀਂ, ਠੀਕ ਹੈ। ਕੋਲੇ ਆ ਹੀ ਗਿਆ। ਹਾਂ, ਚਾਹ ਪਾਣੀ ਪੀਂਗਾ? ਚਲ ਬਸ, ਧੰਨਵਾਦ। ਆਏ ਲੈ, ਲੋੜਾ ਆਇਆ ਪਿਆ, ਹੱਦ ਹੋਈ ਪਈ ਹੈ। ਮਾਂ ਪਿਓ ਦੇ ਸਾਰੇ ਧੀ ਪੁੱਤ ਇੱਕੋ ਜਿਹੇ ਹੁੰਦੇ ਆ, ਇਹ ਕੀ ਹੋਈ ਜਾਂਦਾ ਗਾ। ਚਲ ਕਰਦਾ ਗੱਲ ਅੱਜ ਇਹਨਾਂ ਨਾਲ, ਬੁਲਾਉਣਾ ਇਹਨਾਂ ਨੂੰ। ਹਾਂ ਭਾਈ ਸਰਪੰਚ, ਕੰਮ ਕਿਵੇਂ ਬੁਲਾਇਆ ਸੀਗਾ? ਉਹ ਬੁਲਾਉਣਾ ਕਿਵੇਂ ਸੀ, ਚੰਨੀ ਆ ਕੇ ਗਿਆ ਮੇਰੇ ਕੋਲੇ, ਤਾਂ ਬੁਲਾਇਆ ਤੁਹਾਨੂੰ ਮੈਂ। ਦੇਖੋ, ਇੱਕ ਤਾਂ ਤੁਹਾਨੂੰ ਫੈਸਲਾ ਕਰਨਾ ਪਊਗਾ, ਤੁਸੀਂ ਆਪ ਸਮਝਦਾਰ ਹੋ। ਪਹਿਲਾਂ ਤੁਸੀਂ ਮੈਨੂੰ ਐਂ ਦੱਸੋ, ਚੰਨੀ ਛੋਟਾ ਮੁੰਡਾ ਹੈਗਾ ਕਿ ਨਹੀਂਗਾ? ਮੁੰਡਾ ਤਾਂ ਹੈਗਾ ਸਰਪੰਚ, ਹੁਣ ਚੰਨੀ ਨਾ ਹੋਰੀ ਗੱਲਾਂ ਜਾਂ ਕਰਨ ਲੱਗ ਗਿਆ। ਉਹਨੂੰ ਆਖਿਆ ਵੀ ਥੋੜ੍ਹਾ ਜਿਹਾ ਟਾਈਮ ਪੈ ਗਿਆ, ਅਸੀਂ ਸਾਰਾ ਕੁਛ ਤੈਨੂੰ ਦੇ ਦਾਂਗੇ, ਹੁਣ ਤਾਂ ਉਹ ਕਹਿੰਦਾ ਛੇਤੀ ਮੈਨੂੰ ਉਹ ਨਾਲ ਦੇ ਦਿਓ ਮੇਰਾ ਹਿੱਸਾ। ਆਪਾਂ ਨੂੰ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹੜੇ ਪੁੱਤ ਨੇ ਕੰਮ ਦੇਣਾ ਆਪਾਂ ਨੂੰ। ਇਹ ਨਾ ਹੁੰਦਾ ਵੀ ਹੁਣ ਇਸ ਟਾਈਮ ਉਹ ਆ, ਕੱਲ੍ਹ ਉਹ ਵੀ ਬਦਲ ਕੇ ਪੈ ਜਾਊਗਾ। ਮੈਂ ਤੁਹਾਨੂੰ ਤਾਂ ਕਹਿਣਾ ਹੈਗਾ, ਤੁਹਾਨੂੰ ਤਾਂ ਦੋਨੇ ਪੁੱਤ ਇੱਕੋ ਹੀ ਹੋ, ਕਰਨੀ ਤਾਂ ਤੁਸੀਂ ਤੁਹਾਡੀ ਮਰਜ਼ੀ ਹੈ, ਮੈਂ ਤਾਂ ਉਵੇਂ ਕਰ ਦੂੰਗਾ। ਪਰ ਮੇਰਾ ਕਹਿਣ ਦਾ ਫਰਜ਼ ਆ, ਦੇਖੋ ਉਹ ਕਹਿੰਦਾ ਸੀਗਾ ਸਾਡੇ ਕੋਲ ਦੋ ਕਨਾਲਾਂ, ਅਸੀਂ ਲਾਉਣ ਕੀਤਾ ਕਰਾਇਆ ਸੀਗਾ, ਦੋ ਕਨਾਲ ਲੈਤੀਆਂ ਸੀਗੀਆਂ, ਇੱਕ ਦੇਖ ਚੰਨੀ ਦੀ ਬਣ ਗਈ, ਇੱਕ ਤੇ ਦੂਜੇ ਮੁੰਡੇ ਦੀ ਬਣ ਗਈ। ਠੀਕ ਹੈ। ਉਹਦੇ 'ਚ ਹੁਣ ਕਹਿੰਦਾ ਵੀ ਜਿਹੜਾ ਦੂਜਾ ਘਰ ਹੈਗਾ, ਇਹਦੇ ਤੇ ਇੱਕ ਲਾਉਣ ਅਤੇ ਪੈਸੇ ਭਰਨ ਵਾਲੇ ਪਏ। ਉਹ ਕਹਿੰਦਾ ਲਾਉਣ ਦੇ ਪੈਸੇ ਮੈਂ ਭਰ ਦਿੰਦਾ, ਇਹ ਘਰ ਕਹਿੰਦਾ ਮੇਰੇ ਨੌਕਰਾਂ ਦੇ, ਉੱਧਰ ਮੈਨੂੰ ਕਨਾਲ 'ਚ ਹਿੱਸਾ ਦੇ ਦਿਓ, ਉਹ ਐਂ ਕਹਿੰਦਾ ਗਾ।
ਚੱਲ ਮੈਂ ਤਾਂ ਇਹ ਵੀ ਰਾਜੀ ਸੀ, ਪਰ ਇਹਦੀ ਮਾਂ ਨਹੀਂ ਮੰਨਦੀ ਹੁਣ। ਇਹ ਕਹਿੰਦੀ ਵੀ ਰੋਟੀ ਕਣੀ ਉਹ ਵੀ ਜਾਵਾਂਗੇ ਆਪਾਂ। ਨਾ ਨਾ ਇਹ ਤਾਂ ਕਿਵੇਂ ਗੱਲ ਆ ਭਾਈ। ਆਏ ਸਰਪੰਚ ਸਾਹਿਬ ਜੀ, ਅਸੀਂ ਨਾ ਕਿਵੇਂ ਕਰਵਾ ਦਈਏ ਜਦੋਂ ਅਸੀਂ ਚੰਨੀ ਨੂੰ ਕਹੀ। ਨਾ ਨਹੀਂ ਕਰ ਸਕਦੇ, ਤੁਸੀਂ ਐਂ ਕਰ ਲਓ ਵਸੀਅਤ ਕਰਾ ਦਿਓ, ਜਿੰਨੇ ਚੱਕ ਭਾਈ ਅਸੀਂ ਬੈਠੇ ਹਾਂਗੇ ਸਾਡਾ, ਬਾਅਦ 'ਚ ਹੋਰ ਕੋਈ ਦੂਜੇ ਮੁੰਡੇ ਦਾ ਕੋਈ ਹਿੱਸਾ ਨਹੀਂ ਇਹਦੇ 'ਚ, ਚੰਨੀ ਦਾ ਹਿੱਸਾ ਹੈਗਾ, ਐਂ ਵੀ ਹੋਜੂ, ਚੱਲ ਤੁਹਾਡੇ ਨਾਲ ਵੀ ਲਾ ਲਓ। ਨਾ ਨਾ ਸਰਪੰਚ ਸਾਹਿਬ ਜੀ, ਨਾ ਮੈਂ ਵਸੀਅਤ ਕਰਵਾਵਾਂ ਅਤੇ ਨਾ ਮੈਂ ਇਹਦੇ ਨਾਂ ਕਰਵਾਵਾਂ, ਮੈਂ ਤਾਂ ਕੁਛ ਨਹੀਂ ਕਰਵਾਉਂਦੀ ਹੈਗੀ। ਦੇਖ ਇੱਕ ਕੰਮ ਤਾਂ ਕਰਨਾ ਪਊਗਾ, ਚਾਹੇ ਤੁਸੀਂ ਐਂ ਕਹੋ ਤੁਸੀਂ ਸਾਡਾ ਮੁੰਡਾ ਨਹੀਂ, ਇਹ ਕੀ ਕਿਵੇਂ ਗੱਲ ਬਣੀ? ਇਹ ਤਾਂ ਤੈਨੂੰ ਵੀ ਪਤਾ ਹੀ ਆ, ਪੁੱਤ ਤਾਂ ਤੂੰ ਮਾਮਾ ਨੂੰ ਤਾਂ ਤੂੰ ਇੱਕੋ ਜਿਹੇ ਹੁੰਦੇ ਆ, ਕਿਉਂ ਭਾਈ ਤੁਸੀਂ ਵੀ ਸਿਆਣੇ ਹੋ। ਹਾਂਜੀ ਉਹ ਤਾਂ ਇਹ ਕਿਹਾ ਸੀ, ਮੈਨੂੰ ਬੁਲਾਇਆ ਸੀ ਚੰਨੀ ਨੇ ਪਹਿਲਾਂ, ਅਤੇ ਮੈਂ ਚੰਨੀ ਨੂੰ ਇਹ ਕਿਹਾ ਸੀ ਮੈਂ ਕੋਈ ਗੱਲ ਨਹੀਂ ਚੰਨੀ ਕਹਿ ਦਾਂਗੇ, ਚੰਨੀ ਤਾਂ ਮੈਨੂੰ ਸਿੱਧਾ ਹੀ ਬੋਲਿਆ, ਫਿਰ ਨਾਲੇ ਤੂੰ ਉਹਨਾਂ ਨੂੰ ਕਹਿ ਦੇ ਮੈਨੂੰ ਬੇਰਾਬ ਲਿਖਾ ਦੇਣਗੇ। ਉਹ ਫਿਰ ਗੱਲ ਤਾਂ ਉਹ ਗੁੱਸਾ ਆਉਂਦਾ ਵੀ ਮੈਂ ਇੱਕ ਦੀ ਕਰੀ ਜਾਂਦੇ ਇੱਕ ਦੀ ਕਰਦੇ ਨੇ, ਉਹਨੂੰ ਤਾਂ ਐਂ ਆਉਂਦਾ ਨਾ ਵੀ ਮੇਰਾ ਮੇਰੀ ਸਪੋਰਟ ਕਾਹਤੋਂ ਲੈਂਦਾ ਮੇਰਾ ਮਾਂ ਪਿਓ। ਨਹੀਂ ਸਰਪੰਚ ਸਾਹਿਬ ਜੀ, ਅਸੀਂ ਉਹਨੂੰ ਐਂ ਕਿਹਾ ਹੈਗਾ ਵੀ ਜਿਹੜੀਆਂ ਦੋ ਕਨਾਲਾਂ ਨੇ ਇੱਕ 'ਚ ਤਾਂ ਪਾਈ ਪਈ ਆ ਕੋਠੀ, ਵੀ ਇੱਕ 'ਚ ਚੱਲ ਤੂੰ ਪਾ ਲਾ, ਉਹ ਐਂ ਤਾਂ ਮੰਨਦਾ ਨਹੀਂ, ਕਹਿੰਦਾ ਮੇਰੇ ਨਾਂ ਕਰਵਾਓ, ਵੀ ਜਿੰਨਾ ਚਿਰ ਅਸੀਂ ਜਿਉਂਦੇ ਬੈਠੇ ਅਸੀਂ ਕਿਵੇਂ ਕਰਵਾ ਦਈਏ ਨਾਂ ਇਹਦੇ, ਸਾਨੂੰ ਤਾਂ ਧੱਕੇ ਦੇ ਕੇ ਬਾਹਰ ਕੱਢ ਦੂਗਾ ਇਹ, ਹੁਣ ਹੀ ਇੰਨਾ ਕਲੇਸ਼ ਕਰੀ ਫਿਰਦਾ, ਕਦੇ ਕਿਸੇ ਨੂੰ ਕਹਿ ਦਿੰਦਾ ਕਦੇ ਕਿਸੇ ਨੂੰ ਕਹਿੰਦਾ, ਹੁਣ ਸੋਨੂੰ ਸੱਦ ਲਿਆਂਦਾ ਇਹਨੇ। ਉਹ ਨਹੀਂ ਇਹਦੇ 'ਚ ਹੱਲ ਵੀ ਹੈਗੇ ਨਾ, ਚੱਲ ਮੰਨੀ ਗੱਲ ਆ, ਜੇ ਤੈਨੂੰ ਡਰ ਹੈ ਤੁਸੀਂ ਵਸੀਅਤ ਕਰਾ ਦਿਓ ਨਾ, ਜੇ ਵਸੀਅਤ ਨਹੀਂ ਕਿਸੇ ਪਾਸੇ, ਜੇ ਕੱਲ੍ਹ ਨੂੰ ਤੈਨੂੰ ਚੰਨੀ ਤੰਗ ਕਰਦਾ ਹੈ ਉਦੋਂ ਕਿਤੋਂ ਮਰਜ਼ੀ ਠਾ ਸਕਦੇ ਹਾਂ, ਵੀ ਮਾਲਕ ਤਾਂ ਤੂੰ ਹੀ ਰਹੇਗੀ, ਜਿੰਨੇ ਕਾ ਵਸੀਅਤ ਦਾ ਮਾਲਕ ਉਹੀ ਹੁੰਦਾ, ਹੋਰ ਨਹੀਂ ਕਿ ਆਹ ਹੁੰਦਾ ਹੱਲ ਇਹਦਾ, ਚਾਹੇ ਲੱਖ ਮਾਲਕਾਂ ਜੀ ਕਬਜ਼ਾ ਤਾਂ ਹੋ ਹੀ ਜਾਊਗਾ ਨਾ। ਕਬਜ਼ੇ ਕੀ ਕਰਾਂਗੇ ਲੈ, ਜਦੋਂ ਮਾਲਕ ਤੂੰ ਆ ਕੇ ਕਬਜ਼ਾ ਕੀ ਕਰਾਂਗੇ, ਮੁੜ ਕੇ ਕੱਢਣੇ ਔਖੇ ਹੋ ਜਾਂਦੇ ਆ ਜੀ। ਲੈ ਐਂ ਕਿਵੇਂ ਕੱਢਣੇ ਔਖੇ ਹੋ ਜਾਣਗੇ ਜੀ, ਐਂ ਐਂ ਚੰਨੀ ਤਾਂ ਮੈਂ ਵੀ ਇਹ ਵੀ ਕਿਹਾ ਸੀ, ਦੇਖ ਅਸੀਂ ਵੀ ਪਹਿਲਾਂ ਦੇਖੋ ਜਿਹੜੇ ਸਾਥੋਂ ਪਹਿਲਾਂ ਸੀ ਉਹ ਵੀ ਇੱਕ ਛੱਡ ਗਏ, ਅਸੀਂ ਸਾਂਭਦੇ ਹਾਂ, ਉਦੋਂ ਬਾਅਦ ਇਹ ਇੱਕ ਛੱਡਣੇ ਤੁਸੀਂ ਸਾਂਭੋਗੇ, ਫਿਰ ਬਾਕੀ ਸਿਰੇ ਸੋਡੇ ਹੱਥਾਂ 'ਚ ਲੈ। ਗੱਲਾਂ ਤੁਸੀਂ ਕਿਉਂ ਫਰਕ ਪਾਉਣੇ ਹੋ, ਜੋ ਸਾਰੇ ਗੱਲਾਂ ਦਾ ਤੁਹਾਨੂੰ ਪਤਾ ਹੈ ਵੀ ਇੱਥੇ ਕੁਛ ਨਹੀਂ ਰਹਿਣਾ, ਥਾਂ ਹੀ ਰਹਿ ਜਾਣਗੇ, ਤੁਹਾਨੂੰ ਦੋਨੇ ਪੁੱਤ ਇੱਕੋ ਜਿਹੇ ਆ, ਕੱਲ ਨੂੰ ਰੋਟੀ ਤੁਸੀਂ ਖਾਣੀ ਹੈ ਮੈਂ ਤਾਂ ਤੁਹਾਨੂੰ ਤਾਂ ਕਹਿਣਾ ਭਾਈ, ਅੱਗੇ ਜੋ ਛੋਟੀ ਥੋੜੀ ਖੁਸ਼ੀ ਹੈ। ਸਰਪੰਚ ਸਾਹਿਬ ਜੀ ਆ ਪਹਿਲਾਂ ਤੁਸੀਂ ਮੇਰੀ ਮਾਂ ਕੰਨੀ ਦੇਖ ਲਓ, ਇਹਨੇ ਨਾ ਹੀ ਆਪਦੇ ਹੱਥ ਵਢਵਾ ਲਏ ਤੇ ਮੁੜ ਕੇ ਹੁਣ ਧੱਕੇ ਖਾਂਦੀ ਫਿਰਦੀ ਹੈ, ਮੇਰੀ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਮਸਾਂ ਟਾਈਮ ਪਾਸ ਕਰਦੀ ਹੈ, ਕਦੇ 4 ਦਿਨ ਸਾਡੇ ਕੋਲੇ ਲਾਉਂਦੀ ਹੈ। ਆਏ ਸਰਪੰਚ ਸਾਹਿਬ ਦੇਖੋ ਮੈਨੂੰ ਰੋਟੀ ਪਾਣੀ ਸਭ ਕੁਝ ਮਿਲਦਾ, ਕੱਪੜੇ ਜਿਹੜੇ ਧੋਤੇ ਮਿਲਦੇ ਆ, ਇਹ ਤਾਂ ਉਹਨੂੰ ਪਕਾਈ ਮਰ ਜਾਂਦੇ ਪੂਰੀ ਸਾਡੀ ਬੋਲੀ ਜਾਂਦੀ ਹੈਗੀ, ਉਹੀ ਗੱਲ ਸਾਨੂੰ ਪੂਰੇ ਖਵਾਉਂਦੀ ਹੈ। ਦੇਖੋ ਭਾਈ ਉਹ ਮੇਰੇ ਕੋਲੇ ਆ ਕੇ ਗਿਆ, ਮੈਂ ਵੀ ਉਹਨੂੰ ਕੋਈ ਜਵਾਬ ਦਿਉ, ਕੋਈ ਤਾਂ ਆਪਾਂ ਨੂੰ ਗੱਲ ਰਾਹ ਪਾਉਣੀ ਪਊ, ਚਾਹੇ ਤੁਸੀਂ ਐਂ ਲਿਖ ਕੇ ਦੇ ਦਿਓ ਭਾਈ, ਅਸੀਂ ਲਾਉਣ ਨਹੀਂ ਲੈਂਦੇ, ਫਿਰ ਆਪਾਂ ਉੱਥੇ ਘਰ ਪਾ ਕੇ ਬਹਿ ਜੂਗਾ। ਦੇਖੋ ਸਰਪੰਚ ਸਾਹਿਬ ਜੀ, ਨਾ ਤਾਂ ਅਸੀਂ ਉਹਦੇ ਨਾ ਅੱਜ ਕਰਵਾਈਏ ਤੇ ਨਾ ਕਰਵਾਈਏ ਕੱਲ, ਊਂ ਆਪਦੀ ਪਾ ਕੇ ਮਕਾਨ ਉਹਨੇ ਬੈਠਣਾ ਉੱਥੇ ਬੈਠ ਸਕਦਾ ਗਾ। ਦੇਖ ਫਿਰ ਤਾਂ ਕੀ ਗੱਲ ਬਣੀ ਇਹਦੇ 'ਚ, ਇਹਦੇ 'ਚ ਨਾ ਹੈ ਐਂ ਸਮਝ ਲਓ ਵੀ ਤੁਹਾਡਾ ਪੁੱਤ ਹੀ ਨਹੀਂ ਹੈ, ਫਿਰ ਉਹ ਪੁੱਤ ਨਾਲ ਮੈਂ ਤਾਂ ਨਹੀਂ ਦੇਖਿਆ ਕੋਈ ਐਂ ਕਰਦਾ ਹੁੰਦਾ, ਇਹ ਤਾਂ ਤੁਹਾਡੀ ਹੈਗੀ ਗਲਤ ਗੱਲ ਆ, ਜੇ ਉਹਨੇ ਹਿੱਸਾ ਲੈਣਾ ਹੋਵੇ ਕਾਨੂੰਨ ਦਾ ਸਹਾਰਾ ਲੈ ਕੇ, ਪਰ ਉਹ ਲੈ ਵੀ ਸਕਦਾ ਗਾ, ਪਰ ਉਹ ਇਹ ਗੱਲਾਂ 'ਤੇ ਨਹੀਂ ਜਾਂਦਾ, ਮੈਂ ਤੁਹਾਨੂੰ ਪਤਾ ਗਾ ਜਿਹੜਾ ਪੁੱਤ ਹੁੰਦਾ ਨਾ ਹਿੱਸਾ ਲੈ ਸਕਦਾ ਗਾ, ਪਰ ਤੁਸੀਂ ਆਪਦੇ ਆਪ ਹੀ ਨਾ, ਤੁਸੀਂ ਤਾਂ ਕਹਿੰਦੇ ਹੱਥ ਵਢਾ ਲਗੇ, ਹੱਥ ਤਾਂ ਤੁਸੀਂ ਦੂਜੇ ਰੋਡ ਵਢਾਈ ਜਾਂਦੇ ਹੋ, ਉਹਨੂੰ ਨਾ ਦੇ ਕੇ ਮੇਰੀ ਗੱਲ ਯਾਦ ਰੱਖਿਓ, ਇੱਕ ਨਾ ਇੱਕ ਦਿਨ ਤੁਸੀਂ ਪਛਤਾਓਗੇ, ਕੱਲ੍ਹ ਨੂੰ ਜਿਹੜੇ ਮੁੰਡੇ ਨੂੰ ਤੁਸੀਂ ਕਹਿੰਦੇ ਉਹਨੂੰ ਕਰਤਾ, ਫਿਰ ਤੁਸੀਂ ਕੀ ਕਰੋਗੇ? ਸਰਪੰਚ ਸਾਹਿਬ ਜੀ ਸਾਰਾ ਕੁਛ ਉਹਨਾਂ ਦਾ ਹੀ ਹੈ, ਅਸੀਂ ਤਾਂ ਸਾਨੂੰ ਆਏ ਸੀ ਵੀ ਚੱਲ। ਜਦੋਂ ਤੂੰ ਇਹ ਗੱਲ ਸਮਝਦਾ ਹੈ ਵੀ ਉਹਨਾਂ ਦਾ ਹੀ ਹੈ, ਫਿਰ ਤੁਹਾਨੂੰ ਕੀ ਹਰਜ ਸੀ ਕਹਿੰਦੇ ਤੁਸੀਂ ਇੰਨੀ ਕੁ ਗੱਲ ਕਹਿ ਦਿਓ, ਚੱਲ ਭਾਈ ਲਾਉਣ ਦੇ ਹੀ ਆ, ਲਾਉਣ ਅਸੀਂ ਨਹੀਂ ਕਰਾਉਂਦੇ, ਅਤੇ ਚਾਹੇ ਭਾਈ ਘਰ ਪਾ ਕੇ ਬਹਿ ਜਾਓ, ਜੇ ਲਾਉਣ ਹੀ ਨਾ ਕਰਾਇਆ ਚਲੋ ਉਹ ਆਪਦਾ ਘਰ ਪਾ ਕੇ ਬਹਿ ਜੂਗਾ, ਥੋੜੀ ਲੜਾਈ ਖਤਮ ਆ ਗਈ। ਲੈ ਫਿਰ ਊਂ ਕਿਹੜਾ ਸਰਪੰਚ ਸਾਹਿਬ ਜੀ ਉਹ ਬੈਠ ਨਹੀਂ ਸਕਦਾ ਘਰ ਪਾ ਕੇ, ਊਂ ਕਿਹੜਾ ਉਹਨੂੰ ਬਾਹਰ ਕੱਢਿਆ ਹੋਇਆ ਗਾ। ਭਾਈ ਉਹ ਕਹਿੰਦਾ ਹੁਣ ਇਹਦਾ ਜਿਹੜਾ ਇੱਧਰ ਪਿੰਡਾਂ ਲਾਉਣ ਕੀਤਾ ਨਾ, ਤਾਂ ਹੁਣ ਇਹਦੇ ਪੈਸੇ ਭਰਨੇ ਪੈਣਗੇ, ਕੱਲ੍ਹ ਨੂੰ ਉੱਥੇ ਲਾਉਣ ਪੈ ਗਿਆ ਫਿਰ ਉਦੋਂ ਪੈਸੇ ਭਰਦੇ ਬਹਿ ਜੂਗਾ, ਉਹਨੂੰ ਵੀ ਡਰ ਆਇਆ। ਪੈਸੇ ਤਾਂ ਅਸੀਂ ਭਰੀ ਜਾਂਦੇ ਹਾਂਗੇ, ਅੱਧੇ ਬਾਹਰ ਹੁਣ ਕਿਸ਼ਤਾਂ ਜੀਆਂ ਅੜ ਗਈਆਂ ਸੀ, ਬਸ ਉਹਨੂੰ ਤਾਂ ਕਰਕੇ ਡਰ ਹੋ ਗਿਆ। ਕਿਸ਼ਤ ਇੱਕ ਵੀ ਅੜਦੇ ਨਾ, ਇੱਕ ਵੀ ਲੈ ਕੇ ਬਹਿ ਜਾਂਦੀ ਹੁੰਦੀ ਹੈ, ਸਾਰਾ ਕੁਝ ਜਾਂਦਾ ਗਾ, ਉਹ ਤਾਂ ਭਾਵੇਂ 5000 ਰੁਪਏ ਜੀ ਪਿੱਛੇ ਘਰ ਵਗ ਜਾਂਦਾ ਹੁੰਦਾ ਜੇ ਜਾਣ ਤੇ ਆ ਜੀ, ਉਹ ਗੱਲਾਂ ਤਾਂ ਤੁਸੀਂ ਛੱਡੋ, ਉਹਦੀ ਤਾਂ ਲੋੜ ਹੀ ਦੂਜੇ ਘਰ ਦੀ, ਤਾਂ ਹੁਣ ਆਪਾਂ ਜਿਹੜੀ ਗੱਲ ਨਿਬੇੜਨੀ ਹੈ ਇਹ ਨਿਬੇੜੋ।
ਦੇਖੋ ਸਰਪੰਚ ਸਾਹਿਬ ਜੀ, ਸਾਡੀ ਤਾਂ ਉਹ ਇੱਕ ਗੱਲ ਨਹੀਂ ਮੰਨਦਾ। ਹੁਣ ਅਸੀਂ ਕਿਹੜਾ ਉਹਨੂੰ ਬਾਹਰ ਸਿੱਟਿਆ ਹੋਇਆ ਗਾ, ਉਹ ਵੀ ਸਾਡਾ ਪੁੱਤ ਅਸੀਂ ਸਮਝਦੇ ਹਾਂ, ਪਰ ਉਹ ਆਪ ਨਹੀਂ ਸਮਝਦਾ, ਸਾਡੇ ਤੇ ਵਿਸ਼ਵਾਸ ਨਹੀਂ ਕਰਦਾ। ਅਸੀਂ ਵੀ ਤੁਹਾਨੂੰ ਸਹੀ ਕਹਿੰਦੇ ਵੀ ਜਿੰਨਾ ਚਿਰ ਅਸੀਂ ਜਿਉਂਦੇ ਬੈਠੇ ਹਾਂ ਕੋਈ ਗੱਲ ਨਹੀਂ, ਜਿਵੇਂ ਮਰਜ਼ੀ ਬੈਠੇ ਰਹੋ, ਜਦੋਂ ਅਸੀਂ ਮਰ ਗਏ ਉਦੋਂ ਜਿਵੇਂ ਮਰਜ਼ੀ ਕਰੀ ਜਾਣਾ। ਫਿਰ ਸੋਨੀ ਮਗਰ ਉਹ ਐਂ ਕਰਨਗੇ, ਵੱਡੋ ਟੁੱਕੀ ਹੋਣਗੇ, ਫਿਰ ਤੂੰ ਉਹਨੂੰ ਬੇਦਾਖਲੀ ਲਿਖਾ ਦੇਗਾ ਪਰੇ ਜੰਨੀ ਨੂੰ, ਜਦੋਂ ਕਹੀ ਤਾਂ ਜਾਂਦਾ ਹੀ ਆ ਉਹ। ਮੈਨੂੰ ਤਾਂ ਆਹੀ ਲੱਗਦਾ ਵੀ ਬੇਦਾਖਲੀ ਕਰਵਾਉਣਾ ਪਊਗਾ, ਜਦੋਂ ਸਾਡੀ ਤਾਂ ਉਹਨੇ ਸਾਰੇ ਪਿੰਡ 'ਚ ਬੇਇੱਜ਼ਤੀ ਕਰ ਰੱਖੀ ਹੈਗੀ। ਫਿਰ ਕੰਮ ਨਹੀਂ ਭਰਜੂਗਾ, ਕੱਲ ਉਹਦੇ ਮਨ 'ਚ ਕੀ ਗੱਲ ਹੋ ਵੀ ਮੇਰੇ ਮਾਂ ਪਿਓ ਨੇ ਮੇਰੇ ਨਾਲ ਕੀ ਕੀਤੀ। ਫਿਰ ਜਦੋਂ ਸਾਡਾ ਰਹੂ, ਜਦੋਂ ਸਾਡਾ ਬਣਦਾ ਹੀ ਨਹੀਂ ਜੀ, ਸਾਡੀ ਤਾਂ ਇੱਕ ਗੱਲ ਨਹੀਂ ਮੰਨਦਾ, ਅਸੀਂ ਮਾਂ ਪਿਓ ਉਹਦੇ, ਸਾਡੀ ਗੱਲ ਵੀ ਮੰਨਣੀ ਚਾਹੀਦੀ ਆ ਉਹਨੂੰ। ਉਹ ਮੰਨੀ ਤਾਂ ਜਾਂਦਾ, ਤੁਸੀਂ ਵੀ ਕੁਛ ਉਹਦੇ ਵਾਸਤੇ ਮਾੜਾ ਮੋਟਾ ਕਰ ਦਿਓ, ਕਿੱਡੀ ਗੱਲ ਆ। ਚੱਲ ਜੇ ਇੱਕ ਤਾਂ ਇਹੋ ਜਿਹਾ ਹੈਗਾ, ਤੁਸੀਂ ਵੀ ਉਹਦੇ ਨਾਲ ਰਲਣਾ ਗਾ, ਉਸ ਉੱਥੋਂ ਘਰ ਦਾ ਹੀ ਮੰਗਦਾ, ਉਹ ਤਾਂ ਉੱਥੋਂ ਥਾਂ ਹੀ ਮੰਗਦਾ ਗਾ। ਪਹਿਲੀ ਗੱਲ ਤਾਂ ਜੇ ਤੁਹਾਨੂੰ ਕਹੇ ਨਾ ਮੈਨੂੰ ਪਾ ਕੇ ਦਿਓ, ਹੁਣ ਦੂਜੇ ਮੁੰਡੇ ਨੂੰ ਤੁਸੀਂ ਪਾ ਕੇ ਨਹੀਂ ਦਿੱਤਾ, ਅਰੇ ਆ ਪਾ ਕੇ ਦਿੱਤਾ, ਉਹਨੇ ਰੁਪਈਆ ਨਹੀਂ ਲਾਇਆ, ਇਹ ਤਾਂ ਇਹ ਗੱਲ ਕਹਿੰਦਾ ਵੀ ਨਹੀਂਗਾ। ਉਹ ਤਾਂ ਬਸ ਐਂ ਕਹਿੰਦਾ ਵੀ ਮੈਨੂੰ ਥਾਂ ਦੇ ਦਿਓ, ਕੱਲਾ ਮੈਂ ਆਪੇ ਪਾ ਲਊਂਗਾ, ਹੁਣ ਤੁਹਾਡੇ ਅੱਗੇ ਮਰਜ਼ੀ ਹੈ ਭਾਈ, ਮੈਂ ਤਾਂ ਜਿਹੜੀ ਗੱਲ ਕਹਿਤੀ ਸਮਝਾਤੀ, ਬਸ ਹੁਣ ਤੁਸੀਂ ਜਿਵੇਂ ਕਹੋਗੇ ਉਵੇਂ ਕਰ ਦਿਓ, ਚਾਹੇ ਫਿਰ ਕੰਮ ਹੀ ਨਿਬੇੜ ਦਿਓ, ਤੁਸੀਂ ਐਂ ਕਹਿ ਦਿਓ ਭਾਈ ਮੈਂ ਸਾਡਾ ਪੁੱਤ ਹੀ ਨਹੀਂ ਆਉ। ਫਿਰ ਦੇਖੋ ਜੀ, ਅਸੀਂ ਤਾਂ ਐਂ ਕਹਿੰਦੇ ਹਾਂ, ਮੇਰੀ ਗੱਲ ਸੁਣੋ ਜੀ, ਤੁਸੀਂ ਵੀ ਕਹੋ ਨਾ ਕੁਛ ਸਰਪੰਚ ਸਾਹਿਬ ਨੂੰ, ਤੁਸੀਂ ਵੀ ਆਪਦਾ ਥਾਂ ਪਾ ਕੇ ਬਹਿ ਜੇ, ਦੇਖ ਨਾ ਨੂੰ ਤਾਂ ਅਸੀਂ ਕਰਵਾਉਂਦੇ ਨਹੀਂ ਹੈਗੇ ਜੀ, ਤੇ ਨਹੀਂ ਫਿਰ ਅਸੀਂ ਬੇਦਾਖਲ ਕਰਵਾ ਦਾਂਗੇ, ਜਿਹੜੀ ਗੱਲ ਉਹ ਕਹਿੰਦਾ ਫਿਰ ਅਸੀਂ ਵੀ ਉਵੇਂ ਹੀ ਕਰਾਂਗੇ, ਜਦੋਂ ਉਹ ਨਹੀਂ ਸਾਡਾ ਮੰਨਦਾ ਗਾ। ਚਲੋ ਭਾਈ ਠੀਕ ਹੈ, ਮੈਂ ਤਾਂ ਫੋਨ ਤੇ ਉਹਨਾਂ ਗੱਲ ਕਹਿ ਦੂੰਗਾ, ਬਸ ਬੇਦਾਖਲ ਕਰਾਵਾਂਗੇ ਅਸੀਂ ਤਾਂ, ਕਹਿ ਦਿਓ ਸਰਪੰਚ ਸਾਹਿਬ ਜੀ। ਮਾਂ ਤੂੰ ਵੀ ਕਿਹੋ ਜਿਹੀਆਂ ਗੱਲਾਂ ਕਰਦੀਆਂ, ਕਦੇ ਡੱਕਾ ਤੂੰ ਉਧਰ ਛੱਡ ਦਿੰਦੀ ਆ, ਕਦੇ ਇੱਧਰ ਛੱਡ ਦਿੰਦੀ ਹੈਗੀ। ਮੈਂ ਸੋਨੀ ਤੈਨੂੰ ਐਂ ਕਹਿੰਦੀ ਹਾਂ, ਜੇ ਤੈਨੂੰ ਇੰਨਾ ਡਰ ਨਾ ਆਪਦੀ ਕਿਨਾਰਾ ਰੱਖ ਸਾਂਭ ਕੇ, ਤੇ ਮੈਂ ਤਾਂ ਤੁਹਾਡੇ ਫੈਸਲੇ 'ਚ ਆਉਂਦੀ ਨਹੀਂ, ਜਾ ਉਹਨੂੰ ਬੇਦਾਖਲ ਕਰ ਦੇ। ਆਹੋ ਬਸ, ਅਸੀਂ ਤਾਂ ਬੇਦਾਖਲ ਹੀ ਕਰ ਦਾਂਗੇ। ਚਲੋ ਭਾਈ ਹੁਣ ਤੁਹਾਡਾ ਫੈਸਲਾ ਹੀ ਹੈ ਫਿਰ ਇਹ। ਹਾਂਜੀ ਸਰਪੰਚ ਸਾਹਿਬ ਜੀ। ਚਲੋ ਫਿਰ ਮੈਨੂੰ ਐਂ ਕਰੋ ਵੀ ਦਾਖਲ ਤੁਸੀਂ ਲਿਖਾ ਦਿਓ, ਉਹ ਅਖਬਾਰ 'ਚ ਫੋਟੋ ਆ ਜਾਂਦੀ ਹੈ, ਜਿਹੜੇ ਅਖਬਾਰ 'ਚ ਫੋਟੋ ਲਗਾਓਗੇ ਉਹ ਮੈਨੂੰ ਫੜਾ ਜਾਓ, ਮੈਂ ਉਹਨੂੰ ਦਿਖਾ ਦੂੰਗਾ ਭਾਈ ਤੈਨੂੰ ਬੇਦਾਖਲ ਲਿਖਾਤਾ। ਬਸ ਸਿੱਧੀ ਗੱਲ ਆ, ਅਖਬਾਰ 'ਚ ਖਬਰਾਂ ਕੱਢਣਗੇ ਜਦੋਂ ਬੇਦਾਖਲ ਲਿਖਾਇਆ, ਵੀ ਕਿਹੜੇ ਅਖਬਾਰ 'ਚ ਆਊਗਾ ਉਹਨੂੰ ਪੁੱਛ ਲਿਓ, ਤੁਹਾਨੂੰ ਦੂਜੇ ਦਿਨ ਜੀਜੀ ਤੋਂ ਲਿਖਾਓਗੇ ਨਾ, ਦੂਜੇ ਦਿਨ ਤੁਹਾਨੂੰ ਅਖਬਾਰ ਫੜਾ ਦੂਗਾ, ਉਹ ਅਖਬਾਰ ਮੈਨੂੰ ਫੜਾ ਜਾਓ, ਬਸ ਮੈਂ ਉਹਨੂੰ ਕਹੂੰ ਭਾਈ ਆ ਚੱਕ, ਸਾਰਾ ਸਬੂਤ ਆ ਜਾਂਦਾ ਉਹਦੇ 'ਚ। ਬਸ ਠੀਕ ਆ ਜੀ, ਸਾਡਾ ਤਾਂ ਬਸ ਇੱਕੋ ਹੀ ਪੁੱਤ ਆ, ਸਾਡਾ ਤਾਂ ਪੁੱਤ ਹੈ ਹੀ ਨਹੀਂਗਾ ਉਹ। ਚਲੋ ਭਾਈ ਗੱਲ ਉਹ ਤਾਂ ਛੋਟੀ ਖੁਸ਼ੀ ਰਹੇਗੀ, ਛੋਟੀ ਘਰ ਦੇ ਰਹੇਗੀ, ਪਰ ਜਿਹੜਾ ਮੈਂ ਇਹਦਾ ਕੰਮ ਸੀ, ਮੈਂ ਆਪਦਾ ਸਮਝਾਤਾ, ਪਰ ਤੂੰ ਛੋਟੀ ਨਹੀਂ ਸਮਝਦਾ, ਛੋਟੀ ਖੁਸ਼ੀ ਰਹੇਗੀ। ਚਲੋ ਠੀਕ ਹੈ, ਚੰਗਾ ਚੰਗਾ ਭਾਈ, ਧੰਨਵਾਦ। ਹਾਂਜੀ ਸਰ, ਕੀ ਕਹਿੰਦੇ ਲਿਖਾਉਂਦੇ ਨੀ ਨਾਮ, ਬੇਦਖਲ ਕਰਨਗੇ। ਚੱਲ ਠੀਕ ਆ, ਚੱਲ ਕੁੱਤੇ ਝਾਕਦੇ ਮੁੱਕੀ, ਹਾਂ ਕੋਈ ਗੱਲ ਨਹੀਂ, ਬਸ ਠੀਕ ਆ, ਠੀਕ ਆ ਜੀ, ਠੀਕ ਆ, ਧੰਨਵਾਦ ਤੁਹਾਡਾ ਜੀ, ਇੱਕ ਪਾਸਾ ਤਾਂ ਕਰਾਤਾ ਨਾ। ਚੱਲ ਠੀਕ ਆ ਜੀ, ਚੱਲ ਕੱਲ ਨੂੰ ਲਿਖਾ ਦੇਣਾ, ਕੋਈ ਗੱਲ ਨਹੀਂ, ਬਸ ਠੀਕ ਆ। ਹੈਲੋ ਜੀ, ਚਾ ਕਿਹਦਾ ਫੋਨ ਸੀਗਾ? ਅੱਛਾ ਭਈ ਇਧਰ, ਮੈਂ ਪੁੱਛਿਆ ਕਿਹਦਾ ਫੋਨ ਸੀਗਾ? ਸਰਪੰਚ ਦਾ ਫੋਨ ਸੀ, ਹੋਰ ਕੀ ਕਹਿੰਦਾ? ਉਹ ਜਾ ਕੇ ਆਇਆ ਸੀ ਮੈਂ ਉਹਦੇ ਕੋਲ, ਸਾਡਾ ਇੱਕ ਪਾਸਾ ਕਰਾ ਦੇ। ਤੇ ਕੀ ਕਹਿੰਦੇ ਫਿਰ? ਕਹਿਣਾ ਕੀ ਆ, ਬੇਦਖਲ ਕਰਾਤਾ ਕਹਿੰਦਾ, ਬੇਦਖਲ ਬੇਦਖਲ ਉਹ ਹੋਰ ਮੈਂ ਕਹਿ ਸੀ ਵੀ ਜਾਂ ਇੱਕ ਕਨਾਲ ਦੇ ਦੇਣਾ, ਨਾਮ ਲਿਖਾ ਦੇਣਾ, ਨਹੀਂ ਬੇਦਖਲ ਕਰਾ ਦੋ ਸਿੱਧੀ ਗੱਲ। ਮੈਂ ਨਹੀਂ, ਪਰ ਇਹ ਕਿਵੇਂ ਕਰ ਸਕਦੇ ਨੇ ਮੰਮੀ ਡੈਡੀ ਹੋਰੇ? ਇੱਕ ਨੂੰ ਤਾਂ ਪਿਆਰ ਲੱਗ ਰਹੇ ਨੇ ਕਰਨ, ਇੱਕ ਨੂੰ ਬੇਦਾਖਲ ਕਰ ਰਹੇ ਨੇਗੇ। ਉਹ ਕੋਈ ਗੱਲ ਨਹੀਂ, 5 ਲੱਖ ਦੀ ਕਨਾਲ ਹੀ ਆ, ਕੋਈ ਗੱਲ ਨਹੀਂ, ਫੇਰ ਕੀ ਹੋ ਜੂਗਾ? ਕਨਾਲ ਦਾ ਦੁੱਖ ਨਹੀਂ ਹੈਗਾ ਮੈਨੂੰ, ਮੈਨੂੰ ਇਹ ਦੁੱਖ ਹੈਗਾ ਵੀ ਉਹਨੂੰ ਤਾਂ ਲਵੇ ਲਾ ਲਿਆ ਤੇ ਤੈਨੂੰ ਬੇਦਾਖਲ ਕਰਤਾ, ਤੂੰ ਵੀ ਤਾਂ ਅਖਨੋਸ ਦਾ ਪੁੱਤ ਸੀਗਾ। ਉਹ ਮੈਂ ਭਾਬੀ ਨਾਲ ਵੀ ਗੱਲ ਕੀਤੀ ਸੀ, ਭਾਬੀ ਤੇ ਸਹੀ ਆ, ਉਹ ਕਹਿੰਦੇ ਸੀ ਵੀ ਇਸ ਤੇ ਕਦੇ ਰੋਕਿਆ ਨੀ ਇਹਨਾਂ ਨੂੰ, ਕੱਲੀ ਮੰਮੀ ਤੇ ਉਹ ਨਾਨੀ ਆ, ਨਾਨੀ ਨੇ ਆ ਕੇ ਉਂਗਲਾਂ ਲਾਈਆਂ ਸਾਰੀਆਂ।
ਨਾਨੀ ਨੇ ਆਪਦਾ ਘਰ ਤਾਂ ਬੱਸਣ ਨਹੀਂ ਦਿੱਤਾ, ਹੁਣ ਧੀ ਦਾ ਵੀ ਘਰ ਪਾਟਣ ਲੱਗ ਗਈ। ਚਲ ਕੋਈ ਗੱਲ ਨੀ ਯਾਰ, ਗੱਲ ਕਿਉਂ ਨੀ, ਗੁੱਸਾ ਤਾਂ ਆਉਂਦਾ ਹੀ ਆ, ਆਪਦੇ ਨੂੰਹ ਪੁੱਤ ਨਾਲ ਲਾ ਕੇ ਨੀ ਖਾਂਦੀ, ਗਾਹ ਤੂੰ ਧੀ ਦੇ ਤਾ ਬਸਣ ਦੇ ਘਰ, ਗਾਹ ਤੇ ਧੀ ਦੇ ਘਰ ਚ ਵੀ ਅੱਗ ਲਾਤੀ ਆ ਕੇ, ਮੈਂ ਤਾਂ ਜੀ ਨੀ ਕਰਦਾ ਬੁਲਾਉਣ ਨੂੰ। ਉਹ ਰੱਬ ਰੱਬ ਤੋਂ ਭਾਵੇਂ ਕਰੋੜ ਰੁਪਇਆ ਮੰਗ ਲੈ, ਰੱਬ ਕਦੇ ਜਵਾਬ ਨੀ ਦਿੰਦਾ ਹੁੰਦਾ, ਐ ਭਾ ਲੱਖਾਂ ਉਹ ਰੱਬ ਤੋਂ ਮੰਗਾਂਗੇ, ਬੰਦੇ ਤੋਂ ਨਾ ਮੰਗੇ ਬੰਦਾ, ਆਪਾਂ ਬੰਦੇ ਤੋਂ ਮੰਗ ਰਹੇ ਸੀ, ਬੰਦਾ ਕਿਸੇ ਨੂੰ ਕੁਛ ਨੀ ਦੇ ਸਕਦਾ ਹੁੰਦਾ। ਸਿੱਧੀਆਂ ਨੀਤਾਂ ਨੂੰ ਫਲੀਆਂ ਹੁੰਦੀਆਂ ਨੇ, ਕੋਈ ਨਾ ਜੇ ਬੇਦਾਖਲ ਕਰਤਾ ਨਾ, ਕੋਈ ਨੀ ਆਪਣਾ ਕਿਹੜਾ ਰੱਬ ਰੁੱਸ ਗਿਆ, ਬਥੇਰਾ ਬਣਾ ਲਾਂਗੇ ਸਭ ਕੁਛ। ਚਲ ਆਪਾਂ ਉਹ ਜਿਹੜਾ 5 ਲੱਖ ਰੁਪਏ ਦਾ ਘਰ ਪਾਉਣਾ ਸੀ ਉਹ ਥਾਂ ਲੈ ਲੈਣੇ, ਘਰ ਠਹਿਰ ਕੇ ਪਾ ਲਾਂਗੇ, ਹੋਰ ਕੋਈ ਨੀ, ਥਾਂ ਲੈ ਕੇ ਆਪਾਂ ਹੌਲੀ ਹੌਲੀ ਪਾ ਲਾਂਗੇ, ਇੱਕ ਅੱਧਾ ਕਮਰਾ ਖੜਾ ਕਰ ਲਾਂਗੇ ਇਹਨੇ, ਆਪਾਂ ਐਵੇਂ ਆਪਦੀ ਹਿੰਮਤ ਨੀ ਹਾਰਦੇ ਹੈਗੇ, ਨਾਲੇ ਹੁਣ ਉਹੀ ਗੱਲ, ਆਸ ਜੀ ਤਾਂ ਮੁੱਕ ਗਈ ਰੋਜ਼ ਰੋਜ਼ ਨਾਲੋਂ, ਉੱਤੇ ਝਾਕ ਜੀ ਹੋ ਰਹੀ ਸੀਗੀ। ਚਾਹ ਦਿੱਤੀ ਤਾਂ ਹੈਗੀ ਸੀ, ਉਹ ਚਾਹ ਚ ਮੱਖੀ ਡਿੱਗ ਗਈ ਤੇ ਬੱਚਿਆਂ ਨੇ ਪੀਤੀ ਨੀ, ਚੱਲ ਮੈਂ ਹੋਰ ਬਣਾ ਦਿੰਦੀ ਆ। ਹੈਲੋ, ਹਾਂਜੀ, ਹਾਂ ਹਾਂ ਲੈਣਾ ਸੀ ਪਲਾਟ ਤੇ, ਠੀਕ ਆ, ਕਿੰਨੇ ਦਾ ਬਣਦਾ, ਕਿਉਂ ਇੰਨਾ ਸਸਤਾ ਕਿਵੇਂ, 3.5 ਲੱਖ ਨੂੰ ਪਣਾ, ਠੀਕ ਆ, ਚੱਲ ਦਬਾ ਦੇ ਕੋਈ ਗੱਲ ਨਹੀਂ ਲੈ ਲਾਂਗੇ, ਚੱਲ ਠੀਕ ਹੈ ਠੀਕ ਆ, ਕਰ ਲਾ ਸਾਈ, ਚੱਲ ਤੂੰ ਤੇਰੇ ਆਪਦੇ ਪਰ ਮੈਂ ਆ ਕੇ ਦੇ ਦਿੰਦਾ, ਚੱਲ ਆਉਣਾ ਤੇਰੇ ਕੋਲ। ਚੱਲ ਆਹ ਖੁਸ਼ਖਬਰੀ ਆ, ਕੀ ਹੋ ਗਿਆ, ਉਹ ਨਹੀਂ ਡੇਰ ਨੀ, ਇਹ ਪਰਮਾਤਮਾ ਜਿਵੇਂ ਸਾਡੀ ਸੁਣੀ ਨਾ, ਰਿਕ ਦੀ ਸੁਣੀ, ਉਹ ਚੱਲ ਕੋਈ ਨਾ, ਉਹ ਦੇਣ ਵਾਲਾ ਰੱਬ ਆ, ਰੱਬ ਤੋਂ ਕਿੰਨੇ ਮਰਜ਼ੀ ਮੰਗ ਲਾ, ਬੰਦੇ ਤੋਂ ਨਾ ਮੰਗੇ ਕਦੇ ਵੀ, ਇਹ ਤਾਂ ਹੈ, ਚੱਲ ਤੁਸੀਂ ਜਾਓ ਤੇ ਦੇਖ ਆਓ, ਪੁੱਤਾਂ ਨੂੰ ਬਰਾਬਰ ਹਿੱਸਾ ਦਿਆ ਕਰੋ, ਕੋਈ ਗੱਲ ਨੀ, ਮਜਬੂਰੀਆਂ ਚੱਲਦੀ ਰਹਿੰਦੀਆਂ, ਕਿਵੇਂ ਲਾਉਣ ਦੇ ਨਾ ਤੇ ਲਾਉਣ ਭਰਵਾ ਰਹੇ ਸੀ, ਨਾ ਹੀ ਜ਼ਮੀਨ ਦੇ ਰਹੇ ਸੀ, ਕਿਉਂ ਮਜਬੂਰੀ, ਅੱਗੇ ਪੁੱਤਾਂ ਦੀ ਮਜਬੂਰੀਆਂ ਹੁੰਦੀਆਂ, ਕਿਉਂ ਵਿਆਹ ਜਾਂਦਾ ਮੁੰਡਾ, ਕਿਉਂ ਜਵਾਕ ਵੀ ਪੜ੍ਹਾਉਣੇ ਹੁੰਦੇ ਆ, ਤੇ ਵਿਆਹ ਵੀ ਕਰਨਾ ਹੁੰਦਾ, ਘਰ ਵੀ ਪਾ ਕੇ ਦੇਣਾ ਹੁੰਦਾ, ਬਹੁਤ ਜ਼ਿੰਮੇਵਾਰੀ ਹੋ ਜਾਂਦੀ ਆ, ਜੋ ਟਾਈਮ ਨਾਲ ਜੇ ਆਪਾਂ ਘਰ ਨਾ ਪਾਈਏ ਤੇ ਜਵਾਕਾਂ ਨੂੰ ਪੜ੍ਹਾ ਨਹੀਂ ਸਕਦਾ, ਜੇ ਮੰਨ ਲਓ ਟਾਈਮ ਨਾਲ ਬਾਅਦ 'ਚ ਇਕੱਠੇ ਆ ਜਾਂਦੇ, ਫਿਰ ਔਖਾ ਹੋ ਜਾਂਦਾ, ਫਿਰ ਕਰਜ਼ਾ ਬਾਹਰ ਚੜ੍ਹ ਦੂਗਾ ਸਿਰ 'ਤੇ, ਫਿਰ ਬੰਦਾ ਆਤਮ ਹੱਤਿਆ ਕਰਦਾ, ਬਹੁਤ ਅੱਗੇ ਬਹੁਤ ਜਾ ਕੇ ਔਖ ਤਕਲੀਫਾਂ ਹੁੰਦੀਆਂ, ਤਾਂ ਕਰਕੇ ਟਾਈਮ ਸਿਰੇ ਜੇ ਅੱਡ ਹੁੰਦੇ ਤਾਂ ਅੱਡ ਕਰਨੇ ਚਾਹੀਦੇ ਆ। ਅੱਗੇ ਤੁਹਾਡੇ ਮੈਸੇਜ ਕਮੈਂਟਾਂ ਜ਼ਰੂਰ ਦੱਸਿਓ ਵੀ ਕਿਵੇਂ ਕਰਨਾ ਚਾਹੀਦਾ, ਮਾਂ ਦਾ ਫੈਸਲਾ ਸਹੀ ਆ ਜਾਂ ਗਲਤ ਆ, ਤੁਸੀਂ ਕਮੈਂਟਾਂ 'ਚ ਲਾਜ਼ਮੀ ਦੱਸਣਾ। ਸਾਰਿਆਂ ਦਾ ਧੰਨਵਾਦ।